health is wealth. ਕਾਲ ਜੀ ਮੈਂ ਹਰਜੋਤ ਲੈ ਕੇ ਹਾਜ਼ਰਾਂ ਪ੍ਰੋਗਰਾਮ ਹੈਲਥ ਇਜ਼ ਵੈਲਥ ਇਸ ਦੇ ਵਿੱਚ ਅਸੀਂ ਚਰਚਾ ਕਰਾਂਗੇ ਬਾਂਝਪਨ ਦੀ ਸਮੱਸਿਆ ਤੇ ਵੈਸੇ ਦੇਖਿਆ ਜਾਏ ਤਾਂ ਬਾਂਝਪਨ ਦੀ ਸਮੱਸਿਆ ਆਪਣੇ ਆਪ ਵਿੱਚ ਇੱਕ ਬਹੁਤ ਵੱਡੀ ਸਮੱਸਿਆ ਹੈ ਇੱਕ ਅਜਿਹੀ ਸਮੱਸਿਆ ਜੋ ਇੱਕ ਪਰਿਵਾਰ ਦੇ ਵਿੱਚ ਖੁਸ਼ੀਆਂ ਨੂੰ ਰੋਕ ਦਿੰਦੀ ਹੈ ਪਰ ਅੱਜ ਅਸੀਂ ਸਟੂਡੀਓ ਵਿੱਚ ਬੁਲਾਇਆ ਹੈ ਆਪਣੇ ਇਸ ਪ੍ਰੋਗਰਾਮ ਦੇ ਵਿੱਚ ਡਾਕਟਰ ਸੁਮਿਤਾ ਸੋਫਤ ਜੀ ਨੂੰ ਜੋ ਕਿ ਬਾਂਝਪਨ ਦੀ ਸਮੱਸਿਆ ਤੇ ਗੱਲ ਕਰਨਗੇ ਤੇ ਅਸੀਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਇਸ ਤੋਂ ਜ਼ਰੂਰ ਫਾਇਦਾ ਪਹੁੰਚੇਗਾ ਤੇ ਅਸੀਂ ਉਮੀਦ ਕਰਦੇ ਹਾਂ ਕਿ ਤੁਹਾਡੇ ਘਰ ਵੀ ਖੁਸ਼ੀਆਂ ਜ਼ਰੂਰ ਆਣਗੀਆਂ ਤੇ ਸਭ ਤੋਂ ਪਹਿਲਾਂ ਮੈਂ ਤੁਹਾਡਾ ਸਵਾਗਤ ਕਰਦੀ ਹਾਂ ਜੀ ਸਾਡੇ ਪ੍ਰੋਗਰਾਮ ਹੈਲਥ ਇਜ਼ ਵੈਲਥ ਵਿੱਚ ਹਾਂ ਸਤਿ ਸ਼੍ਰੀ ਅਕਾਲ ਦਰਸ਼ਕੋ ਮੈਨੂੰ ਅੱਜ ਮੌਕਾ ਮਿਲਿਆ ਤੁਹਾਡੇ ਨਾਲ ਰੂਬਰੂ ਹੋਣ ਦਾ ਤੇ ਮੈਨੂੰ ਉਮੀਦ ਹੈ ਇਸ ਪ੍ਰੋਗਰਾਮ ਤੋਂ ਬਾਅਦ ਤੁਹਾਡੇ ਮਨ ਵਿੱਚ ਜਿੰਨੇ ਵੀ ਬਾਂਝਪਨ ਦੀ ਸਮੱਸਿਆ ਨੂੰ ਲੈ ਕੇ ਸਵਾਲ ਹੈ ਉਹਨਾਂ ਦਾ ਜਵਾਬ ਮਿਲੇਗਾ ਤੇ ਜਿੰਨੇ ਵੀ ਵਹਿਮ ਅਤੇ ਭਰਮ ਤੁਹਾਡੇ ਮਨ ਵਿੱਚ ਹੈ ਬਾਂਝਪਨ ਨੂੰ ਲੈ ਕੇ ਉਹ ਦੂਰ ਹੋਣਗੇ ਜੀ ਬਿਲਕੁਲ ਤੇ ਇਸ ਨਾਲ ਹੀ ਜੇ ਤੁਸੀਂ ਡਾਕਟਰ ਸੁਮਿਤਾ ਸੋਫਤ ਜੀ ਨਾਲ ਲਾਈਵ ਗੱਲਬਾਤ ਵੀ ਕਰਨਾ ਚਾਹੁੰਦੇ ਹੋ ਤਾਂ ਸਾਡੇ ਸਕਰੀਨ ਤੇ ਨੰਬਰ ਤੁਸੀਂ ਵੇਖ ਸਕਦੇ ਹੋ ਉਸ ਤੇ ਕਾਲ ਕਰ ਸਕਦੇ ਹੋ ਤੇ ਲਾਈਵ ਇਸ ਸ਼ੋਅ ਦੇ ਵਿੱਚ ਤੁਸੀਂ ਉਹਨਾਂ ਨਾਲ ਗੱਲਬਾਤ ਵੀ ਕਰ ਸਕਦੇ ਹੋ ਤੇ ਡਾਕਟਰ ਸਾਹਿਬ ਸਭ ਤੋਂ ਪਹਿਲਾਂ ਤਾਂ ਮੈਂ ਇਹੀ ਜਾਣਨਾ ਚਾਹਾਂਗੀ ਕਿ ਅੱਜ ਦੇ ਟਾਈਮ ਦੇ ਵਿੱਚ ਬਾਂਝਪਨ ਦੀ ਸਮੱਸਿਆ ਨੂੰ ਲੈ ਕੇ ਕਈ ਟ੍ਰੀਟਮੈਂਟਸ ਕਈ ਟੈਕਨੀਕਸ ਆ ਗਈਆਂ ਉਹਨਾਂ ਦੀ ਗੱਲ ਆਪਾਂ ਬਾਅਦ ਚ ਕਰਾਂਗੇ ਸਭ ਤੋਂ ਪਹਿਲਾਂ ਇਹ ਗੱਲ ਕਿ ਬਾਂਝਪਨ ਦੀ ਸਮੱਸਿਆ ਕੀ ਹੈ ਤੇ ਕਿਉਂ ਇੰਨਾ ਲੋਕਾਂ ਨੂੰ ਅੱਜ ਕੱਲ੍ਹ ਇੰਨੀ ਜ਼ਿਆਦਾ ਕਿਉਂ ਇਹ ਸਮੱਸਿਆ ਵੱਧਦੀ ਜਾ ਰਹੀ ਹੈ ਦੇਖੋ ਬਾਂਝਪਨ ਦੀ ਸਮੱਸਿਆ ਜਿਹੜੀ ਉਹ ਕਾਫੀ ਵੱਧ ਰਹੀ ਹੈ ਦਿਨੋ ਦਿਨ ਵੱਧ ਰਹੀ ਹੈ ਜੀ ਜਿਹੜੇ ਜਿੰਨੀ ਪਰਸੈਂਟੇਜ ਸੀ ਪਹਿਲਾਂ ਬਾਂਝਪਨ ਅੱਜ ਤੋਂ 10-15 ਸਾਲ ਪਹਿਲਾਂ ਸੀ ਆਲਮੋਸਟ ਡਬਲ ਹੋ ਗਈ ਹੈ ਜੀ ਇਹਦੇ ਕਈ ਕਾਰਨ ਹੈ ਇੱਕ ਤਾਂ ਜਿਹੜਾ ਕੀ ਹੈ ਤਣਾਵ ਉਹ ਦਿਨੋ ਦਿਨ ਵਧੀ ਜਾ ਰਿਹਾ ਬਲਕਿ ਸ਼ਹਿਰੀ ਲੋਕਾਂ ਵਿੱਚ ਤਣਾਵ ਵੱਧ ਰਿਹਾ ਤੇ ਕਿੰਨੀ ਅਡਲਟਰੇਸ਼ਨ ਆ ਗਈ ਹੈ ਚੀਜ਼ਾਂ ਵਿੱਚ ਜਿਹੜਾ ਆਪਾਂ ਖਾਣਾ ਖਾਂਦੇ ਆ ਉਹ ਵੀ ਪਿਓਰ ਨਹੀਂ ਹੁੰਦਾ ਠੀਕ ਹੈ ਦੂਜੀ ਜਿਹੜੀ ਹੈ ਕਿ ਜਿਹੜੇ ਪਿੰਡ ਵਿੱਚ ਹੈ ਉਹ ਕਾਫੀ ਡਰੱਗ ਐਡਿਕਸ਼ਨ ਆ ਗਈ ਹੈ ਸ਼ਰਾਬ ਆ ਗਈ ਹੈ ਸ਼ਰਾਬ ਕਿਸੇ ਵੀ ਤਰ੍ਹਾਂ ਦਾ ਨਸ਼ਾ ਉਹ ਵਧੀ ਜਾ ਰਿਹਾ ਸਾਰੇ ਇੰਡੀਆ ਵਿੱਚ ਨਸ਼ਾ ਵੱਧ ਰਿਹਾ ਤੇ ਜਿਵੇਂ ਉਹ ਨਾਲ ਹੀ ਨਾਲ ਤਣਾਅ ਵੀ ਵੱਧ ਰਿਹਾ ਸਟ੍ਰੈਸ ਹੈ ਸੋਸਾਇਟੀ ਦਾ ਉਹਦੇ ਕਾਰਨ ਜਿਹੜੀ ਹੈ ਬਾਂਝਪਨ ਦੀ ਸਮੱਸਿਆ ਵੱਧ ਰਹੀ ਹੈ ਬਹੁਤ ਜ਼ਿਆਦਾ ਵੱਧ ਰਹੀ ਹੈ ਤਾਂ ਇਸ ਕੀ ਸ਼ੁਰੂਆਤੀ ਸਿੰਪਟਮਸ ਹੁੰਦੇ ਨੇ ਤੇ ਕਿਵੇਂ ਪਤਾ ਚੱਲਦਾ ਹੈ ਕਿ ਜੋ ਕਪਲ ਹੈ ਵੀ ਉਹ ਬਾਂਝਪਨ ਦੀ ਸਮੱਸਿਆ ਤੋਂ ਹੀ ਪਰੇਸ਼ਾਨ ਹੈ ਦੇਖੋ ਜਦ ਵੀ ਇੱਕ ਵਿਆਹ ਜੋੜੇ ਨੂੰ ਲਗਭਗ 1 ਸਾਲ ਤੋਂ ਜ਼ਿਆਦਾ ਹੋ ਜਾਏ ਆਪਸੀ ਸੰਭੋਗ ਕਰਦੇ ਹੋਏ ਤੇ ਉਹਨੂੰ ਸੰਤਾਨ ਸੁੱਖ ਦੀ ਪ੍ਰਾਪਤੀ ਨਹੀਂ ਹੋਏ ਠੀਕ ਹੈ ਉਹਨੂੰ ਡਾਕਟਰੀ ਸਲਾਹ ਤੇ ਮਸ਼ਵਰਾ ਲੈਣਾ ਚਾਹੀਦਾ ਹੈ ਮਤਲਬ ਉਹ 1 ਸਾਲ ਤੋਂ ਟਰਾਈ ਕਰ ਰਹੇ ਹੈ ਕਿ ਉਹਨਾਂ ਦੇ ਬੱਚਾ ਹੋ ਜਾਏ ਪਰ ਬੱਚਾ ਨਹੀਂ ਹੋ ਰਿਹਾ ਤੇ ਉਹਨਾਂ ਨੂੰ ਇੱਕ ਡਾਕਟਰੀ ਸਲਾਹ ਜ਼ਰੂਰ ਲੈ ਲੈਣੀ ਚਾਹੀਦੀ ਹੈ ਪਰ ਕਈ ਕੇਸਿਸ ਇਹੋ ਜਿਹੇ ਹੈ ਕਿ ਉਹਨਾਂ ਨੂੰ ਸਾਲ ਭਰ ਨਹੀਂ ਵੇਟ ਕਰਨੀ ਚਾਹੀਦੀ ਉਹਨਾਂ ਨੂੰ ਛੇਤੀ ਮਿਲ ਲੈਣਾ ਚਾਹੀਦਾ ਜਿਵੇਂ ਕਿ ਇੱਕ ਕਪਲ ਹੈ ਉਹਨਾਂ ਦੀ ਸ਼ਾਦੀ ਜਿਹੜੀ ਹੈ ਬਹੁਤ ਲੇਟ ਏਜ ਤੇ ਹੋਈ ਹੈ ਜਿਵੇਂ 40 ਇਅਰਸ 38 39 40 ਇਅਰਸ ਹੋ ਗਏ ਦੀ ਏਜ ਵਿੱਚ ਮੈਰਿਜ ਹੋਈ ਹੈ ਜਾਂ ਕਿਸੇ ਦੀ ਸੈਕਿੰਡ ਮੈਰਿਜ ਹੈ ਜਾਂ ਜਿਹੜੀ ਲੇਡੀ ਹੈ ਉਹਨੂੰ ਕਿਸੇ ਵੀ ਤਰ੍ਹਾਂ ਦੀ ਮਾਹਵਾਰੀ ਦੀ ਸਮੱਸਿਆ ਹੈ ਮਾਹਵਾਰੀ ਸਿਰਫ ਦਵਾਈ ਨਾਲ ਆਉਂਦੀ ਹੈ ਤੇ ਕਦੀ ਵੀ ਨਹੀਂ ਆਉਂਦੀ ਜਾਂ ਕੋਈ ਵੀ ਹੋਰ ਸਮੱਸਿਆ ਹੈ ਤੇ ਉਹਨੂੰ ਪਹਿਲਾਂ ਸਲਾਹ ਲੈ ਲੈਣੀ ਚਾਹੀਦੀ ਹੈ ਫਿਰ ਉਹਨਾਂ ਨੂੰ ਸਾਲ ਬਾਅਦ ਨਹੀਂ ਵੇਟ ਕਰਨਾ ਚਾਹੀਦਾ ਜੀ ਜਿਵੇਂ ਕਿ ਤੁਸੀਂ ਕਿਹਾ ਕਿ ਉਹਨੂੰ ਸਲਾਹ ਲੈ ਲੈਣੀ ਚਾਹੀਦੀ ਉਸ ਕਪਲ ਨੂੰ ਇੱਥੇ ਵੀ ਉਹ ਗੱਲ ਬੜੀ ਗੌਰ ਕਰਨ ਵਾਲੀ ਹੋਏਗੀ ਕਿ ਉਸ ਕਪਲ ਨੂੰ ਸਿੱਧਾ ਕਿ ਇੱਕ ਜਨਰਲ ਡਾਕਟਰ ਕੋਲ ਜਾਣਾ ਚਾਹੀਦਾ ਜਾਂ ਫਿਰ ਪਹਿਲਾਂ ਸ਼ੁਰੂਆਤ ਵਿੱਚ ਹੀ ਕਿਸੇ ਬਾਂਝਪਨ ਦੇ ਐਕਸਪਰਟ ਡਾਕਟਰ ਕੋਲ ਜਾਣਾ ਚਾਹੀਦਾ ਦੇਖੋ ਐਕਸਪਰਟ ਦਾ ਤਾਂ ਆਪਣਾ ਓਪੀਨੀਅਨ ਮੈਟਰ ਕਰਦਾ ਹੀ ਕਰਦਾ ਠੀਕ ਹੈ ਜਦ ਵੀ ਉਹਨੂੰ ਸਮੱਸਿਆ ਆਈ ਹੈ ਉਹ ਪਹਿਲੇ ਲੋਕਲ ਗਾਇਨੋਕੋਲੋਜਿਸਟ ਦੇ ਕੋਲ ਜਾਏਗਾ ਥੋੜੀ ਡਾਇਗਨੋਸਿਸ ਬਣੇਗਾ ਜੇ ਬਹੁਤ ਜ਼ਿਆਦਾ ਪ੍ਰੋਬਲਮ ਆ ਜਾਂਦੀ ਹੈ ਤੇ ਡੈਫੀਨੇਟਲੀ ਉਹਨੂੰ ਵੇਟ ਨਹੀਂ ਕਰਨੀ ਚਾਹੀਦੀ ਉਹਨੂੰ ਇੱਕ ਐਕਸਪਰਟ ਡਾਕਟਰ ਦੀ رائے ਜ਼ਰੂਰ ਲੈ ਲੈਣੀ ਚਾਹੀਦੀ ਹੈ ਜਿਹੜਾ ਕਿ ਬਾਂਝਪਨ ਦੇ ਫੀਲਡ ਵਿੱਚ ਮਾਹਿਰ ਹੈ ਉਹਦੀ رائے ਜ਼ਰੂਰ ਲੈ ਲੈਣੀ ਚਾਹੀਦੀ ਹੈ ਜੀ ਤੇ ਕੁਝ ਕਿ ਐਸੇ ਵੀ ਟੈਸਟ ਨੇ ਜਾਂ ਜੋ ਕਪਲ ਆਪਣੇ ਤੌਰ ਤੇ ਹੀ ਟੈਸਟ ਕਰਵਾ ਕੇ ਦੇਖੇ ਆ ਉਹਨਾਂ ਨੂੰ ਇਸ ਚੀਜ਼ ਤੋਂ ਪਤਾ ਲੱਗ ਜਾਏ ਕਿਉਂਕਿ ਜ਼ਿਆਦਾਤਰ ਕੀ ਹੁੰਦਾ ਕਪਲਸ ਦੇ ਵਿੱਚ ਬਹੁਤ ਹਿਚਕ ਰਹਿੰਦੀ ਹੈ ਜਾਂ ਫੈਮਿਲੀ ਬੈਕਗ੍ਰਾਉਂਡਸ ਕਰਕੇ ਆਪਾਂ ਕਹ ਲਓ ਕਿ ਖੁੱਲ ਕੇ ਇਸ ਸਮੱਸਿਆ ਬਾਰੇ ਗੱਲ ਨਹੀਂ ਕੀਤੀ ਜਾਂਦੀ ਆਪਸ ਵਿੱਚ ਵੀ ਜਾਂ ਡਾਕਟਰ ਤੱਕ ਵੀ ਬਹੁਤ ਟਾਈਮ ਲੱਗ ਜਾਂਦਾ ਪਹੁੰਚਦੇ ਹੋਏ ਕਪਲ ਨੂੰ ਤੇ ਉਹੀ ਉਸ ਸੋਚ ਨੂੰ ਮਤਲਬ ਇਸ ਪਰੇਸ਼ਾਨੀ ਇਹੀ ਸਮੱਸਿਆ ਹੈ ਜਾਂ ਨਹੀਂ ਇਸਦਾ ਕੋਈ ਸ਼ੁਰੂਆਤੀ ਟੈਸਟ ਹੋਵੇ ਜਿਸ ਤੋਂ ਕਪਲ ਪਹਿਲਾਂ ਹੀ ਇਹ ਸਮਝ ਸਕੇ ਕਿ ਵਾਕਈ ਦੇਖੋ ਸਭ ਤੋਂ ਪਹਿਲਾਂ ਮੈਂ ਸਲਾਹ ਦੇਣਾ ਚਾਹੂੰਗੀ ਕਿ ਮਤਲਬ ਜੋ ਵੀ ਬਾਂਝਪਨ ਜਿਸ ਜੋੜੇ ਨੂੰ ਆ ਸੰਤਾਨ ਨਹੀਂ ਹੋ ਰਹੀ ਉਹਨਾਂ ਨੂੰ ਹਸਬੈਂਡ ਵਾਈਫ ਦੋਨਾਂ ਨੂੰ ਚੈੱਕਅਪ ਕਰਾਉਣਾ ਚਾਹੀਦਾ ਜੀ ਕਿਉਂਕਿ ਦੇਖੋ ਸਮੱਸਿਆ ਹਸਬੈਂਡ ਵਿੱਚ ਵੀ ਹੋ ਸਕਦੀ ਹੈ ਵਾਈਫ ਵਿੱਚ ਵੀ ਹੋ ਸਕਦੀ ਹੈ ਬਹੁਤ ਗਲਤ ਧਾਰਨਾ ਹੁੰਦੀ ਹੈ ਕਿ ਪਹਿਲੇ ਸਿਰਫ ਵਾਈਫ ਦੇ ਹੀ ਟੈਸਟ ਕਰਾਈ ਜਾਓ ਮਤਲਬ ਸਾਲ 2 ਸਾਲ ਸਿਰਫ ਵਾਈਫ ਦੇ ਹੀ ਟੈਸਟ ਹੋ ਜਾਣਗੇ ਉਹ ਸਾਰੇ ਨਾਰਮਲ ਆ ਰਹੇ ਹੈ ਪਰ ਫਿਰ ਵੀ ਬੱਚਾ ਨਹੀਂ ਹੋ ਰਿਹਾ ਉਸ ਤੋਂ ਬਾਅਦ ਆਦਮੀ ਦਾ ਚੈੱਕਅਪ ਹੋਏਗਾ ਦੋਨੋਂ ਹਸਬੈਂਡ ਵਾਈਫ ਨੂੰ ਐਜ਼ ਅ ਕਪਲ ਜ਼ਰੂਰ ਪਹਿਲਾਂ ਹੀ ਚੈੱਕਅਪ ਕਰਾ ਲੈਣਾ ਚਾਹੀਦਾ ਜੀ ਜਿਹੜੇ ਵੀ ਟੈਸਟ ਉਹ ਡਾਕਟਰ ਹੀ ਰਿਕਮੈਂਡ ਕਰੇਗਾ ਕਿ ਕਿਹੜੇ ਟੈਸਟ ਕਰਨੇ ਚਾਹੀਦੇ ਆ ਜਿਵੇਂ ਬੇਸਿਕ ਜਿਹੜੇ ਟੈਸਟ ਹੈ ਕਿ ਇੱਕ ਹਸਬੈਂਡ ਦਾ ਰੂਟੀਨ ਸੀਮਨ ਅਨਾਲਿਸਿਸ ਮਤਲਬ ਇੱਕ ਵੀਰਜ ਦੀ ਜਾਂਚ ਜੇ ਉਹ ਚੰਗੀ ਲੈਬੋਰਟਰੀ ਤੋਂ ਕਰਾਈ ਜਾਏਗੀ ਤਾਂ ਬਹੁਤ ਇਨਫੋਰਮੇਸ਼ਨ ਮਿਲ ਜਾਂਦੀ ਹੈ ਸਾਨੂੰ ਪਤਾ ਲੱਗ ਜਾਂਦਾ ਹੈ ਕਿ ਇਹ
ਆਦਮੀ ਜਿਹੜਾ ਹੈ ਉਹਦੇ ਵਿੱਚ ਕੋਈ ਪ੍ਰੋਬਲਮ ਸਮੱਸਿਆ ਹੈ ਕਿ ਨਹੀਂ ਹੈ ਫਿਰ ਸੀਮਨ ਦੇ ਅੱਗੇ ਟੈਸਟ ਆਉਂਦੇ ਆ ਜਿਹਨਾਂ ਨੂੰ ਆਪਾਂ ਸਪਰਮ ਫੰਕਸ਼ਨ ਮਤਲਬ ਕੋਈ ਪ੍ਰੋਬਲਮ ਆ ਗਈ ਮੰਨ ਲਓ ਥੋੜੇ ਬਹੁਤ ਕਾਊਂਟ ਘੱਟ ਹੋ ਗਿਆ ਜਾਂ ਕੁਝ ਹੋਰ ਹੋ ਗਿਆ ਤੇ ਉਹਨੂੰ ਇੰਜੀ ਦਵਾਈ ਨਹੀਂ ਲੈ ਲੈਣੀ ਚਾਹੀਦੀ ਓਵਰ ਦਾ ਕਾਊਂਟਰ ਜਾ ਕੇ ਕਿ ਮੇਰਾ ਕਾਊਂਟ ਘੱਟ ਹੈ ਚਲੋ ਮੈਂ ਆਹ ਦਵਾਈ ਵੀ ਖਾ ਲਾ ਆਹ ਵੀ ਖਾ ਲਾ ਕਿਉਂਕਿ ਜਿਹੜੀ ਸ਼ੁਕਰਾਣੂਆਂ ਦੀ ਸਮੱਸਿਆ ਹੈ ਉਹ ਸਾਰੀ ਹਾਰਮੋਨ ਰਿਲੇਟਡ ਹੈ ਤੇ ਕੋਈ ਵੀ ਉਹ ਦਵਾਈ ਜਿਹੜੀ ਹੈ ਉਲਟਾ ਅਸਰ ਵੀ ਕਰ ਸਕਦੀ ਹੈ ਇਸ ਕਰਕੇ ਵੱਡੀ ਜਾਂਚ ਕਰਾਣੀ ਚਾਹੀਦੀ ਹੈ ਸਪਰਮ ਫੰਕਸ਼ਨ ਟੈਸਟ ਹੋਣੇ ਚਾਹੀਦੇ ਆ ਹਾਰਮੋਨ ਐਸਸ ਹੋਣੇ ਚਾਹੀਦੇ ਆ ਗੋਲੀਆਂ ਦੀ ਸਕੈਨਿੰਗ ਹੋਣੀ ਚਾਹੀਦੀ ਹੈ ਉਸ ਤੋਂ ਬਾਅਦ ਡਾਕਟਰ ਐਡਵਾਈਸ ਕਰੇਗਾ ਕਿ ਦਵਾਈ ਲੈਣੀ ਚਾਹੀਦੀ ਹੈ ਕਿ ਸਿੱਧਾ ਟ੍ਰੀਟਮੈਂਟ ਕਰਾਉਣਾ ਚਾਹੀਦਾ ਮਤਲਬ ਇਹ ਬਹੁਤ ਗਲਤ ਚੀਜ਼ ਹੈ ਕਿ ਲੋਕੀ ਓਵਰ ਦਾ ਕਾਊਂਟਰ ਜਾ ਕੇ ਪਿਲਸ ਲੈ ਲੈਂਦੇ ਆ ਫਿਰ ਉਹਦੇ ਨਾਲ ਲਿਵਰ ਨੂੰ ਇੰਨਾ ਇਫੈਕਟ ਹੋ ਜਾਂਦਾ ਹੈ ਲਿਵਰ ਡੈਮੇਜ ਹੋ ਸਕਦਾ ਮਤਲਬ ਹਾਰਮੋਨਸ ਲੈ ਲੈਂਦੇ ਆ ਉਹਨਾਂ ਨੂੰ ਕੀ ਪਤਾ ਕਿ ਕਿਹੜਾ ਹਾਰਮੋਨ ਵਧਿਆ ਹੋਇਆ ਕਿ ਕਿਹੜਾ ਜ਼ਿਆਦਾ ਘਟਿਆ ਹੋਇਆ ਠੀਕ ਹੈ ਨਾ ਉਹ ਇੱਕ ਹਾਰਮੋਨ ਜਿਹੜਾ ਵਧਿਆ ਹੋਇਆ ਉਹੀ ਦਵਾਈ ਲਈ ਜਾਣਗੇ ਤਾਂ ਫਿਰ ਉਹ ਅਸਰ ਨਹੀਂ ਨਾ ਕਰੇਗੀ ਤਾਂ ਉਹ ਨੁਕਸਾਨ ਹੀ ਕਰੇਗੀ ਯਾਨੀ ਲੇਡੀਜ਼ ਵਿੱਚ ਜਿਹੜੇ ਇੱਕ ਸਿੰਪਲ ਇੱਕ ਸਕੈਨਿੰਗ ਹੈ ਉਹਦੇ ਨਾਲ ਕਾਫੀ ਕੁਛ ਪਤਾ ਲੱਗ ਜਾਏਗਾ ਬੱਚੇਦਾਨੀ ਦੇ ਸਾਰਾ ਪਤਾ ਲੱਗ ਜਾਏਗਾ ਅੰਡਰਦਾਨੀਆਂ ਦਾ ਪਤਾ ਲੱਗ ਜਾਏਗਾ ਫਿਰ ਹਾਰਮੋਨ ਐਸੇ ਆ ਜਾਂਦੇ ਆ ਫਿਰ ਅੱਗੇ ਜਾ ਕੇ ਟਿਊਬਾਂ ਦੇ ਜਾਂਚ ਆ ਜਾਂਦੀ ਹੈ ਫਿਰ ਮਤਲਬ ਆਹ ਸਾਰੇ ਟੈਸਟ ਜਿਹੜੇ ਆ ਐਕਸਪਰਟ ਡਾਕਟਰ ਰਿਕਮੈਂਡ ਕਰੇਗਾ ਜੀ ਬਿਲਕੁਲ ਬਿਲਕੁਲ ਜਿਵੇਂ ਕਿ ਡਾਕਟਰ ਸੁਮਿਤਾ ਸੋਫਤ ਜੀ ਨੇ ਕਿਹਾ ਕਿ ਜਦੋਂ ਹੀ ਤੁਹਾਨੂੰ ਲੱਗਦਾ ਹੈ ਕਿ ਕਪਲ ਦੇ ਵਿੱਚ ਕੋਈ ਇਹੋ ਜਿਹੀ ਪਰੇਸ਼ਾਨੀ ਆ ਗਈ ਇਹੋ ਜਿਹੀ ਸਮੱਸਿਆ ਸ਼ੁਰੂਆਤ ਹੋ ਗਈ ਹੈ ਤਾਂ ਸ਼ੁਰੂਆਤ ਵਿੱਚ ਹੀ ਸਾਨੂੰ ਐਕਸਪਰਟ ਡਾਕਟਰ ਨਾਲ ਹੀ ਕੰਸਲਟ ਕਰਨਾ ਚਾਹੀਦਾ ਤਾਂ ਕਿ ਅਸੀਂ ਸਹੀ ਰਾਹ ਤੇ ਚੱਲ ਕੇ ਸਹੀ ਟੈਸਟ ਕਰਵਾਈਏ ਤੇ ਸਹੀ ਇਲਾਜ ਵੱਲ ਵਧੀਏ ਤੇ ਜਲਦੀ ਹੀ ਬੱਚੇ ਦਾ ਸੁੱਖ ਹੈ ਬੱਚੇ ਦੀ ਖੁਸ਼ੀ ਪ੍ਰਾਪਤ ਕਰ ਸਕੀਏ ਤੇ ਇਸ ਦੇ ਵਿੱਚ ਹੁਣ ਅੱਗੇ ਮੈਂ ਇਹੀ ਜਾਣਨਾ ਚਾਹਾਂਗੀ ਸੋ ਕੁਐਸਚਨਸ ਮੇਰੇ ਤੁਹਾਡੇ ਨਾਲ ਕੰਟੀਨਿਊ ਰਹਿਣਗੇ ਫਿਲਹਾਲ ਇੱਕ ਕਾਲਰ ਜੋ ਨੇ ਲਾਈਨ ਤੇ ਆ ਚੁੱਕੇ ਨੇ ਹੈਲੋ ਹਾਂਜੀ ਕੀ ਪੁੱਛਣਾ ਚਾਹੋਗੇ ਤੁਸੀਂ ਡਾਕਟਰ ਸੁਮਿਤਾ ਸੋਫਤ ਜੀ ਤੋਂ ਮੈਡਮ ਮੈਨੂੰ ਨਾ ਪੀਸੀ ਲੱਗੀ ਹੈ ਤੇ ਮੈਨੂੰ ਬੱਚਾ ਨਹੀਂ ਹੁੰਦਾ ਬੱਚੇ ਦਾ ਨਹੀਂ ਤੇ ਮੋਟਾ ਮਾਸ ਆ ਗਿਆ ਨਹੀਂ ਜਿਹੜੀ ਪੋਲੀਸਿਸਟਿਕ ਓਵਰੀਜ਼ ਹੈ ਤਾਂ ਅੰਡਰਦਾਨੀ ਦੀ ਸਮੱਸਿਆ ਹੈ ਨਾ ਤੁਹਾਡੇ ਦਾ ਮਤਲਬ ਕਿ ਹਾਰਮੋਨਸ ਨਹੀਂ ਠੀਕ ਤੁਹਾਨੂੰ ਥਾਇਰਾਇਡ ਦੀ ਪ੍ਰੋਬਲਮ ਤਾਂ ਨਹੀਂ ਹੈ ਹਾਂਜੀ ਥਾਇਰਾਇਡ ਦੀ ਪ੍ਰੋਬਲਮ ਹੈ ਥਾਇਰਾਇਡ ਵੀ ਹੈ ਤੁਹਾਡਾ ਵਜ਼ਨ ਵੀ ਵੱਧ ਰਿਹਾ ਹੈ ਹਾਂਜੀ ਵਜ਼ਨ ਵੱਧ ਰਿਹਾ ਮੇਰਾ ਬਿਲਕੁਲ ਇਹਦਾ ਮਤਲਬ ਕਿ ਤੁਹਾਡੇ ਅੰਡਰਦਾਨੀਆਂ ਵਿੱਚ ਸਮੱਸਿਆ ਹੈ ਤੁਹਾਡੇ ਜਿਹੜੇ ਅੰਡੇ ਆ ਉਹ ਠੀਕ ਨਹੀਂ ਬਣ ਰਹੇ ਤੁਹਾਨੂੰ ਇਹਦਾ ਇਲਾਜ ਕਰਾਉਣਾ ਪਏਗਾ ਕਿਉਂਕਿ ਇਹ ਜਿਹੜੀ ਬਿਮਾਰੀ ਹੈ ਉਹ ਵਧੀ ਜਾਏਗੀ ਠੀਕ ਹੈ ਤੇ ਜਦ ਤੁਸੀਂ ਇਲਾਜ ਕਰਾਓਗੇ ਉਹਦੇ ਨਾਲ ਅੰਡਾ ਬਣੇਗਾ ਫਿਰ ਤੁਸੀਂ ਆਪਸ ਵਿੱਚ ਇੰਟਰਕੋਰਸ ਕਰਕੇ ਮਤਲਬ ਆਪਸ ਵਿੱਚ ਸੰਭੋਗ ਕਰਕੇ ਤੁਸੀਂ ਬੱਚਾ ਲੈ ਸਕਦੇ ਹੋ ਤੇ ਮੈਂ ਦਰਸ਼ਕਾਂ ਨੂੰ ਕਹਿਣਾ ਚਾਹੁੰਦੀ ਜੇ ਤੁਸੀਂ ਵੀ ਕੋਈ ਇਹੋ ਜਿਹਾ ਸਵਾਲ ਡਾਕਟਰ ਸੁਮਿਤਾ ਸੋਫਤ ਜੀ ਤੋਂ ਪੁੱਛਣਾ ਚਾਹੁੰਦੇ ਹੋ ਸਾਡੇ ਲਾਈਵ ਸ਼ੋਅ ਦਾ ਹਿੱਸਾ ਬਣਨਾ ਚਾਹੁੰਦੇ ਹੋ ਕਾਲ ਕਰਨਾ ਚਾਹੁੰਦੇ ਹੋ ਤਾਂ ਮੈਂ ਤੁਹਾਨੂੰ ਨੰਬਰ ਵੀ ਦੱਸ ਦਿੰਦੀ ਹਾਂ ਸਾਡਾ ਨੰਬਰ ਹੈ 0860990534 ਤੇ ਇਸ ਨਾਲ ਹੀ ਤੁਸੀਂ ਸਾਨੂੰ ਕਾਲ ਕਰਦੇ ਰਹੋ ਤਾਂ ਕਿ ਅਸੀਂ ਤੁਹਾਡੀ ਜੋ ਪਰੇਸ਼ਾਨੀ ਹੈ ਇਸ ਨੂੰ ਹੱਲ ਕਰਨ ਦੇ ਵਿੱਚ ਥੋੜਾ ਸਹਾਇਕ ਹੋ ਸਕੇ ਤੇ ਤੁਹਾਡੀ ਜ਼ਿੰਦਗੀ ਵਿੱਚ ਵੀ ਖੁਸ਼ੀਆਂ ਆ ਸਕਣ ਤੇ ਆਪਾਂ ਅੱਗੇ ਗੱਲ ਕਰਦੇ ਹਾਂ ਜਿਵੇਂ ਕਿ ਇਹਨਾਂ ਨੇ ਗੱਲ ਕੀਤੀ ਤੇ ਤੁਸੀਂ ਇਹਨਾਂ ਨੂੰ ਕਿਹਾ ਕਿ ਥਾਇਰਾਇਡ ਦੀ ਵੀ ਸਮੱਸਿਆ ਹੈ ਤੇ ਥਾਇਰਾਇਡ ਦੇ ਕਰਕੇ ਕਿੰਨਾ ਕੁ ਰੋਲ ਰਹਿੰਦਾ ਕਿ ਲੇਡੀ ਪ੍ਰੈਗਨੈਂਟ ਨਹੀਂ ਹੋ ਪਾਉਂਦੀ ਦੇਖੋ ਮੈਂ ਆਪਣੀ ਪ੍ਰੈਕਟਿਸ ਵਿੱਚ ਦੇਖਿਆ ਕਿ ਬਹੁਤ ਮਤਲਬ ਕਿ ਥਾਇਰਾਇਡ ਦੀ ਸਮੱਸਿਆ ਬਹੁਤ ਕਾਮਨ ਹੈ ਲੇਡੀਜ਼ ਵਿੱਚ ਠੀਕ ਹੈ ਮਤਲਬ ਕਈ ਵਾਰ ਤਾਂ ਬਿਲਕੁਲ ਹੀ ਅਨਡਿਟੈਕਟਿਡ ਹੋ ਜਾਂਦੀ ਹੈ ਲੇਡੀ ਨੂੰ ਬਾਰ ਬਾਰ ਅਬੋਰਸ਼ਨਸ ਹੋਈ ਜਾਂਦੇ ਆ ਤਾਂ ਪਤਾ ਲੱਗਦਾ ਕਿ ਉਹਨੂੰ ਥਾਇਰਾਇਡ ਦੀ ਪ੍ਰੋਬਲਮ ਹੈ ਤੇ ਹੈਰੀਡਿਟਰੀ ਵੀ ਹੁੰਦੀ ਹੈ ਲਾਈਕ ਅਗਰ ਮਦਰ ਨੂੰ ਹੈ ਤੇ ਕੁੜੀਆਂ ਨੂੰ ਵੀ ਹੋਏਗੀ ਥਾਇਰਾਇਡ ਦੀ ਪ੍ਰੋਬਲਮ ਕਿਸੇ ਨਾ ਕਿਸੇ ਸਟੇਜ ਤੇ ਆ ਕੇ ਹੋ ਸਕਦੀ ਹੈ ਸੋ ਜੇ ਅਨਕੰਟਰੋਲਡ ਥਾਇਰਾਇਡ ਹੈ ਉਹਦੇ ਨਾਲ ਰਿਪੀਟਿਡ ਅਬੋਰਸ਼ਨਸ ਹੋਣਗੇ ਠੀਕ ਹੈ ਜੇ ਥਾਇਰਾਇਡ ਥੋੜਾ ਬਹੁਤ ਵਧਿਆ ਇੱਕ ਵਾਰ ਥਾਇਰਾਇਡ ਕੰਟਰੋਲ ਹੋ ਗਿਆ ਮਤਲਬ ਇੱਕ ਬੜੀ ਮੈਂ ਦੇਖਿਆ ਪੇਸ਼ੈਂਟਸ ਵਿੱਚ ਨਾ ਗਲਤ ਧਾਰਨਾ ਕਿ ਸਾਨੂੰ ਥਾਇਰਾਇਡ ਹੈ ਇਸ ਕਰਕੇ ਬੱਚਾ ਨਹੀਂ ਹੋਣਾ ਪਰ ਜੇ ਥਾਇਰਾਇਡ ਦੀ ਬਿਮਾਰੀ ਕੰਟਰੋਲਡ ਹੈ ਬਿਲਕੁਲ ਕੰਟਰੋਲ ਰਹੇਗੀ ਤਾਂ ਫਿਰ ਪ੍ਰੈਗਨੈਂਸੀ ਹੋਣ ਵਿੱਚ ਕੋਈ ਸਮੱਸਿਆ ਨਹੀਂ ਹੋਣੀ ਚਾਹੀਦੀ ਪੇਸ਼ੈਂਟ ਪ੍ਰੈਗਨੈਂਟ ਹੋ ਸਕਦਾ ਹੈ ਫਿਰ ਉਹਨੂੰ ਥਾਇਰਾਇਡ ਦੀ ਦਵਾਈ ਲੈਣੀ ਪਏਗੀ ਜੀ 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 ਤੇ ਲੇਡੀਜ਼ ਵਿੱਚ ਹੋਰ ਕਿਹੜੀ ਕਿਹੜੀ ਪ੍ਰੋਬਲਮਸ ਕਰਕੇ ਜੋ ਬਾਂਝਪਨ ਦੀ ਸਮੱਸਿਆ ਰਹਿੰਦੀ ਹੈ ਹਾਂ ਦੇਖੋ ਮੈਂ ਪਹਿਲਾਂ ਵੀ ਦੱਸਿਆ ਸੀ ਕਿ ਸਭ ਤੋਂ ਪਹਿਲਾਂ ਅਗਰ ਆਪਾਂ ਗੱਲ ਕਰੀਏ ਤਾਂ ਬੱਚੇਦਾਨੀ ਦੀ ਗੱਲ ਕਰਦੇ ਹਾਂ ਕਈਆਂ ਦੀ ਬੱਚੇਦਾਨੀ ਦੀ ਤੈਅ ਜਿਹੜੀ ਹੈ ਉਹ ਬੜੀ ਕਮਜ਼ੋਰ ਹੁੰਦੀ ਹੈ ਉਹ ਬੱਚਾ ਹੀ ਨਹੀਂ ਫੜ ਸਕਦੀ ਠੀਕ ਹੈ ਉਹ ਤੈਅ ਠੀਕ ਹੀ ਨਹੀਂ ਬਣਦੀ ਹੁਣ ਸਾਨੂੰ ਪਹਿਲਾਂ ਦੇਖਣਾ ਪਏਗਾ ਕਿ ਤੈਅ ਕਿਉਂ ਖਰਾਬ ਹੋਈ ਹੈ ਫਿਰ ਬੱਚੇਦਾਨੀ ਵਿੱਚ ਰਸੌਲੀਆਂ ਵੀ ਹੋ ਸਕਦੀ ਹੈ ਮਤਲਬ ਕਿ ਜਿਹਨੂੰ ਆਪਾਂ ਫਾਈਬਰੋਇਡਸ ਕਹਿੰਦੇ ਹਾਂ ਜੇ ਮਾੜੀ ਮੋਟੀ ਛੋਟੀ ਰਸੌਲੀ ਹੋਏ ਜੇ ਬੱਚੇਦਾਨੀ ਦੀ ਤੈਅ ਤੋਂ ਪਰੇ ਹੋਏ ਤਾਂ ਉਹਨੂੰ ਕੱਢਣ ਦਾ ਕੋਈ ਫਾਇਦਾ ਨਹੀਂ ਹੁੰਦਾ ਉਹ ਇਹਦਾ ਮਤਲਬ ਕਿ ਕੋਈ ਹੋਰ ਪ੍ਰੋਬਲਮ ਵੀ ਹੋਏਗੀ ਜੇ ਰਸੌਲੀਆਂ ਬਹੁਤ ਵੱਡੀਆਂ ਸਾਈਜ਼ ਦੀ ਹੈ 4 ਸੈਂਟੀਮੀਟਰ ਤੋਂ ਵੱਡੀ ਹੈ ਵੱਡੀ ਰਸੌਲੀ ਹੈ ਜਾਂ 5 ਸੈਂਟੀਮੀਟਰ ਤੋਂ ਵੱਡੀ ਹੈ 2-4 ਹੋਰ ਰਸੌਲੀਆਂ ਤਾਂ ਫਿਰ ਉਹਨਾਂ ਨੂੰ ਪਹਿਲਾਂ ਕੱਢਣਾ ਪਏਗਾ ਨਹੀਂ ਤਾਂ ਪ੍ਰੈਗਨੈਂਸੀ ਹੋਣ ਵਿੱਚ ਪ੍ਰੋਬਲਮ ਆ ਸਕਦੀ ਹੈ
फिर सेकंड कॉज आ गया थी बच्चेदानी छोटी है जिवें एक लेडी नु कदे माहवारी नहीं आई ठीक है ओदा पेशेंट कहंदा है कि जी जिवें नॉर्मली शुरू हो जांदी है 17 18 साल दे 13 साल तो लेके 17 18 साल तक वेट करे नहीं हुई तो एदा मतलब बच्चेदानी छोटी है वध ही नहीं रही ओदे कारण भी कि ओदी हुन जब लेडी दी कुड़ी दी मैरिज होएगी ओनु बांझपन दी समस्या आ सकदी है जी फिर उस तो कारण आने आपा ट्यूबा विच जी आपा ट्यूब्स दी गल करांगे फिलहाल साडे एक कॉलर लाइन ते होर आ चुके ने हेलो 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 हाँ जी की पूछना चाहते हो तुसी हाँ जी मैम मैं पूछना चाहती हूँ कि मेरा पहले बच्चा था एक उसके बाद फिर मैं हो गया और मैंने दवाई खा ली ना रहने की जो उसके बाद मैम कोई बच्चा नहीं हुआ जी आपने दवाई डॉक्टर से ली थी कि वैसे ही दवाई लेके खा ली थी मैंने मैम डॉक्टर से ली थी हाँ तो फिर अगर आपने दवाई खा ली तो इसका मतलब आपके अबॉर्शन हो गया आपने चेक करवाया था कि पूरी तरह से साफ हो गया बच्चा अबॉर्शन हो गया नहीं मैम मैंने चेक तो नहीं करा अल्ट्रासाउंड कराई थी एक बार तो उसने कहा था कि हाँ बिल्कुल ठीक है हाँ तो फिर इसका मतलब आपने कोई और समस्या आ गई है जी जिसके कारण बच्चा नहीं हो रहा प्रॉब्लम आपके हार्मोनल समस्या हो सकती है या कोई ट्यूबों की प्रॉब्लम भी हो सकती है जी ਉਹੀ ਗੱਲ ਜਿਵੇਂ ਕਿ ਆਪਾਂ ਗੱਲ ਕਰ ਰਹੇ ਸੀ ਕਿ ਲੇਡੀਜ਼ ਦੇ ਵੀ ਟਿਊਬਸ ਬੰਦ ਹੋਣ ਦੀ ਸਮੱਸਿਆ ਹੋ ਜਾਂਦੀ ਹੈ ਉਸ ਬਾਰੇ ਥੋੜਾ ਪੂਰੀ ਜਾਣਕਾਰੀ ਦਿਓ ਦੇਖੋ ਜਿਹੜੀ ਟਿਊਬਸ ਹੈ ਉਹ ਇਨਫੈਕਸ਼ਨ ਦੇ ਕਾਰਨ ਬੰਦ ਹੋ ਸਕਦੀ ਹੈ ਜੀ ਇਨਫੈਕਸ਼ਨ ਕਿਸੇ ਵੀ ਤਰ੍ਹਾਂ ਦੀ ਇਨਫੈਕਸ਼ਨ ਹੋ ਸਕਦੀ ਹੈ ਨਲਾਂ ਦੀ ਟੀਬੀ ਵੀ ਹੋ ਸਕਦੀ ਹੈ ਜੀ ਠੀਕ ਹੈ ਟੀਬੀ ਦੇ ਕਾਰਨ ਜਿਹੜਾ ਟਿਊਬਲ ਡੈਮੇਜ ਹੋ ਜਾਂਦਾ ਤੇ ਟਿਊਬ ਨਹੀਂ ਖੁੱਲ ਸਕਦੀ ਫਿਰ ਜੀ ਠੀਕ ਹੈ ਹੋਰ ਵੀ ਕਿਸੇ ਮਤਲਬ ਕੋਈ ਬਾਰ ਬਾਰ ਰਿਪੀਟਡ ਅਬੋਰਸ਼ਨ ਹੋ ਰਹੇ ਹੈ ਕੋਈ ਰਿਪੀਟਡ ਮਤਲਬ ਕੋਈ ਲੇਡੀ ਨੂੰ ਵੈਨਲ ਇਨਫੈਕਸ਼ਨ ਹੈ ਜਿਹੜੀ ਅਨਕੰਟਰੋਲ ਹੋ ਗਈ ਬਹੁਤ ਦੇਰ ਤੋਂ ਚੱਲੀ ਆ ਰਹੀ ਹੈ ਉਹਦੇ ਨਾਲ ਵੀ ਇਨਫੈਕਸ਼ਨ ਉੱਪਰ ਜਾ ਕੇ ਟਿਊਬਾਂ ਨੂੰ ਡੈਮੇਜ ਕਰ ਸਕਦੀ ਹੈ ਜੀ ਜਾਂ ਫਿਰ ਤੀਜਾ ਜਿਹੜਾ ਕਾਰਨ ਹੈ ਉਹ ਹੈ ਐਂਡੋਮੈਟ੍ਰੀਓਸਿਸ ਜਿਹਦੇ ਵਿੱਚ ਟਿਊਬਸ ਬਿਲਕੁਲ ਡੈਮੇਜ ਹੋ ਜਾਂਦੀ ਹੈ ਜਿਹਨੂੰ ਆਪਾਂ ਫ੍ਰੋਜ਼ਨ ਪੈਲਵਿਸ ਵੀ ਕਹਿੰਦੇ ਹਾਂ ਜੀ ਜੀ ਤੇ ਟਿਊਬਾਂ ਬੰਦ ਹੋ ਜਾਣ ਤੇ ਫਿਰ ਪ੍ਰੈਗਨੈਂਸੀ ਨਹੀਂ ਹੋਏਗੀ ਕਿਉਂਕਿ ਅੰਡੇ ਤੇ ਸ਼ੁਕਰਾਣੂ ਦੇ ਮਿਲਨ ਜਿਹੜਾ ਹੈ ਉਹ ਟਿਊਬ ਵਿੱਚ ਹੀ ਹੁੰਦਾ ਤੇ ਇੱਕ ਵਾਰ ਟਿਊਬ ਬੰਦ ਹੋ ਗਈ ਤਾਂ ਫਿਰ ਪ੍ਰੈਗਨੈਂਸੀ ਨਹੀਂ ਹੋਏਗੀ ਜੀ ਫਿਰ ਤੀਜਾ ਮੋਸਟ ਇੰਪੋਰਟੈਂਟ ਹੈ ਕਿ ਅੰਡੇਦਾਨੀਆਂ ਠੀਕ ਹੋਣੀਆਂ ਨਾਰਮਲ ਹੋਣੀਆਂ ਕਿਉਂਕਿ ਜਦ ਤੱਕ ਅੰਡੇਦਾਨੀਆਂ ਠੀਕ ਨਹੀਂ ਹੋਣਗੀਆਂ ਅੰਡਾ ਨਹੀਂ ਬਣੇਗਾ ਜੀ ਹੁਣ ਤੁਸੀਂ ਪਹਿਲਾਂ ਵੀ ਸੁਣਿਆ ਕਿ ਕਿਸੇ ਪੇਸ਼ੈਂਟ ਨੂੰ ਪੋਲੀਸਿਸਟਿਕ ਓਵਰੀਜ਼ ਦੀ ਪ੍ਰੋਬਲਮ ਹੈ ਇਹਦੇ ਵਿੱਚ ਲੇਡੀ ਦੇ ਛੋਟੀ ਛੋਟੀ ਰਸੌਲੀਆਂ ਬਣ ਜਾਂਦੀਆਂ ਪਾਣੀ ਵਾਲੀਆਂ ਠੀਕ ਹੈ ਉਹ ਮੇਲ ਹਾਰਮੋਨ ਪ੍ਰੋਡਿਊਸ ਕਰਦੀਆਂ ਤੇ ਉਹ ਅੰਡਾ ਨਹੀਂ ਬਣਨ ਦਿੰਦੀਆਂ ਉਹਦੇ ਵਿੱਚ ਵੀ ਇਨਫਰਟੀਲਿਟੀ ਵੀ ਜਿਹੜੀ ਬਾਂਝਪਨ ਦੀ ਸਮੱਸਿਆ ਉਹ ਆ ਜਾਏਗੀ ਫਿਰ ਸੈਕਿੰਡ ਮੋਸਟ ਕਾਮਨ ਕਾਜ਼ ਹੈ ਕਿ ਅੰਡੇਦਾਨੀ ਵਿੱਚ ਰਸੌਲੀ ਹੋ ਗਈ ਠੀਕ ਹੈ ਜਿਹਨੂੰ ਆਪਾਂ ਓਵੇਰੀਅਨ ਸਿਸਟ ਕਹਿੰਦੇ ਆ ਉਹ ਪਾਣੀ ਵਾਲੀ ਵੀ ਹੋ ਸਕਦੀ ਹੈ ਉਹ ਬਲੱਡ ਵਾਲੀ ਵੀ ਹੋ ਸਕਦੀ ਹੈ ਪਰ ਉਹ ਇੰਟਰਫੀਅਰ ਕਰ ਸਕਦੀ ਹੈ ਪ੍ਰੈਗਨੈਂਸੀ ਹੋਣ ਦੇ ਵਿੱਚ ਠੀਕ ਹੈ ਸੋ ਤਿੰਨ ਮੇਨ ਇੰਪੋਰਟੈਂਟ ਹੋ ਗਏ ਕਿ ਬੱਚੇਦਾਨੀ ਵਿੱਚ ਪ੍ਰੋਬਲਮ ਅੰਡੇਦਾਨੀ ਵਿੱਚ ਪ੍ਰੋਬਲਮ ਜਾਂ ਫਿਰ ਟਿਊਬਾਂ ਵਿੱਚ ਪ੍ਰੋਬਲਮ ਆ ਤਿੰਨੋਂ ਪ੍ਰੋਬਲਮਸ ਵਿੱਚ ਕੁਝ ਵੀ ਹੋ ਸਕਦਾ ਜਿਹਦੇ ਕਾਰਨ ਪ੍ਰੈਗਨੈਂਸੀ ਨਹੀਂ ਹੋਏਗੀ ਜੀ ਤੇ ਇਹੀ ਗੱਲ ਕਰਦੇ ਆ ਅਗਰ ਟਿਊਬਸ ਵਿੱਚ ਪ੍ਰੋਬਲਮ ਆ ਗਈ ਟਿਊਬਸ ਬੰਦ ਹੋ ਗਈਆਂ ਕਿਸੇ ਵੀ ਕਾਰਨ ਕਰਕੇ ਕੀ ਉਹਨਾਂ ਨੂੰ ਖੋਲਣ ਲਈ ਦਵਾਈਆਂ ਨਾਲ ਇਲਾਜ ਹੋ ਸਕਦਾ ਜਾਂ ਉਹਨਾਂ ਦੇ ਲਈ ਆਪਰੇਸ਼ਨ ਹੀ ਜ਼ਰੂਰੀ ਰਹਿੰਦਾ ਹੈ ਦੇਖੋ ਜਿਹੜੀ ਇਹ ਟਿਊਬ ਇੱਕ ਵਾਰ ਬੰਦ ਹੋ ਗਈ ਹੈ ਸਪੋਜ਼ਿੰਗ ਉਹ ਦਵਾਈ ਦੇ ਨਾਲ ਨਹੀਂ ਖੁੱਲ ਸਕਦੀ ਨਹੀਂ ਖੁੱਲ ਸਕਦੀ ਠੀਕ ਹੈ ਜਿਹੜੀ ਟਿਊਬ ਬੰਦ ਹੋ ਗਈ ਹੈ ਦਵਾਈ ਨਾਲ ਬਿਲਕੁਲ ਨਹੀਂ ਖੁੱਲ ਸਕਦੀ ਹੈ ਬਹੁਤ ਗਲਤ ਧਾਰਨਾ ਹੈ ਲੋਕਾਂ ਵਿੱਚ ਕਿ ਦਵਾਈਆਂ ਲਈ ਜਾਓ ਮਤਲਬ ਟਿਊਬ ਖੁੱਲ ਜਾਏਗੀ ਟਿਊਬ ਨਹੀਂ ਖੁੱਲਦੀ ਠੀਕ ਹੈ ਸਭ ਤੋਂ ਪਹਿਲਾਂ ਪੇਸ਼ੈਂਟ ਨੂੰ ਪਹਿਲਾਂ ਚੈੱਕ ਕਰਨਗੇ ਡਾਕਟਰ ਉਹ ਦੱਸਣਗੇ ਕਿ ਟਿਊਬ ਵਿੱਚ ਪਾਣੀ ਭਰਿਆ ਹੋਇਆ ਕਿ ਨਹੀਂ ਭਰਿਆ ਹੋਇਆ ਟਿਊਬ ਮਤਲਬ ਜਿਹੜੀ ਹੈ ਉਹ ਕਿਸ ਲੈਵਲ ਤੇ ਬਲੌਕ ਹੈ ਜੇ ਬਿਲਕੁਲ ਬੱਚੇਦਾਨੀ ਦੇ ਕੋਲ ਬਲੌਕੇਡ ਹੈ ਜਾਂ ਉਹਦੇ ਵਿੱਚ ਪਾਣੀ ਵਗੈਰਾ ਨਹੀਂ ਭਰਿਆ ਹੋਇਆ ਸਿੰਪਲ ਮਿਊਕਸ ਪਲਗਸ ਦੀ ਬਲੌਕੇਡ ਹੈ ਤਾਂ ਆਪਾਂ ਦੂਰਬੀਨ ਦੇ ਰਾਹੀਂ ਖੋਲ ਸਕਦੇ ਹਾਂ ਇਹਦੇ ਵਿੱਚ ਕੋਈ ਪੇਟ ਵਿੱਚ ਚੀਰਾ ਟਾਂਕਾ ਨਹੀਂ ਲਗਾਉਣਾ ਪੈਂਦਾ ਕੋਈ ਮੱਲਮ ਪੱਟੀ ਨਹੀਂ ਹੁੰਦੀ ਥੱਲੋ ਜਿਹਨੂੰ ਆਪਾਂ ਕਹਿੰਦੇ ਹਾਂ ਹਿਸਟੈਰੋਸਕੋਪਿਕ ਟਿਊਬਲ ਕੈਨੂਲੇਸ਼ਨ ਦੇ ਜ਼ਰੀਏ ਆਪਾਂ ਜਿਹੜੀ ਹੈ ਟਿਊਬਾਂ ਖੋਲ ਸਕਦੇ ਹਾਂ ਬਟ ਜੇ ਟਿਊਬ ਜਿਹੜੀ ਹੈ ਕਿ ਇਰਿਵਰਸਿਬਲੀ ਡੈਮੇਜ ਹੋ ਗਈ ਮਤਲਬ ਉਹ ਖੁੱਲ ਹੀ ਨਹੀਂ ਸਕਦੀ ਸਪੋਜ਼ਿੰਗ ਉਹਦੇ ਇੰਨੇ ਅੰਦਰ ਜਾਲੇ ਬਣ ਗਏ ਆ ਫ੍ਰੋਜ਼ਨ ਪੈਲਵਿਸ ਹੈ ਜਾਂ ਪਾਣੀ ਤੇ ਪੀਕ ਭਰੀ ਹੋਈ ਹੈ ਫਿਰ ਉਹ ਟਿਊਬ ਖੋਲਣ ਦਾ ਕੋਈ ਫਾਇਦਾ ਨਹੀਂ ਹੋਏਗਾ ਉਹਦੇ ਵਾਸਤੇ ਆਪਾਂ ਟੈਸਟ ਟਿਊਬ ਵੀ ਆ ਉਸ ਤੋਂ ਉੱਪਰ ਦੀ ਜਿਹੜੀ ਟੈਕਨੀਕਸ ਹੈ ਉਹ ਪੇਸ਼ੈਂਟ ਨੂੰ ਰਿਕਮੈਂਡ ਕਰਾਂਗੇ ਜੀ ਤੇ ਜਿਵੇਂ ਗੱਲ ਕਰਦੇ ਹਾਂ ਕਿ ਇੱਕ ਵਾਰੀ ਆਪਾਂ ਟਿਊਬਸ ਖੁੱਲਵਾ ਲਈਆਂ ਤੇ ਇੱਕ ਵਾਰੀ ਚਲੋ ਪ੍ਰੈਗਨੈਂਸੀ ਵੀ ਹੋ ਗਈ ਤਾਂ ਉਸ ਤੋਂ ਬਾਅਦ ਵੀ ਮੁਮਕਿਨ ਹੈ ਕਿ ਫਿਰ ਤੋਂ ਟਿਊਬਸ ਬੰਦ ਹੋ ਸਕਦੇ ਨੇ ਨਾਰਮਲੀ ਤਾਂ ਇੰਜ ਨਹੀਂ ਹੁੰਦਾ ਕਿਉਂਕਿ ਜੇ ਇੱਕ ਵਾਰ ਨਾਰਮਲ ਪ੍ਰੈਗਨੈਂਸੀ ਹੋ ਗਈ ਤਾਂ ਪੇਸ਼ੈਂਟ ਦੁਆਰਾ ਵੀ ਪ੍ਰੈਗਨੈਂਸੀ ਲੈ ਸਕਦਾ ਹੈ ਜੀ ਜੀ ਤੇ ਗੱਲ ਤੁਸੀਂ ਕੀਤੀ ਹੈ ਟੈਸਟ ਟਿਊਬ ਬੇਬੀ ਦੀ ਹੁਣ ਉਸ ਉੱਪਰ ਗੱਲ ਕਰਾਂਗੇ ਕਿ ਉਸ ਦੇ ਬਾਰੇ ਦੱਸੋ ਕਿਉਂਕਿ ਲੋਕਾਂ ਨੂੰ ਬਹੁਤ ਜ਼ਿਆਦਾ ਇਸ ਨੂੰ ਲੈ ਕੇ ਗਲਤ ਫਹਿਮੀਆਂ ਨੇ ਵਹਿਮ ਭਰਮ ਨੇ ਤੇ ਜਲਦੀ ਜਲਦੀ ਕੋਈ ਵੀ ਜੋ ਕਪਲ ਹੈ ਜਾਂ ਉਸਦੀ ਫੈਮਿਲੀ ਹੈ ਇਸ ਟ੍ਰੀਟਮੈਂਟ ਦੇ ਲਈ ਉਹਨਾਂ ਨੂੰ ਸਪੋਰਟ ਨਹੀਂ ਕਰਦੀ ਹੈ ਜਾਂ ਅੱਗੇ ਪਹਿਲ ਹੀ ਨਹੀਂ ਕਰ ਸਕਦੇ ਕਿ ਹਾਂ ਅਸੀਂ ਇਹ ਕਰੀਏ ਇਸ ਬਾਰੇ ਪੂਰੀ ਜਾਣਕਾਰੀ ਸਾਡੇ ਦਰਸ਼ਕਾਂ ਨੂੰ ਦਿਓ
ਦੇਖੋ ਜਿਹੜਾ ਟੈਸਟ ਟਿਊਬ ਬੇਬੀ ਹੈ, ਸਭ ਤੋਂ ਪਹਿਲਾਂ ਤਾਂ ਗਲਤ ਧਾਰਨਾ ਕਿ ਇਹ ਬਹੁਤ ਮਹਿੰਗਾ ਇਲਾਜ ਹੈ, ਠੀਕ ਹੈ, ਇਹ ਬਹੁਤ ਗਲਤ ਹੈ ਕਿ ਆਪਾਂ ਨੇ ਆਹ ਇਲਾਜ ਨਹੀਂ ਕਰਨਾ ਕਿ ਬਹੁਤ ਮਹਿੰਗਾ ਇਲਾਜ ਹੈ ਆਪਾਂ ਅਫੋਰਡ ਨਹੀਂ ਕਰ ਸਕਦੇ। ਪੇਸ਼ੈਂਟ ਇੰਨਾ ਕੋ ਪੈਸਾ ਬਰਬਾਦ ਕਰ ਦਿੰਦਾ ਵੈਸੇ ਵੀ, ਤਾਂ ਉਸ ਤੋਂ ਬੈਟਰ ਹੈ ਇੱਕ ਇਲਾਜ ਉਹ ਕਰਾਏ ਜਿਹੜਾ ਉਹਦੇ ਵਾਸਤੇ ਵਧੀਆ ਹੈ। ਤੇ ਅੱਜ ਕੱਲ ਤਾਂ ਟੈਸਟ ਟਿਊਬ ਬੇਬੀ ਤੋਂ ਉੱਪਰਲੀ ਵੀ ਟੈਕਨੀਕਸ ਆ ਗਈ ਹੈ, ਠੀਕ ਹੈ, ਮਤਲਬ ਪੇਸ਼ੈਂਟ ਨੂੰ ਇੱਕ ਸਹੀ ਗਾਈਡੈਂਸ ਦੀ ਬਹੁਤ ਲੋੜ ਹੁੰਦੀ ਹੈ ਟੈਸਟ ਟਿਊਬ ਬੇਬੀ ਵਿੱਚ, ਕਿਉਂਕਿ ਉਹਨੂੰ ਗਾਈਡ ਕਰਨਾ ਪੈਂਦਾ ਹੈ ਕਿ ਟੈਸਟ ਟਿਊਬ ਬੇਬੀ ਆਪਾਂ ਨੇ ਕਿਉਂ ਕਰਨਾ, ਠੀਕ ਹੈ। ਪਰ ਹਰ ਬਿਮਾਰੀ ਦਾ, ਹਰ ਚੀਜ਼ ਦਾ, ਹਰ ਬਾਂਝਪਨ ਦੀ ਸਮੱਸਿਆ ਦਾ ਇੱਕੋ ਹੀ ਹੱਲ ਨਹੀਂ ਹੈ ਕਿ ਤੁਸੀਂ ਸਿੱਧਾ ਟੈਸਟ ਟਿਊਬ ਬੇਬੀ ਕਰਾ ਲਓ। ਇਹ ਤੁਹਾਡਾ ਡਾਕਟਰ ਹੈ ਜਿਹੜਾ ਬਾਂਝਪਨ ਮਾਹਿਰ ਹੈ, ਉਹ ਦੱਸੇਗਾ ਕਿ ਕਰਾਉਣਾ ਹੈ ਕਿ ਨਹੀਂ ਕਰਾਉਣਾ। ਬਿਲਕੁਲ ਬਿਲਕੁਲ ਸਹੀ ਕਿਹਾ ਤੁਸੀਂ ਇਹ ਕਿ ਜਦ ਅਸੀਂ ਕਿਸੇ ਐਕਸਪਰਟ ਮਾਹਿਰ ਡਾਕਟਰ ਕੋਲ ਜਾਂਦੇ ਹਾਂ ਤਾਂ ਉਹੀ ਅਸਲੀ ਸਮੱਸਿਆ ਨੂੰ ਫੜ ਸਕਦੇ ਨੇ, ਉਹੀ ਦੱਸ ਸਕਦੇ ਨੇ ਕਿ ਕੀ ਅਗਰ ਸਿਰਫ ਟਿਊਬਸ ਹੀ ਬੰਦ ਨੇ, ਖੁੱਲ ਸਕਦੀਆਂ ਨੇ ਤਾਂ ਉਸਨੂੰ ਖੋਲ ਕੇ ਵੀ ਇਸਦਾ ਇਲਾਜ ਹੋ ਸਕਦਾ। ਜ਼ਰੂਰੀ ਨਹੀਂ ਕਿ ਸਿੱਧਾ ਹੀ, ਜਿਵੇਂ ਕਿ ਡਾਕਟਰ ਸਾਹਿਬ ਨੇ ਗੱਲ ਕੀਤੀ ਹੈ ਕਿ ਜ਼ਰੂਰੀ ਨਹੀਂ ਸਿੱਧਾ ਹੀ ਟੈਸਟ ਟਿਊਬ ਬੇਬੀ ਦੀ ਲੋੜ ਹੋਵੇ, ਇਸ ਲਈ ਬਹੁਤ ਜ਼ਰੂਰੀ ਹੈ ਕਿ ਅਸੀਂ ਕਿਸੇ ਮਾਹਿਰ ਡਾਕਟਰ ਦੀ ਸਲਾਹ ਲਈਏ, ਉਸਨੂੰ ਮਿਲੀਏ ਤੇ ਆਪਣੀ ਪ੍ਰੋਬਲਮ ਸ਼ੇਅਰ ਕਰੀਏ ਤੇ ਜਲਦੀ ਹੀ ਇਸ ਪ੍ਰੋਬਲਮ ਤੋਂ ਨਿਜਾਤ ਪਾਈਏ। ਤੇ ਸਾਡੇ ਇੱਕ ਹੋਰ ਕਾਲਰ ਸਾਡੇ ਨਾਲ ਜੁੜ ਚੁੱਕੇ ਨੇ। ਹੈਲੋ, ਹੈਲੋ, ਹਾਂਜੀ, ਕੀ ਸਮੱਸਿਆ ਤੁਹਾਡੀ? ਮੈਮ ਮੈਂ ਬਸ ਮਤਲਬ ਪੁੱਛਣਾ ਚਾਹੁੰਦੀ ਸੀਗੀ ਵੀ ਮੇਰੀ ਏਜ ਹੈਗੀ ਹੈ 43 ਜੀ, ਤੇ ਮੇਰੀ ਡਾਇਵੋਰਸ ਹੋਇਆ ਵਾ, ਜਾਂ ਰੀਮੈਰਿਜ ਕਰਵਾ ਰਹੀ ਹਾਂ ਮੈਂ, ਉਹਨਾਂ ਦੀ ਏਜ ਹੈਗੀ ਹੈ 57 ਜੀ, ਤੇ ਪਹਿਲਾਂ ਇੱਕ ਬੱਚਾ ਹੈਗਾ, ਕੀ ਦੁਬਾਰਾ ਬੱਚਾ ਹੋ ਸਕਦਾ ਹੈਗਾ? ਵੈਸੇ ਵੀ ਮੇਰਾ ਆਲਰੇਡੀ ਮੀਨੋਪੌਜ਼ ਚੱਲ ਰਿਹਾ। ਦੇਖੋ ਜੀ, ਤੁਹਾਡਾ ਮੀਨੋਪੌਜ਼ ਹੋ ਗਿਆ, ਕਿੰਨੇ ਸਾਲ ਹੋ ਗਏ ਮੀਨੋਪੌਜ਼ ਹੋਇਆ? ਹੋਇਆ ਨੀ ਮੈਮ, ਹਲੇ ਪ੍ਰੋਸੈਸਿੰਗ ਚ। ਮਤਲਬ ਕਿਵੇਂ ਪ੍ਰੋਸੈਸ, ਕਿਵੇਂ ਕਹਿ ਰਹੇ ਹੋ ਤੁਸੀਂ? ਹਾਂਜੀ ਹਾਂਜੀ, ਨਹੀਂ ਪੀਰੀਅਡ ਸਾਨੂੰ ਰੈਗੂਲਰ ਆਉਂਦੇ ਆ, ਇਰੈਗੂਲਰ ਆਉਂਦੇ ਆ? ਬਹੁਤ ਅੱਛੀ ਕੁਆਲਿਟੀ ਦਾ ਨਹੀਂ ਹੋਏਗਾ, ਠੀਕ ਹੈ, ਹੋ ਸਕਦਾ ਤੁਹਾਨੂੰ ਅੰਡਾ ਅੰਡਾ ਬੈਂਕ ਤੋਂ ਲੈਣਾ ਪੈ ਜਾਏ ਜੀ, ਠੀਕ ਹੈ, ਤੇ ਸ਼ੁਕਰਾਨੂ ਤੁਹਾਡੇ ਹਸਬੈਂਡ ਦੇ ਹੋਣਗੇ ਤੇ ਫਿਰ ਬੱਚਾ ਬਣਾ ਕੇ ਬੱਚੇ ਰਾਣੀ ਵਿੱਚ ਰੱਖਿਆ ਜਾਏਗਾ ਜੀ। ਤੇ ਜਿਵੇਂ ਕਿ ਇਹਨਾਂ ਨੇ ਵੀ ਗੱਲ ਕੀਤੀ ਕਿ ਵੱਧ ਉਮਰ ਦੀ ਜੋ ਲੇਡੀਜ਼ ਨੇ, ਚਲੋ ਇਹਨਾਂ ਦਾ ਕਈਆਂ ਦੀ ਲੇਟ ਮੈਰਿਜ ਹੋਈ ਹੁੰਦੀ, ਇਹਨਾਂ ਦਾ ਤਾਂ ਇੱਕ ਬੇਬੀ ਹੈ ਆਲਰੇਡੀ, ਪਰ ਜਿਹਨਾਂ ਦੀ ਲੇਟ ਮੈਰਿਜ ਹੋਈ ਹੁੰਦੀ ਹੈ ਉਹਨਾਂ ਲਈ ਵੀ ਟੈਸਟ ਬੇਬੀ ਕਾਰਗਰ ਰਹਿੰਦਾ? ਦੇਖੋ, ਇੰਜ ਹੈ ਕਿ ਇੱਕ ਕਪਲ ਹੈ ਜਿਹੜਾ ਕਿ ਲੇਟ ਹੋ ਗਿਆ ਪ੍ਰੈਗਨੈਂਸੀ ਵਿੱਚ ਕਰਾਉਣ, ਮਤਲਬ ਕਿ ਮੈਰਿਜ ਕਰਾਉਣ ਵਾਸਤੇ, ਜਾਂ ਇੱਕ ਲੇਡੀ ਸਪੋਜ਼ਿੰਗ ਮੈਨੋਪੌਜ਼ਲ ਹੋ ਗਈ ਹੈ ਜੀ ਜੀ, ਉਹ ਬੱਚਾ ਤਾਂ ਲੈ ਸਕਦੀ ਹੈ, ਠੀਕ ਹੈ, ਪਰ ਉਹਨੂੰ ਜਿਹੜਾ ਹੈ ਅੰਡਾ ਜਿਹੜਾ ਹੈ ਅੰਡਾ ਬੈਂਕ ਤੋਂ ਲੈਣਾ ਪਏਗਾ, ਕਿਉਂਕਿ ਜਿਹੜਾ ਮਾਹਵਾਰੀ ਬੰਦ ਹੋ ਜਾਏ ਤੇ ਪੀਰੀਅਡ ਬੱਚੇਦਾਨੀ ਤਾਂ ਅਸੀਂ ਤਿਆਰ ਕਰ ਸਕਦੇ ਆ, ਪਰ ਅੰਡੇ ਦੀ ਜਿਹੜੀ ਹੈ ਉਹ ਅੰਡਾ ਨਹੀਂ ਬਣ ਸਕਦਾ, ਅੰਡਾ ਬੈਂਕ ਤੋਂ ਲੈ ਕੇ ਉਹਦੇ ਹਸਬੈਂਡ ਦਾ ਵੀਰਜ ਲੈ ਕੇ, ਠੀਕ ਹੈ, ਬੱਚਾ ਬਣਾ ਕੇ ਉਹ ਬੱਚੇਦਾਨੀ ਵਿੱਚ, ਲੇਡੀ ਦੇ ਹੀ ਬੱਚੇਦਾਨੀ ਵਿੱਚ ਰੱਖਿਆ ਜਾਏਗਾ ਤੇ ਉਹ 9 ਮੰਥਸ ਕੈਰੀ ਕਰ ਸਕਦੀ ਹੈ, ਪ੍ਰੋਵਾਈਡਿਡ ਉਹ ਫਿਜ਼ੀਕਲੀ ਫਿੱਟ ਹੈ ਤੇ ਉਹਨੂੰ ਹੋਰ ਕੋਈ ਪ੍ਰੋਬਲਮ ਨਹੀਂ ਹੈ ਜੀ ਜੀ ਜੀ। ਕਈ ਵਾਰ ਇਹ ਵੀ ਦੇਖਣ ਨੂੰ ਆਉਂਦਾ ਕਿ ਇੱਕ ਵਾਰ ਟੈਸਟ ਟਿਊਬ ਬੇਬੀ ਕਰਵਾਇਆ, ਉਹਨਾਂ ਨੂੰ ਕੋਈ ਅੱਛੇ ਰਿਜ਼ਲਟ ਨਹੀਂ ਮਿਲਦੇ, ਤਾਂ ਕਈ ਵਾਰ ਫਿਰ ਦੂਸਰੀ ਵਾਰ ਉਹਨਾਂ ਨੂੰ ਟਰਾਈ ਕਰਨਾ ਪੈਂਦਾ? ਮਤਲਬ ਕਿੰਨੀ ਕੁ ਵਾਰ ਇਸ ਟ੍ਰੀਟਮੈਂਟ ਤੇ ਆਪਾਂ ਬਾਰ ਬਾਰ ਕਰ ਸਕਦੇ ਹਾਂ? ਦੇਖੋ, ਜਿਹੜਾ ਵੀ ਕਪਲ ਇੱਕ ਟੈਸਟ ਟਿਊਬ ਬੇਬੀ ਵਾਸਤੇ ਪਲਾਨ ਕਰਦਾ, ਉਹਨੂੰ ਸਭ ਤੋਂ ਪਹਿਲਾਂ ਤਾਂ ਦੇਖਣਾ ਚਾਹੀਦਾ ਕਿ ਉਹ ਕਿਹੜੀ ਜਗ੍ਹਾ ਟੈਸਟ ਟਿਊਬ ਕਰਾ ਰਿਹਾ, ਠੀਕ ਹੈ, ਉਹਨਾਂ ਦੇ ਕੋਲ ਉਸ ਡਾਕਟਰ ਕੋਲ ਟੈਸਟ ਟਿਊਬ ਬੇਬੀ ਤੋਂ ਇਲਾਵਾ ਕਿੰਨੀ ਫੈਸਿਲਿਟੀਜ਼ ਹੈ, ਬਿਲਕੁਲ, ਠੀਕ ਹੈ, ਆਹ ਫੈਸਿਲਿਟੀਜ਼ ਵਗੈਰਾ ਡਾਕਟਰ ਦੀ ਐਕਸਪਰਟਾਈਜ਼ ਦੇਖਣਾ ਬਹੁਤ ਜ਼ਰੂਰੀ ਹੈ ਜੀ। ਦੂਜੀ ਇੱਕ ਗੱਲ ਮੈਂ ਹੋਰ ਕਹਿਣਾ ਚਾਹੂੰਗੀ, ਜਿਵੇਂ ਕਪਲ ਨੇ ਟੈਸਟ ਟਿਊਬ ਬੇਬੀ ਯੰਗਰ ਏਜ ਵਿੱਚ ਕਰਾਇਆ, ਜਿਵੇਂ 33-34 ਈਅਰਸ ਵਿੱਚ, ਤੇ ਅੱਜ ਕੱਲ ਜਿਹੜੇ ਮਤਲਬ ਐਮਬਰੀਓਸ ਜ਼ਿਆਦਾ ਬਣ ਗਏ ਉਹਦੇ, ਸੁਪੋਜ਼ਿੰਗ ਉਹਦੇ ਆਪਾਂ ਨੇ 10 ਅੰਡੇ ਬਣਾ ਲਏ, ਠੀਕ ਹੈ, 10 ਅੰਡਿਆਂ ਵਿੱਚ ਉਹਦੇ 8 ਅੱਛੇ ਐਮਬਰੀਓ ਬਣ ਗਏ, ਭਰੂਣ ਅੱਛੇ ਤਿਆਰ ਹੋ ਗਏ, ਤੇ ਉਹਨਾਂ ਦੇ 8 ਬੱਚੇ ਤਿਆਰ ਪਏ ਆ ਜੀ, ਉਸ ਹਾਸਪਿਟਲ ਵਿੱਚ ਉਹਨਾਂ ਨੂੰ ਦੇਖਣਾ ਚਾਹੀਦਾ ਕਿ ਫ੍ਰੀਜ਼ਿੰਗ ਦੀ ਫੈਸਿਲਿਟੀ ਹੈ ਕਿ ਨਹੀਂ ਹੈ, ਕਿਉਂਕਿ ਜਿਹੜੇ 8 ਭਰੂਣ ਉਹ ਬਣ ਗਏ, 8 ਤਾਂ ਰੱਖਣਗੇ, 2 ਜਾਂ 3 ਹੀ ਰੱਖੇ ਜਾਣਗੇ, ਜਾਂ ਵਧੀਆ ਇੱਕ ਰੱਖਿਆ ਜਾਏਗਾ, ਬਾਕੀ ਸਾਰੇ ਫ੍ਰੀਜ਼ ਕਰ ਲੈਂਦਾ ਡਾਕਟਰ, ਮਤਲਬ ਕਿ ਅੱਛਾ ਹਾਸਪਿਟਲ ਜਿਹੜਾ ਉਹ ਫ੍ਰੀਜ਼ਿੰਗ ਦੀ ਫੈਸਿਲਿਟੀ ਆਫਰ ਕਰੇਗਾ, ਫ੍ਰੀਜ਼ ਕਰ ਲੇਗਾ, ਤੇ ਉਹ ਬੱਚੇ ਮਤਲਬ ਇੱਕ ਵਾਰ ਮੰਨ ਲਓ ਪੇਸ਼ੈਂਟ ਦਾ ਟੈਸਟ ਟਿਊਬ ਬੇਬੀ ਫੇਲ ਹੋ ਗਿਆ, ਉਹਦਾ ਇੰਨਾ ਖਰਚਾ ਵੀ ਲੱਗ ਗਿਆ, ਠੀਕ ਹੈ, ਇਮੋਸ਼ਨਲੀ ਵੀ ਉਹ ਪ੍ਰੋਬਲਮ ਹੋ ਗਈ ਹੈ, ਤੇ ਉਹਨੂੰ ਇੰਨੇ ਟੀਕੇ ਨਹੀਂ ਦੁਬਾਰਾ ਲਗਾਉਣੇ, ਪੇਸ਼ੈਂਟ ਡਰ ਜਾਂਦਾ ਜੀ ਮੈਂ ਤਾਂ ਕਰਾਉਣਾ ਹੀ ਨਹੀਂ, ਹੁਣ ਬਹੁਤ ਔਖਾ, ਤੇ ਉਹਦਾ ਉਹਨੂੰ ਕੋਈ ਟੀਕੇ ਲਗਾਉਣ ਦੀ ਲੋੜ ਨਹੀਂ, ਕੋਈ ਕੁਛ ਨਹੀਂ, ਜਿਹੜੇ ਬੱਚੇ ਬਣੇ ਹੋਏ ਆ ਉਹਨੇ ਸਿਰਫ ਆਪਣੇ ਬੱਚੇਦਾਨੀ ਵਿੱਚ ਤਰਾਣੇ ਆ, ਠੀਕ ਹੈ, 10 ਮਿੰਟ ਦਾ ਕੰਮ ਹੁੰਦਾ ਐਮਬਰੀਓ ਟ੍ਰਾਂਸਫਰ, ਤੇ ਉਹ 2 ਜਾਂ 3 ਵਾਰ ਵਿੱਚ ਕਰਾ ਸਕਦਾ, ਮਤਲਬ ਇੱਕ ਟੈਸਟ ਟਿਊਬ ਬੇਬੀ ਦੀ ਕੋਸਟ ਵਿੱਚ ਉਹਨੂੰ 4-5 ਟ੍ਰਾਈਜ ਮਿਲ ਗਈਆਂ ਜੀ, ਤੁਸੀਂ ਸਮਝ ਸਕਦੇ ਹੋ। ਸੋ ਇੱਕ ਕਪਲ ਨੇ ਡਿਸਾਈਡ ਕਰਨਾ ਕਿ ਉਹਨੂੰ ਕਿਹੜੀ ਥਾਂ ਕਰਾਉਣਾ, ਮਤਲਬ ਕਿ ਉਸ ਥਾਂ ਵਿੱਚ ਆਹ ਫੈਸਿਲਿਟੀ ਅਵੇਲੇਬਲ ਹੈ ਕਿ ਨਹੀਂ ਹੈ, ਬਿਲਕੁਲ, ਠੀਕ ਹੈ ਨਾ, ਜੇ ਫੈਸਿਲਿਟੀ ਅਵੇਲੇਬਲ ਹੈ ਤਦ ਹੀ ਕਰਾਉਣ ਦਾ ਫਾਇਦਾ ਹੈ ਨਾ, ਬਿਲਕੁਲ ਬਿਲਕੁਲ,
ਕਿਉਂਕਿ ਅਗਰ ਅਸੀਂ ਬਾਰ ਬਾਰ ਇੱਕੋ ਚੀਜ਼ ਦਾ ਪ੍ਰੋਸੈਸ ਕਰਵਾ ਰਹੇ ਹਾਂ ਫਾਈਨੈਂਸ਼ੀਅਲੀ ਵੀ ਅਸੀਂ ਕਿਉਂਕਿ ਫਾਈਨੈਂਸ਼ੀਅਲੀ ਦੇ ਨਾਲ ਮੈਂਟਲ ਸੈਟਬੈਕ ਪੇਸ਼ੈਂਟ ਨੂੰ ਬਹੁਤ ਲੱਗਦਾ ਪੇਸ਼ੈਂਟ ਮੈਂਟਲੀ ਬਹੁਤ ਅਪਸੈਟ ਹੋ ਜਾਂਦਾ ਕਿ ਉਹਨੇ ਇੰਨਾ ਕੁਛ ਕੀਤਾ ਤੇ ਉਹ ਪ੍ਰੈਗਨੈਂਟ ਨਹੀਂ ਹੋਈ ਜੀ 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 ਬਿਲਕੁਲ ਤੇ ਇੱਥੇ ਨਾਲ ਹੀ ਮੈਂ ਜਾਣਨਾ ਚਾਹਾਂਗੀ ਕਿ ਲਾਈਕ ਕੋਈ ਟ੍ਰੀਟਮੈਂਟ ਕਰਾ ਰਿਹਾ ਬਾਰ ਬਾਰ ਲੇਕਿਨ ਟੈਸਟ ਟਿਊਬ ਦੇ ਜ਼ਰੀਏ ਉਸਨੂੰ ਸਫਲਤਾ ਨਹੀਂ ਮਿਲ ਰਹੀ ਹੈ ਤਾਂ ਉਸ ਤੋਂ ਬਾਅਦ ਨੈਕਸਟ ਕੀ ਟੈਕਨੀਕ ਹੈ ਕਿ ਜਿਸਦੇ ਜ਼ਰੀਏ ਉਹਨਾਂ ਨੂੰ ਟ੍ਰੀਟਮੈਂਟ ਕਰਵਾਉਣਾ ਚਾਹੀਦਾ ਦੇਖੋ ਟੈਸਟ ਟਿਊਬ ਬੇਬੀ ਜਿਹੜਾ ਹੈ ਉਸ ਤੋਂ ਇਲਾਵਾ ਬਹੁਤ ਕੁਛ ਹੋਰ ਆ ਗਿਆ ਅੱਜ ਕੱਲ ਕਹਿੰਦੇ ਤਾਂ ਟੈਸਟ ਟਿਊਬ ਬੇਬੀ ਹੈ ਪਰ ਲੈਬੋਰਟਰੀ ਵਿੱਚ ਇੰਨੀ ਕੁ ਐਡਵਾਂਸਮੈਂਟ ਆ ਗਈ ਹੈ ਲੈਬ ਦੇ ਪ੍ਰੋਸੀਜਰਸ ਵਿੱਚ ਕਿ ਲੇਡੀ ਦੇ ਜਦ ਆਪਾਂ ਐਗ ਨਿਕਾਲ ਲੈਂਦੇ ਹਾਂ ਆਪਾਂ ਮੈਨੂਅਲੀ ਇੱਕ ਸਪਰਮ ਉਹਦੇ ਮਤਲਬ ਹਸਬੈਂਡ ਦਾ ਲੈ ਕੇ ਇੰਜੈਕਟ ਕਰ ਸਕਦੇ ਹਾਂ ਜਿਹਨੂੰ ਆਪਾਂ ਇੱਕ ਸੀ ਵਿਧੀ ਕਹਿੰਦੇ ਹਾਂ ਕਿਉਂਕਿ ਅੱਜ ਕੱਲ੍ਹ ਤੁਸੀਂ ਦੇਖੋ ਕਿ ਸਪਰਮ ਕਾਊਂਟ ਬਹੁਤ ਜ਼ਿਆਦਾ ਵਧੀਆ ਨਹੀਂ ਹੁੰਦਾ ਪੇਸ਼ੈਂਟਸ ਦਾ ਟੈਸਟ ਟਿਊਬ ਬੇਬੀ ਕਈ ਵਾਰ ਕਾਮਯਾਬ ਵੀ ਨਹੀਂ ਹੁੰਦਾ ਤੇ ਅਸੀਂ ਇੱਕ ਸਪਰਮ ਲੈ ਕੇ ਇੱਕ ਸੀ ਵਿਧੀ ਆਉਂਦੀ ਹੈ ਇਨ ਸੀ ਵਿਧੀ ਆਉਂਦੀ ਹੈ ਉਹਦੇ ਨਾਲ ਜਿਹੜਾ ਹੈ ਸਕਸੈਸ ਰੇਟ ਵੱਧ ਸਕਦਾ ਨਾਲ ਹੀ ਅੱਜ ਕੱਲ੍ਹ ਲੇਜ਼ਰ ਹੈਚਿੰਗ ਦੀ ਫੈਸਿਲਿਟੀ ਆਉਂਦੀ ਹੈ ਮਤਲਬ ਇੱਕ ਜਿਵੇਂ ਸਪੈਸ਼ਲੀ ਰਿਪੀਟਡ ਇੰਪਲਾਂਟੇਸ਼ਨ ਫੇਲਿਅਰ ਮਤਲਬ ਕਿ ਜਿਵੇਂ ਨਹੀਂ ਬੱਚਾ ਠਹਿਰ ਰਿਹਾ ਟੈਸਟ ਟਿਊਬ ਬੇਬੀ ਉਹਨੇ ਦੋ ਵਾਰ ਕਰਾ ਲਿਆ ਤਿੰਨ ਵਾਰ ਕਰਾ ਲਿਆ ਪਰ ਨਹੀਂ ਸਕਸੈਸਫੁਲ ਹੋਇਆ ਜਾਂ ਮਤਲਬ ਕਿ ਬੱਚੇਦਾਨੀ ਜਿਹੜੀ ਹੈ ਉਹ ਭਰੂਣ ਨਹੀਂ ਫੜ ਰਹੀ ਜਿਹੜੇ ਆਪਾਂ ਲੇਜ਼ਰ ਦੇ ਨਾਲ ਲੇਜ਼ਰ ਹੈਚਿੰਗ ਕਰ ਸਕਦੇ ਹਾਂ ਜਿਹੜੀ ਭਰੂਣ ਦੀ ਪਰਤ ਹੈ ਉਹ ਪਤਲੀ ਕੀਤੀ ਜਾਂਦੀ ਹੈ ਤਾਂ ਕਿ ਭਰੂਣ ਚਿਪਕ ਜਾਏ ਠੀਕ ਹੈ ਨਾ ਸਪੈਸ਼ਲ ਮੀਡੀਆ ਆਉਂਦਾ ਜਿਹਨੂੰ ਆਪਾਂ ਐਮਬਰੀਓ ਗਲੂ ਕਹਿੰਦੇ ਹਾਂ ਉਹ ਮੀਡੀਆ ਦੇ ਨਾਲ ਹੋਰ ਸਕਸੈਸ ਰੇਟ ਵੱਧ ਜਾਂਦਾ ਬਲਾਸਟੋਸਿਸਟ ਆਉਂਦਾ ਜਿਵੇਂ ਮਤਲਬ ਉਹ ਲਾਸਟ ਸਟੇਜ ਹੁੰਦੀ ਹੈ ਕਿ ਲੈਬ ਵਿੱਚ ਅਸੀਂ ਬੱਚਾ ਤਿਆਰ ਕਰ ਸਕਦੇ ਹਾਂ ਠੀਕ ਹੈ ਉਹਦੇ ਨਾਲ ਮਤਲਬ ਜੇ ਅਗਰ ਇੱਕ ਲੇਡੀ ਦੇ ਦੂਜੇ ਦਿਨ ਚਾਰ ਭਰੂਣ ਬਣੇ ਤਾਂ ਚਾਰਾਂ ਵਿੱਚੋਂ ਇੱਕੋ ਹੀ ਬਲਾਸਟੋਸਿਸਟ ਬਣੇਗਾ ਤੇ ਸਾਨੂੰ ਨਹੀਂ ਪਤਾ ਕਿ ਕਿਹੜਾ ਬਣੇਗਾ ਆਪਾਂ ਹੋਰ ਕਲਚਰ ਕਰਾਂਗੇ ਤੇ ਫਿਰ ਬਲਾਸਟੋਸਿਸਟ ਟ੍ਰਾਂਸਫਰ ਹੈ ਉਹਦੇ ਨਾਲ ਮਤਲਬ ਕਿ ਕਾਮਯਾਬੀ ਦਰ ਕਾਫੀ ਵੱਧ ਜਾਂਦਾ ਸੋ ਮੇਰੀ ਸਲਾਹ ਹੈ ਕਿ ਇੱਕ ਕਪਲ ਪਹਿਲਾਂ ਡਿਸਾਈਡ ਕਰੇ ਕਿ ਉਹਨੇ ਕਿੱਥੇ ਕਰਾਉਣਾ ਹੈ ਠੀਕ ਹੈ ਸਾਰੇ ਚੀਜ਼ਾਂ ਦੇਖੇ ਫਿਰ ਉਹ ਕਰਾਏ ਟੈਸਟ ਟਿਊਬ ਬੇਬੀ ਮਤਲਬ ਟੈਸਟ ਟਿਊਬ ਬੇਬੀ ਜਾਂ ਉਸ ਤੋਂ ਉੱਪਰ ਦਾ ਪ੍ਰੋਸੀਜਰ ਕਿਉਂਕਿ ਟੈਸਟ ਟਿਊਬ ਲੈਬੋਰਟਰੀ ਵਿੱਚ ਹੀ ਸਾਰੇ ਆ ਪ੍ਰੋਸੀਜਰ ਹੁੰਦੇ ਆ ਜਿਹੜਾ ਪੇਸ਼ੈਂਟ ਹੈ ਉਹਦੇ ਉੱਤੇ ਕੁਝ ਐਕਸਟਰਾ ਨਹੀਂ ਹੋਣਾ ਮਤਲਬ ਕਿ ਆ ਸਾਰੇ ਕੰਮ ਜਿਹੜੇ ਆ ਕਿ ਚੰਗੀ IVF ਲੈਬੋਰਟਰੀ ਵਿੱਚ ਹੁੰਦੇ ਆ ਜਿੱਥੇ ਕਿ ਅੱਛੀ ਮਤਲਬ ਇੰਟਰਨੈਸ਼ਨਲ ਸਟੈਂਡਰਡਸ ਦੀ ਮਸ਼ੀਨਾਂ ਹੈ ਇੰਟਰਨੈਸ਼ਨਲੀ ਟ੍ਰੇਨਡ ਐਮਬਰੀਓਲੋਜਿਸਟ ਹੈ ਭਰੂਣ ਵਿਗਿਆਨਿਕ ਹੈ ਜਿਹੜਾ ਬਿਲਕੁਲ ਬਿਲਕੁਲ ਜੀ 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 ਸੋ ਜਿਵੇਂ ਕਿ ਬਾਂਸਪਨ ਮਾਹਿਰ ਡਾਕਟਰ ਸੁਮਿਤਾ ਸੋਫਤ ਜੀ ਕਹਿ ਰਹੇ ਨੇ ਕਿ ਸਾਨੂੰ ਇਲਾਜ ਕਰਵਾਉਣ ਵੇਲੇ ਅਸੀਂ ਕਿਤੋਂ ਵੀ ਇਲਾਜ ਕਰਵਾਈਏ ਲੇਕਿਨ ਇਹ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ ਕਿ ਜਿੱਥੋਂ ਅਸੀਂ ਇਲਾਜ ਕਰਵਾ ਰਹੇ ਹਾਂ ਉੱਥੇ ਸਾਰੀਆਂ ਸੁਵਿਧਾਵਾਂ ਹੈ ਜਾਂ ਨਹੀਂ ਤਾਂ ਕਿ ਇੱਕ ਵਾਰ ਅਸੀਂ ਸ਼ੁਰੂਆਤ ਕਰੀਏ ਤੇ ਉਸਦੇ ਜ਼ਰੀਏ ਹੀ ਅਸੀਂ ਅੱਗੋ ਅੱਗੋ ਇਲਾਜ ਨੂੰ ਵਧਾ ਸਕੀਏ ਤੇ ਇਸ ਨਾਲ ਹੀ ਗੱਲ ਕਰਦੇ ਹਾਂ ਕਿ ਜੋ ਜੈਂਟਸ ਵਿੱਚ ਮੇਲਸ ਵਿੱਚ ਪ੍ਰੋਬਲਮ ਆਉਂਦੀ ਹੈ ਕੀ ਮੇਜਰ ਕੌਜ਼ ਰਹਿੰਦੇ ਨੇ ਦੇਖੋ ਮੇਲਸ ਵਿੱਚ ਅੱਜ ਕੱਲ ਬਹੁਤ ਪ੍ਰੋਬਲਮ ਆ ਰਹੀ ਹੈ ਕਿਉਂਕਿ ਦੇਖਿਆ ਗਿਆ ਕਿ ਜਿਹੜਾ ਸਪਰਮ ਕਾਊਂਟ ਅੱਜ ਤੋਂ ਕਿੰਨੇ ਸਾਲ ਪਹਿਲਾਂ ਕਹਿੰਦੇ ਸੀ ਕਿ 60 million ਨਾਰਮਲ ਹੈ ਹੁਣ ਆਪਾਂ 40 million ਨੂੰ ਵੀ ਨਾਰਮਲ ਕਹਿੰਦੇ ਹਾਂ 30 million ਨੂੰ ਵੀ ਨਾਰਮਲ ਕਹਿੰਦੇ ਹਾਂ ਮਤਲਬ ਕਿ ਲੋਕਾਂ ਵਿੱਚ ਆਦਮੀਆਂ ਵਿੱਚ ਸਪਰਮ ਕਾਊਂਟ ਜਿਹੜਾ ਹੈ ਦਿਨੋ ਦਿਨ ਘੱਟ ਰਿਹਾ ਹੈ ਬਾਂਝਪਨ ਦੀ ਜਿਹੜੀ ਸਮੱਸਿਆ ਵੱਧ ਰਹੀ ਹੈ ਜਦ ਵੀ ਸਾਨੂੰ ਇੱਕ ਕਪਲ ਆਉਂਦਾ ਹੈ ਜਿਹਦੇ ਵਿੱਚ ਸਪੋਜ਼ਿੰਗ ਹਸਬੈਂਡ ਵਿੱਚ ਪ੍ਰੋਬਲਮ ਹੈ ਪਹਿਲਾਂ ਤਾਂ ਦੇਖਣਾ ਪਏਗਾ ਕਿ ਕਿਸ ਲੈਵਲ ਦੀ ਪ੍ਰੋਬਲਮ ਹੈ ਜੇ ਮਾੜੀ ਮੋਟੀ ਮਤਲਬ ਹੈ ਕਮੀ ਤੇ IUI ਦੇ ਨਾਲ ਵੀ ਹੋ ਸਕਦਾ ਜਿਵੇਂ ਇੰਟਰਾ ਯੂਟਰਾਈਨ ਇਨਸੈਮੀਨੇਸ਼ਨ ਜਿਹਨੂੰ ਆਪਾਂ ਕਹਿੰਦੇ ਹਾਂ ਜਿਹਦੇ ਵਿੱਚ ਆਪਾਂ ਹਸਬੈਂਡ ਦਾ ਵੀਰਜ ਲੈਂਦੇ ਹਾਂ ਉਹਨੂੰ ਸਪੈਸ਼ਲ ਮੀਡੀਆ ਨਾਲ ਟ੍ਰੀਟ ਕਰਦੇ ਹਾਂ ਤੇ ਤਿਆਰ ਕਰਕੇ ਉਹ ਸੈਂਪਲ ਉਹ ਬੱਚੇਦਾਨੀ ਦੇ ਵਿੱਚ ਛੱਡ ਦਿੰਦੇ ਹਾਂ ਮਤਲਬ ਕਿ ਅੰਡਿਆਂ ਕੋਲ ਛੱਡ ਦਿੰਦੇ ਹਾਂ ਤਾਂ ਕਿ ਬੱਚਾ ਹੋ ਸਕੇ ਜੇ ਮੰਨ ਲਓ ਬਹੁਤ ਜ਼ਿਆਦਾ ਸਮੱਸਿਆ ਤੇ ਫਿਰ ਆਪਾਂ ਨੂੰ ਇੱਕ ਸੀ ਵਿਧੀ ਇਨ ਸੀ ਵਿਧੀ ਜਿਹਦੇ ਵਿੱਚ ਆਪਾਂ ਇੱਕ ਸਪਰਮ ਵੀ ਸਪੋਜ਼ਿੰਗ ਇੱਕ ਪੇਸ਼ੈਂਟ ਦਾ ਸਪਰਮ ਕਾਊਂਟ 3 million ਹੈ 2 million ਹੈ ਤੇ ਉਹਦੇ ਵਿੱਚ ਉਹ ਨਾਰਮਲ ਪ੍ਰੈਗਨੈਂਸੀ ਹੋਣੀ ਨਾਮੁਮਕਿਨ ਹੈ ਸੋ ਅਸੀਂ ਟੈਸਟ ਟਿਊਬ ਬੇਬੀ ਤੋਂ ਉੱਪਰ ਵਿਧੀ ਕਰਾਂਗੇ ਇੱਕ ਸੀ ਕਰਾਂਗੇ ਜਿਹਦੇ ਵਿੱਚ ਆਪਾਂ ਇੱਕ ਸਪਰਮ ਲੈ ਕੇ ਇੰਜੈਕਟ ਕਰ ਸਕਦੇ ਹਾਂ ਇੱਕ ਸੀ ਵਿਧੀ 3 ਵਿਧੀ ਬਾਰੇ ਵੀ ਪੂਰਾ ਜਾਣਾਂਗੇ ਫਿਲਹਾਲ ਸਾਡੇ ਇੱਕ ਕਾਲਰ ਲਾਈਨ ਤੇ ਨੇ ਹੈਲੋ ਹੈਲੋ ਹਾਂਜੀ ਕੀ ਨਾਮ ਹੈ ਤੁਹਾਡਾ ਕੁਲਵਿੰਦਰ ਸਿੰਘ ਜੀ ਹਾਂਜੀ ਕਿਹੜੇ ਸ਼ਹਿਰ ਤੋਂ ਬੋਲ ਰਹੇ ਹੋ ਅਸੀਂ ਜ਼ਿਲ੍ਹਾ ਨਮਸ਼ਹਿਰ ਪਿੰਡ ਭਾਰਾਪੱਤ ਤੋਂ ਬੋਲਦੇ ਜੀ ਹਾਂਜੀ ਕੀ ਸਮੱਸਿਆ ਤੁਹਾਡੀ ਡਾਕਟਰ ਸੁਮਿਤਾ ਸੋਫਤ ਜੀ ਤੋਂ ਕੀ ਪੁੱਛਣਾ ਚਾਹੁੰਦੇ ਤੁਸੀਂ ਅਸੀਂ ਮੈਡਮ ਇਦਾਂ ਪੁੱਛਣਾ ਚਾਹੁੰਦੇ ਕਿ ਜਿਹੜਾ ਇਹ ਮੰਨ ਲਓ ਬੇਬੀ ਟਿਊਬ ਦਾ ਖਰਚਾ ਹੈ ਕਿੰਨਾ ਹੋ ਜਾਂਦਾ ਦੇਖੋ ਜਿਹੜਾ ਵੀ ਟੈਸਟ ਟਿਊਬ ਬੇਬੀ ਦਾ ਇਲਾਜ ਹੈ ਉਹ ਲਗਭਗ 30-35 ਹਜ਼ਾਰ ਤੋਂ ਸ਼ੁਰੂ ਹੋ ਜਾਂਦਾ ਤੇ 80-90 ਹਜ਼ਾਰ ਤੱਕ ਜਾਂਦਾ ਠੀਕ ਹੈ ਤੇ ਬਾਕੀ ਮੰਨ ਲਓ ਜੇ ਆਪਾਂ ਇੱਥੇ ਤੁਹਾਡੇ ਲੁਧਿਆਣੇ ਸ਼ਹਿਰ ਦੇ ਵਿੱਚ ਮਤਲਬ ਤੁਹਾਡਾ ਐਡਰੈਸ ਤੁਸੀਂ ਆਪਣੇ ਕਿਤੇ ਵੀ ਮਾਹਿਰ ਡਾਕਟਰ ਨੂੰ ਮਿਲ ਸਕਦੇ ਹੋ ਤੇ ਕੰਸਲਟ ਕਰ ਸਕਦੇ ਹੋ ਤੇ ਆਪਣੀ ਇਸ ਪ੍ਰੋਬਲਮ ਤੋਂ ਨਿਜਾਤ ਪਾ ਸਕਦੇ ਹੋ ਬਿਲਕੁਲ
ਜੀ ਤੇ ਇਸ ਨਾਲ ਹੀ ਕਈ ਕੁਐਸਚਨਸ ਆਪਾਂ ਜਿਵੇਂ ਪਹਿਲਾਂ ਗੱਲ ਕਰ ਰਹੇ ਸੀ ਇਨਸੀਵਿਟੀ ਬਾਰੇ ਉਸਦੇ ਬਾਰੇ ਵੀ ਦੱਸੋ ਸਾਡੇ ਤਾਂ ਕਿ ਦਰਸ਼ਕਾਂ ਨੂੰ ਇਸ ਪ੍ਰੋਬਲਮ ਬਾਰੇ ਹਰੇਕ ਜਾਣਕਾਰੀ ਮਿਲ ਸਕੇ ਤੇ ਜਲਦੀ ਤੋਂ ਜਲਦੀ ਉਹ ਵੀ ਸਮੱਸਿਆ ਤੋਂ ਬਾਹਰ ਆਣ ਦੇਖੋ ਹੁਣ ਇਕਸੇ ਹੋ ਗਏ ਉਸ ਤੋਂ ਬਾਅਦ ਦੇਖੋ ਕਪਲ ਹੈ ਉਹਦੇ ਹਸਬੈਂਡ ਦੇ ਵਿੱਚ ਸ਼ੁਕਰਾਨੂ ਹੀ ਨਹੀਂ ਪਰ ਉਹ ਬੱਚਾ ਨਹੀਂ ਲੈਣਾ ਚਾਹੁੰਦੇ ਉਹ ਉਪਰਾ ਸੀਮਨ ਨਹੀਂ ਲੈਣਾ ਚਾਹੁੰਦੇ ਉਹ ਡੋਨਰ ਸੀਮਨ ਨਹੀਂ ਲੈਣਾ ਚਾਹੁੰਦਾ ਤੇ ਆਪਾਂ ਸੀਮਨ ਮਤਲਬ ਬੈਂਕ ਤੋਂ ਨਹੀਂ ਉਹ ਲੈਣਾ ਚਾਹੁੰਦਾ ਉਹ ਆਪਣਾ ਹੀ ਬੱਚਾ ਲੈਣਾ ਚਾਹੁੰਦਾ ਜੇ ਆਪਾਂ ਪਹਿਲਾਂ ਚੈੱਕ ਕਰਾਂਗੇ ਉਹਦੇ ਗੋਲਿਆਂ ਵਿੱਚ ਸਪਰਮਸ ਬਣ ਰਿਹਾ ਕਿ ਨਹੀਂ ਬਣ ਰਿਹਾ ਠੀਕ ਹੈ ਜੇ ਸਾਨੂੰ ਇੱਕ ਸਪਰਮ ਵੀ ਮਤਲਬ ਇੱਕ ਸਪਰਮ ਵੀ ਮਿਲ ਸਕਦਾ ਗੋਲੀ ਦੇ ਅੰਦਰੋਂ ਤਾਂ ਆਪਾਂ ਉਹ ਸਪਰਮ ਲੈ ਕੇ ਉਹਦਾ ਆਪਣਾ ਬੱਚਾ ਬਣਾ ਕੇ ਬੱਚੇਦਾਨੀ ਵਿੱਚ ਉਹਦੀ ਵਾਈਫ ਤੇ ਰੱਖ ਸਕਦੇ ਆ ਠੀਕ ਹੈ ਮਤਲਬ ਕਿ ਆਪਾਂ ਗੋਲੀ ਤੋਂ ਹੀ ਲਵਾਂਗੇ ਟੈਸਟਿਸ ਤੋਂ ਜਿਹਨੂੰ ਆਪਾਂ ਕਹਿੰਦੇ ਹਾਂ ਉਹ ਲੈ ਲਾਂਗੇ ਤੇ ਫਿਰ ਬੱਚਾ ਬਣਾ ਕੇ ਰੱਖ ਸਕਦਾ ਇਸ ਵਿਧੀ ਦੇ ਨਾਲ ਹੁਣ ਜਿਹੜੇ ਆਦਮੀ ਹੈ ਜਿਨ੍ਹਾਂ ਦਾ ਲਿੰਗ ਸ਼ੁਕਰਾਨੂ ਹੈ ਉਹ ਵੀ ਹੁਣ ਆਪਣੀ ਔਲਾਦ ਲੈ ਸਕਦੇ ਆ ਉਹਨਾਂ ਨੂੰ ਆਪਣਾ ਬੱਚਾ ਉਪਰਾ ਬੱਚਾ ਲੈਣ ਦੀ ਲੋੜ ਨਹੀਂ ਹੈ ਬਿਲਕੁਲ ਬਿਲਕੁਲ ਬਹੁਤ ਵੱਡੀ ਦੇਖੋ ਇਹ ਸਾਇੰਸ ਦੀ ਅਸੀਂ ਕਹਾਂਗੇ ਜਿੱਤ ਹੈ ਕਿ ਪਰ ਇਸਦੇ ਲਈ ਬਹੁਤ ਜ਼ਰੂਰੀ ਹੈ ਕਿ ਜਿਸ ਡਾਕਟਰ ਕੋਲ ਅਸੀਂ ਇਲਾਜ ਕਰਾ ਰਹੇ ਹਾਂ ਉਸਦੇ ਕੋਲ ਇਹ ਟੈਕਨੀਕ ਹੋਵੇ ਬਿਲਕੁਲ ਬਹੁਤ ਜ਼ਰੂਰੀ ਹੈ ਟੈਕਨੀਕ ਐਕਸਪਰਟਾਈਜ਼ ਸਾਰਾ ਕੁਝ ਦੇਖ ਕੇ ਪੇਸ਼ੈਂਟ ਨੂੰ ਡਿਸਾਈਡ ਕਰਨਾ ਚਾਹੀਦਾ ਕਿ ਉਹ ਸਹੀ ਥਾਂ ਜਾ ਰਿਹਾ ਕਿ ਨਹੀਂ ਜਾ ਰਿਹਾ ਬਿਲਕੁਲ ਬਿਲਕੁਲ ਕਿਉਂਕਿ ਜ਼ਿਆਦਾਤਰ ਚਾਂਸਿਸ ਹੁੰਦੇ ਨੇ ਕਿ ਆਪਣੇ ਹੀ ਸ਼ੁਕਰਾਣੂ ਤੋਂ ਬੱਚਾ ਉਹ ਬਣਾ ਸਕਦੇ ਨੇ ਲੇਕਿਨ ਫਿਰ ਵੀ ਕਈ ਲੋਕਾਂ ਨੂੰ ਬਹੁਤ ਡਾਊਟ ਰਹਿੰਦਾ ਕਿ ਅਗਰ ਟੈਸਟ ਟਿਊਬ ਬੇਬੀ ਲੈ ਰਿਹਾ ਤਾਂ ਸ਼ਾਇਦ ਬੱਚਾ ਸਾਡਾ ਨਹੀਂ ਹਾਂ ਬਿਲਕੁਲ ਉਹਨਾਂ ਦੇ ਅੰਦਰ ਵਹਿਮ ਹੈ ਮਨ ਵਿੱਚ ਵਹਿਮ ਭਰਮ ਹੈ ਕਿ ਜੇ ਆਪਾਂ ਟੈਸਟ ਟਿਊਬ ਬੇਬੀ ਕਰਾਵਾਂਗੇ ਤਾਂ ਕਿਸੇ ਹੋਰ ਦਾ ਬੱਚਾ ਆ ਜਾਏਗਾ ਇੰਜ ਨਹੀਂ ਹੁੰਦਾ ਬੱਚਾ ਸਿਰਫ ਉਹਨਾਂ ਦਾ ਆਪਣਾ ਹੀ ਹੁੰਦਾ ਜਿਹੜਾ ਕੰਮ ਉਹਨਾਂ ਦੇ ਅੰਦਰ ਹੋਣਾ ਹੈ ਉਹ ਆਪਾਂ ਬਾਹਰ ਇੱਕ ਲੈਬੋਰਟਰੀ ਵਿੱਚ ਕਰ ਰਹੇ ਹਾਂ ਬਿਲਕੁਲ ਜਿਸ ਨੂੰ ਬੋਡੀ ਸਪੋਰਟ ਨਹੀਂ ਕਰ ਰਹੀ ਟਿਊਬਾਂ ਬਲੌਕ ਹੈ ਤਾਂ ਉਹ ਕੰਮ ਆਪਾਂ ਬਾਹਰ ਕਰ ਰਹੇ ਹਾਂ ਠੀਕ ਹੈ ਪਰ ਬੱਚਾ ਉਹਨਾਂ ਦਾ ਆਪਣਾ ਹੀ ਹੋਏਗਾ ਜੀ 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 ਬਿਲਕੁਲ ਕਿਉਂਕਿ ਜ਼ਿਆਦਾਤਰ ਲੋਕਾਂ ਵਿੱਚ ਇਹੀ ਵਹਿਮ ਰਹਿੰਦਾ ਕਿ ਸ਼ਾਇਦ ਅਸੀਂ ਟੈਸਟ ਟਿਊਬ ਬੇਬੀ ਕਰਾਂਗੇ ਤਾਂ ਉਹ ਸ਼ਾਇਦ ਬੱਚਾ ਸਾਡਾ ਨਹੀਂ ਹੋਏਗਾ ਕਿਸੇ ਹੋਰ ਦਾ ਆਏਗਾ ਸੋ ਇਸ ਵਹਿਮ ਤੋਂ ਦੂਰ ਰਹੋ ਇਸੇ ਕਰਕੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਖਾਸ ਚਰਚਾ ਕਰਦੇ ਹਾਂ ਹਰ ਵਾਰ ਬਾਜਵਨ ਦੇ ਉੱਪਰ ਤੇ ਇਸੇ ਕਰਕੇ ਅਸੀਂ ਹਮੇਸ਼ਾ ਡਾਕਟਰ ਸੁਮਿਤਾ ਸੋਫਾ ਜੀ ਨੂੰ ਲੈ ਕੇ ਆਉਂਦੇ ਹਾਂ ਕਿਉਂਕਿ ਇਹ ਮਾਹਿਰ ਨੇ ਬਾਜਵਨ ਦੇ ਤੇ ਸਾਨੂੰ ਕਈ ਬਰੀਕੀਆਂ ਦੱਸਦੇ ਨੇ ਤੇ ਅਸੀਂ ਉਮੀਦ ਕਰਦੇ ਹਾਂ ਕਿ ਇਹਨਾਂ ਬਰੀਕੀਆਂ ਤੋਂ ਤੁਹਾਨੂੰ ਵੀ ਕਾਫੀ ਫਾਇਦਾ ਪਹੁੰਚੇਗਾ ਤੁਹਾਡੇ ਵਹਿਮ ਭਰਮ ਵੀ ਦੂਰ ਹੋਣਗੇ ਤੇ ਤੁਸੀਂ ਵੀ ਅਗਰ ਤੁਹਾਡੇ ਨੇੜੇ ਤੇੜੇ ਤੁਹਾਡੇ ਪਰਿਵਾਰ ਵਿੱਚ ਤੁਹਾਡੇ ਆਸ ਪਾਸ ਕੋਈ ਇਸ ਪਰੇਸ਼ਾਨੀ ਤੋਂ ਪਰੇਸ਼ਾਨ ਹੈ ਤਾਂ ਤੁਸੀਂ ਵੀ ਉਹਨਾਂ ਦੀ ਮਦਦ ਕਰ ਸਕਦੇ ਹੋ ਇਸ ਪਰੇਸ਼ਾਨੀ ਤੋਂ ਨਿਜਾਤ ਪਾਉਣ ਦੇ ਲਈ ਨਾਲ ਹੀ ਡਾਕਟਰ ਮੈਂ ਤੁਹਾਡੇ ਵੀ ਪੁੱਛਣਾ ਚਾਹੂੰਗੀ ਕਿ ਕਈ ਪੇਸ਼ੈਂਟ ਹੁੰਦੇ ਨੇ ਲਾਈਕ ਲੇਡੀ ਹੈ ਉਸਦੇ ਹਸਬੈਂਡ ਜੋ ਹੈ ਬਾਹਰ ਰਹਿੰਦੇ ਨੇ ਤਾਂ ਕਿੰਨਾ ਕੁ ਜ਼ਰੂਰੀ ਹੁੰਦਾ ਹਸਬੈਂਡ ਵਾਈਫ ਦੋਹਾਂ ਦਾ ਇਸ ਟ੍ਰੀਟਮੈਂਟ ਦੇ ਵਿੱਚ ਹੋਣਾ ਦੇਖੋ ਕਈ ਪੇਸ਼ੈਂਟਸ ਆਉਂਦੇ ਮਤਲਬ ਹੈ ਕਿ ਜਿਨ੍ਹਾਂ ਦੇ ਹਸਬੈਂਡ ਆਰਮੀ ਵਿੱਚ ਹੈ ਜਿਨ੍ਹਾਂ ਨੂੰ ਮਹੀਨੇ ਦੀ ਸਾਲ ਵਿੱਚ ਸਿਰਫ ਇੱਕ ਮਹੀਨੇ ਜਾਂ 2 ਮਹੀਨੇ ਦੀ ਛੁੱਟੀ ਮਿਲਦੀ ਹੈ ਜਾਂ ਉਹਦਾ ਹਸਬੈਂਡ ਕਿਤੇ ਬਾਹਰ ਆਊਟ ਆਫ ਇੰਡੀਆ ਰਹਿੰਦਾ ਹੈ ਠੀਕ ਹੈ ਤੇ ਇਹੋ ਜਿਹੇ ਕਪਲਸ ਵਿੱਚ ਵਾਈਫ ਦੀ ਜ਼ਿਆਦਾ ਜ਼ਰੂਰਤ ਹੁੰਦੀ ਹੈ ਸਾਨੂੰ ਠੀਕ ਹੈ ਹਸਬੈਂਡ ਚਾਹੇ ਇੱਕ ਦਿਨ ਵੀ ਆ ਕੇ ਵੀਰਜ ਦੇ ਸਕਦਾ ਮਤਲਬ ਕਿ ਕਿਸੇ ਵੀ ਹਸਪਤਾਲ ਵਿੱਚ ਜਾਏਗਾ ਤੇ ਸੀਮਨ ਫ੍ਰੀਜ਼ਿੰਗ ਦੀ ਫੈਸਿਲਿਟੀ ਹੋਣੀ ਚਾਹੀਦੀ ਹੈ ਉਹਦਾ ਵੀਰਜ ਫ੍ਰੀਜ਼ ਹੋ ਜਾਏਗਾ ਉਹ ਅਨਲਿਮਿਟਿਡ ਟਾਈਮ ਵਾਸਤੇ ਹੋ ਸਕਦਾ ਅਨਗਿਣਤ ਟਾਈਮ ਵਾਸਤੇ ਹੋ ਸਕਦਾ ਤੇ ਉਹਨੂੰ ਇੱਕ ਜਾਂ 2 ਸੈਂਪਲਸ ਲੈ ਕੇ ਫ੍ਰੀਜ਼ ਕਰਕੇ ਰੱਖਿਆ ਜਾ ਸਕਦਾ ਹੈ ਅਨਲਿਮਿਟਿਡ ਟਾਈਮ ਵਾਸਤੇ ਵੀ ਜਦ ਵੀ ਵਾਈਫ ਚਾਹੇਗੀ ਕਿ ਬੱਚਾ ਕਰਾਉਣਾ ਚਾਹੁੰਦੀ ਹੈ ਜਾਂ ਉਹ ਤਿਆਰ ਹੈ ਪ੍ਰੈਗਨੈਂਸੀ ਵਾਸਤੇ ਤੇ ਵਾਈਫ ਦੇ ਐਗਸ ਲੈ ਕੇ ਉਹ ਸਪਰਮਸ ਮਿਲਾ ਕੇ ਭਰੂਣ ਬਣਾ ਕੇ ਬੱਚੇਦਾਨੀ ਵਿੱਚ ਰੱਖਿਆ ਜਾਂਦਾ ਹੈ ਜੀ 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 ਤੇ ਨਾਲ ਹੀ ਹੁੰਦਾ ਕਿ ਇਸ ਵੈਸੇ ਹੀ ਜੋ ਕਪਲ ਹੁੰਦਾ ਹੈ ਬਾਜਪਨ ਦੀ ਸਮੱਸਿਆ ਤੋਂ ਸ਼ਿਕਾਰ ਹੈ ਜਾਂ ਪਰੇਸ਼ਾਨ ਹੈ ਉਹ ਪਹਿਲੇ ਹੀ ਉਹਨਾਂ ਨੂੰ ਸਟ੍ਰੈਸ ਬਹੁਤ ਜ਼ਿਆਦਾ ਹੁੰਦਾ ਹੈ ਤਾਂ ਕੀ ਇਸ ਟ੍ਰੀਟਮੈਂਟ ਦੇ ਵਿੱਚ ਉਹਨਾਂ ਨੂੰ ਕੰਸਲਟ ਐਵੇਂ ਵੀ ਕੀਤਾ ਜਾਂਦਾ ਹੈ ਕਿ ਉਹਨਾਂ ਦਾ ਸਟ੍ਰੈਸ ਲੈਵਲ ਘਟਾਇਆ ਜਾਏ ਜਾਂ ਕਿੰਨਾ ਕੁ ਫੈਮਿਲੀ ਦੀ ਸਪੋਰਟ ਦਾ ਹੋਣਾ ਇਹਦੇ ਵਿੱਚ ਜ਼ਰੂਰੀ ਬਿਲਕੁਲ ਤੁਸੀਂ ਸਹੀ ਕਿਹਾ ਕਿ ਬਾਂਝਪਨ ਦੀ ਸਮੱਸਿਆ ਦੇ ਕਾਰਨ ਸਟ੍ਰੈਸ ਬਹੁਤ ਜ਼ਿਆਦਾ ਹੈ ਤੇ ਸਟ੍ਰੈਸ ਇਟਸੈਲਫ ਇੱਕ ਬਹੁਤ ਨੈਗੇਟਿਵ ਰੋਲ ਪਲੇ ਕਰਦਾ ਹੈ ਪ੍ਰੈਗਨੈਂਸੀ ਵਿੱਚ ਮਤਲਬ ਕਿ ਜਿੰਨੀ ਕੁ ਲੇਡੀ ਸਟ੍ਰੈਸ ਵਿੱਚ ਰਹੇਗੀ ਉਹਦਾ ਸਕਸੈਸ ਰੇਟ ਕਿਸੇ ਵੀ ਇਲਾਜ ਦਾ ਘਟਦਾ ਰਹਿੰਦਾ ਹੈ ਠੀਕ ਹੈ ਤੇ ਉਹਨੂੰ ਇੱਕ ਫੈਮਿਲੀ ਦੀ ਸਪੋਰਟ ਬਹੁਤ ਜ਼ਰੂਰੀ ਹੈ ਤੇ ਨਾਲ ਨਾਲ ਡਾਕਟਰ ਦੀ ਕਾਉਂਸਲਿੰਗ ਮਤਲਬ ਪ੍ਰੋਪਰ ਕਾਉਂਸਲਰਸ ਹੋਣੇ ਚਾਹੀਦੇ ਅੱਜ ਕੱਲ ਤਾਂ ICMR ਗਾਈਡਲਾਈਨਸ ਆ ਗਈਆਂ ਮਤਲਬ ਸਰਕਾਰ ਵੱਲੋਂ ਗਾਈਡਲਾਈਨਸ ਆ ਗਈਆਂ ਕਿ ਹਰ ਚੰਗੇ ਬਾਂਝਪਨ ਕੇਂਦਰ ਵਿੱਚ ਕਾਉਂਸਲਰ ਦਾ ਹੋਣਾ ਬਹੁਤ ਜ਼ਰੂਰੀ ਹੈ ਜਿਹਦੇ ਨਾਲ ਪੇਸ਼ੈਂਟ ਸਾਰੀ ਗੱਲਬਾਤ ਕਰ ਸਕਦਾ ਉਹਨੂੰ ਟ੍ਰੀਟਮੈਂਟ ਬਾਰੇ ਪਤਾ ਲੱਗੇਗਾ ਆਪਣੇ ਦੁੱਖ ਸ਼ੇਅਰ ਕਰ ਸਕਦਾ ਜਿਹੜਾ ਕਾਉਂਸਲਰ ਹੈ ਉਹ ਸਾਰਾ ਕੁਝ ਸਮਝਾਏਗਾ ਪੇਸ਼ੈਂਟ ਦਾ ਸਟ੍ਰੈਸ ਲੈਵਲ ਦੂਰ ਕਰੇਗਾ ਤੇ ਇਹਦੇ ਨਾਲ ਜਿਹੜਾ ਹੈ ਕਿਸੇ ਵੀ ਪ੍ਰੋਸੀਜਰ ਦਾ ਕਾਮਯਾਬੀ ਦਰ ਵੱਧ ਸਕਦਾ ਹੈ ਬਿਲਕੁਲ ਬਿਲਕੁਲ ਤੇ ਬਹੁਤ ਜ਼ਰੂਰੀ ਹੈ ਕਿ ਅਗਰ ਸਾਡੇ ਪਰਿਵਾਰ ਵਿੱਚ ਜਾਂ ਸਾਡੇ ਨੇੜੇ ਤੇੜੇ ਕੋਈ ਕਪਲ ਇਸ ਤੋਂ ਸ਼ਿਕਾਰ ਹੈ ਤਾਂ ਉਸ ਨੂੰ ਦੁਤਕਾਰਨਾ ਨਹੀਂ ਚਾਹੀਦਾ ਬਲਕਿ ਉਹਨਾਂ ਨੂੰ ਸਪੋਰਟ ਕਰਨਾ ਚਾਹੀਦਾ ਹੈ ਉਹਨਾਂ ਦੀ ਮਦਦ ਕਰਨੀ ਚਾਹੀਦੀ ਹੈ ਤਾਂ ਕਿ ਉਹ ਸਟ੍ਰੈਸ ਫ੍ਰੀ ਹੋ ਕੇ ਇਸ ਇਲਾਜ ਦੇ ਵਿੱਚ ਅੱਗੇ ਵਧਣ ਤੇ ਖੁਸ਼ੀਆਂ ਭਰਿਆ ਜੀਵਨ ਉਹ ਵੀ ਜੀ ਸਕਣ ਤੇ ਇੱਥੇ ਮੈਂ ਗੱਲ ਕਰਾਂਗੀ ਜੋ ਲੇਡੀਜ਼ ਦੇ ਵਿੱਚ ਅੰਡੇਦਾਨੀ ਦੀ ਜਾਂ ਬੱਚੇਦਾਨੀ ਦੀ ਪ੍ਰੋਬਲਮ ਹੁੰਦੀ ਹੈ ਜਿਵੇਂ ਤੁਸੀਂ ਕਿਹਾ ਕਿ ਬੱਚੇਦਾਨੀ ਵਿੱਚ ਕਈ ਵਾਰ ਰਸੌਲੀਆਂ ਹੁੰਦੀਆਂ ਨੇ ਤਾਂ ਉਹਨਾਂ ਦਾ ਕੀ ਇਲਾਜ
ਦੇਖੋ ਮੈਂ ਪਹਿਲਾਂ ਵੀ ਦੱਸਿਆ ਜੇ ਰਸੌਲੀਆਂ ਬਹੁਤ ਵੱਡੀਆਂ ਹੋਣ ਤਾਂ ਉਹਨਾਂ ਨੂੰ ਰਿਮੂਵ ਕਰਨਾ ਜ਼ਰੂਰੀ ਹੋ ਜਾਂਦਾ ਹੈ ਜੇ ਛੋਟੀ ਰਸੌਲੀ ਹੈ ਬੱਚੇਦਾਨੀ ਦੀ ਪੈਰ ਤੋਂ ਪਰੇ ਹੈ ਤਾਂ ਉਹ ਰਸੌਲੀ ਕੁਛ ਨਹੀਂ ਕਹੇਗੀ ਪਈ ਰਹੇਗੀ ਉਹਦੇ ਨਾਲ ਅਗਰ ਲੇਡੀ ਨੂੰ ਨਹੀਂ ਪ੍ਰੈਗਨੈਂਸੀ ਹੋ ਰਹੀ ਤਾਂ ਉਹ ਰਸੌਲੀ ਦੇ ਨਾਲ ਅਨਰਿਲੇਟਡ ਹੈ ਕੋਈ ਹੋਰ ਕਾਰਨ ਵੀ ਹੋ ਸਕਦੇ ਹੈ ਠੀਕ ਹੈ ਜੇ ਵੱਡੀਆਂ ਰਸੌਲੀਆਂ ਤਾਂ ਉਹ ਦੂਰਬੀਨ ਦੇ ਰਾਹੀਂ ਕੱਢੀਆਂ ਜਾ ਸਕਦੀਆਂ ਠੀਕ ਹੈ ਜਿੰਨੀ ਮਰਜ਼ੀ ਵੱਡੀ ਰਸੌਲੀ ਹੋਏ ਬੱਚੇਦਾਨੀ ਕੱਢਣ ਦੀ ਲੋੜ ਨਹੀਂ ਹੁੰਦੀ ਮਤਲਬ ਕਦੇ ਵੀ ਕਿਸੇ ਲੇਡੀ ਨੂੰ ਕਿਉਂਕਿ ਸਾਡੇ ਕੋਲ ਜਿਹੜੇ ਕਪਲ ਆਉਂਦੇ ਆ ਉਹ ਇਨਫਰਟਾਈਲ ਕਪਲ ਹੈ ਕੋਈ ਵੀ ਲੇਡੀ ਆਪਣੀ ਬੱਚੇਦਾਨੀ ਨਹੀਂ ਕਢਵਾਉਣਾ ਚਾਹੇਗੀ ਬਿਲਕੁਲ ਤੇ ਹਮੇਸ਼ਾ ਬੱਚੇਦਾਨੀ ਨਹੀਂ ਕੱਢੀ ਜਾ ਸਕਦੀ ਠੀਕ ਹੈ ਉਹਦੀ ਸਿਰਫ ਆਪਾਂ ਰਸੌਲੀਆਂ ਕੱਢਾਂਗੇ ਜੀ ਰਸੌਲੀਆਂ ਕੱਢੀਆਂ ਜਾਂਦੀਆਂ ਬੱਚੇਦਾਨੀ ਫਿਰ ਬੱਚੇ ਵਾਸਤੇ ਤਿਆਰ ਕੀਤੀ ਜਾਂਦੀ ਹੈ ਜੀ ਤੇ ਜਿਸ ਤਰ੍ਹਾਂ ਕਹਿੰਦੇ ਕਿ ਅਗਰ ਬੱਚੇਦਾਨੀ ਦਾ ਸਾਈਜ਼ ਛੋਟਾ ਹੈ ਤਾਂ ਉਸਦੇ ਵਿੱਚ ਕੀ ਰਹਿੰਦਾ ਅੱਗੋਂ ਹਾਂ ਅਗਰ ਬੱਚੇਦਾਨੀ ਛੋਟੀ ਹੈ ਸਪੋਜ਼ਿੰਗ ਤਾਂ ਉਹਦੇ ਹਾਰਮੋਨਸ ਦੇ ਕੇ ਉਹਦਾ ਸਾਈਜ਼ ਵਧਾਇਆ ਜਾ ਸਕਦਾ ਫਿਰ ਦੇਖਦੇ ਹਾਂ ਕਿ ਉਹਦਾ ਅੰਡਾ ਬਣ ਸਕਦਾ ਆਪਣਾ ਕਿ ਨਹੀਂ ਬਣ ਸਕਦਾ ਜੇ ਨਹੀਂ ਬਣ ਸਕਦਾ ਤਾਂ ਫਿਰ ਆਪਾਂ ਅੰਡਾ ਬੈਂਕ ਤੋਂ ਲੈ ਸਕਦੇ ਹਾਂ ਜਾਂ ਉਹਨੂੰ ਫਿਰ ਟੀਕੇ ਲਗਾ ਕੇ ਅੰਡੇ ਬਣਾਏ ਜਾਂਦੇ ਆ ਫਿਰ ਭੂਣ ਤਿਆਰ ਕਰਕੇ ਬੱਚੇਦਾਨੀ ਵਿੱਚ ਰੱਖਿਆ ਜਾਂਦਾ ਹੈ ਜੀ ਤੇ ਸਾਡੇ ਇੱਕ ਹੋਰ ਕਾਲਰ ਲਾਈਨ ਤੇ ਨੇ ਹੈਲੋ ਹੈਲੋ ਹਾਂਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਰੇਖਾ ਹੈ ਹਾਂਜੀ ਕਿਹੜੇ ਸ਼ਹਿਰ ਤੋਂ ਬੋਲ ਰਹੇ ਹੋ ਬਠਿੰਡਾ ਸੀ ਹਾਂਜੀ ਕੀ ਸਮੱਸਿਆ ਤੁਹਾਡੀ ਮੈਂ ਬਾਤ ਕਰਨੀ ਹੈ ਮੇਰੇ ਹਸਬੈਂਡ ਮੈਂ ਸ਼ੁਕਰਾਨਾ ਕੀ ਕਮੀ ਹੈ ਥੋੜੀ ਸੀ ਜੀ ਤੇ ਉਹਨਾਂ ਦੇ ਸ਼ੁਕਰਾਨਾ ਚਾਰ ਮਿਲੀਅਨ ਹੈ ਅੱਛਾ ਇਹ ਤਾਂ ਬਹੁਤ ਕਮ ਹੈ ਸ਼ੁਕਰਾਨਾ ਆਪਕੇ ਤੋਂ ਨਾਰਮਲ ਪ੍ਰੈਗਨੈਂਸੀ ਹੋਣੀ ਮੁਸ਼ਕਿਲ ਹੈ ਆਪਨੇ ਤੋਂ ਨਹੀਂ ਕੋਈ ਸਮੱਸਿਆ ਆਈ ਕਿੰਨੇ ਸਾਲ ਹੋ ਗਏ ਆਪਕੋ ਸ਼ਾਦੀ ਕੋ ਹੋਏ ਸ਼ਾਦੀ ਕੋ ਦੋ ਸਾਲ ਹੋ ਗਏ ਅਭੀ ਅੱਛਾ ਤੋ ਆਪਨੇ ਹਸਬੈਂਡ ਕੀ ਡਿਟੇਲ ਚੈੱਕਅਪ ਕਰਾਇਆ ਕਿ ਕਿਉਂ ਹੈ ਉਨਕੇ 4 ਮਿਲੀਅਨ ਕਾਊਂਟ ਸਿਰਫ ਫਿਰ ਆਪਕੋ ਸਾਰੇ ਡਿਟੇਲ ਚੈੱਕਅਪ ਕਰਾਨੀ ਚਾਹੀਏ ਦੇਖਣਾ ਚਾਹੀਏ ਕਿ ਕਿਉਂ ਆਪਕੇ ਹਸਬੈਂਡ ਕੇ ਅਕਾਊਂਟ ਇਤਨੇ ਕਮ ਹੈ ਕਿਆ ਉਹ ਦਵਾਈ ਸੇ ਠੀਕ ਹੋ ਸਕਤੇ ਹੈ ਕਿ ਨਹੀਂ ਹੋ ਸਕਤੇ ਅਗਰ ਹੋ ਸਕਤੇ ਹੈ ਤੋ ਫਿਰ ਦਵਾਈਆਂ ਦੇਣੀ ਚਾਹੀਏ ਅਗਰ ਨਹੀਂ ਹੋ ਸਕਤੇ ਤੋ ਫਿਰ ਆਪਕੋ ਇੱਕ ਸਿਵਿਧੀ ਕੀ ਜ਼ਰੂਰਤ ਹੈ ਜੀ ਜਿਵੇਂ ਕਿ ਇਹਨਾਂ ਨੇ ਗੱਲ ਕੀਤੀ ਕਿ ਇਹਨਾਂ ਦੇ ਜੋ ਹਸਬੈਂਡ ਦੇ ਵੀ ਸ਼ੁਕਰਾਨੇ ਦੀ ਕਾਫੀ ਕਾਊਂਟ ਘੱਟ ਆਇਆ ਤਾਂ ਇਹ ਕਿ ਦਵਾਈ ਨਾਲ ਵਧਾਇਆ ਜਾ ਸਕਦਾ ਹੈ ਦੇਖੋ ਡਿਪੈਂਡ ਹੁੰਦਾ ਹੈ ਕਿ ਕਿਉਂ ਘੱਟ ਹੈ ਪਹਿਲਾਂ ਤਾਂ ਆਪਾਂ ਦੇਖਾਂਗੇ ਕਿ ਕਿਉਂ ਘੱਟ ਹੈ ਤੇ ਦਵਾਈਆਂ ਮਤਲਬ ਕਿ ਸਿਰਫ ਅਗਰ ਸਟ੍ਰੈਸ ਸਟ੍ਰੇਨ ਦਾ ਸੀ ਸਪੋਜ਼ ਇਹਨਾਂ ਦਾ ਤਾਂ ਚਲੋ 4 ਮਿਲੀਅਨ ਹੈ ਕਿਸੇ ਦਾ 20 ਮਿਲੀਅਨ 25 ਮਿਲੀਅਨ ਹੈ ਸਿਰਫ ਇੱਕ ਸੀਮਨ ਸੈਂਪਲ ਦੀ ਰਿਪੋਰਟ ਨੂੰ ਲੈ ਕੇ ਆਪਾਂ ਨਹੀਂ ਕਹਿ ਸਕਦੇ ਕਿ ਇਸ ਪੇਸ਼ੈਂਟ ਨੂੰ ਪ੍ਰੋਬਲਮ ਹੈ ਉਹਦੇ ਰਿਪੀਟਡ ਸੀਮਨ ਸੈਂਪਲਸ 2 ਜਾਂ 3 ਵਾਰ ਉਹਨੂੰ ਟੈਸਟ ਕਰਾ ਲੈਣਾ ਚਾਹੀਦਾ ਕਈ ਵਾਰ ਕੋਈ ਵਾਇਰਲ ਇਨਫੈਕਸ਼ਨਸ ਹੁੰਦੀ ਹੈ ਹਸਬੈਂਡ ਬਿਮਾਰ ਹੁੰਦਾ ਤਾਂ ਕਾਊਂਟ ਘੱਟ ਆ ਜਾਂਦਾ ਜੇ ਆਪਾਂ 3 ਸੈਂਪਲਸ ਕਰਾਈਏ ਮਹੀਨੇ ਮਹੀਨੇ ਦੇ ਗੈਪ ਵਿੱਚ ਉਹਦੇ ਵਿੱਚ ਤਿੰਨਾਂ ਵਿੱਚ ਪ੍ਰੋਬਲਮ ਆਏ ਤਾਂ ਫਿਰ ਇਹਦਾ ਮਤਲਬ ਪ੍ਰੋਬਲਮ ਹੈ ਤੇ ਅਗਰ ਮਾੜੀ ਮੋਟੀ ਹਲਕੀ ਫੁਲਕੀ ਜਿਵੇਂ 20 ਮਿਲੀਅਨ ਹੈ 25 ਮਿਲੀਅਨ ਹੈ ਤਾਂ ਫਿਰ ਆਪਾਂ ਦਵਾਈ ਦੇ ਕੇ ਦੇਖ ਸਕਦੇ ਹਾਂ ਪਰ ਖਾਲੀ ਕਾਊਂਟ ਹੀ ਨਹੀਂ ਮੈਟਰ ਕਰਦਾ ਹੋਰ ਚੀਜ਼ਾਂ ਮੈਟਰ ਕਰਦੀਆਂ ਜਿਵੇਂ ਮੋਰਫੋਲੋਜੀ ਮੈਟਰ ਕਰਦੀ ਹੈ ਮੋਟੀਲਿਟੀ ਮੈਟਰ ਕਰਦੀ ਹੈ ਸੋ ਮੈਂ ਫੇਰ ਦੱਸਾਂਗੀ ਕਿ ਸਪੈਸ਼ਲ ਟੈਸਟ ਹੁੰਦੇ ਆ ਸਪਰਮ ਫੰਕਸ਼ਨ ਟੈਸਟ ਹੁੰਦਾ ਹੈ ਸਪੈਸ਼ਲ ਮਸ਼ੀਨਰੀ ਆਉਂਦੀ ਹੈ ਠੀਕ ਹੈ ਉਹਦੇ ਨਾਲ ਦੇਖਿਆ ਜਾਂਦਾ ਕਿ ਆ ਹੋ ਸਕਦਾ ਹੈ ਕਿ ਨਹੀਂ ਹੋ ਸਕਦਾ ਜੀ ਜੀ ਬਿਲਕੁਲ ਬਿਲਕੁਲ ਤੇ ਇਸ ਦੇ ਨਾਲ ਹੀ ਜਿਵੇਂ ਕਿ ਇੱਕ ਲੇਡੀ ਇਸ ਟ੍ਰੀਟਮੈਂਟ ਦੇ ਜ਼ਰੀਏ ਪ੍ਰੈਗਨੈਂਟ ਹੁੰਦੀ ਹੈ ਤਾਂ ਉਸਨੂੰ ਕੀ ਖਾਸ ਤਰ੍ਹਾਂ ਦੇ ਕੋਈ ਪਰਹੇਜ਼ ਕਰਨੇ ਪੈਂਦੇ ਆ ਕੋਈ ਖਾਸ ਤਰ੍ਹਾਂ ਦਾ ਉਹਨੂੰ ਇਲਾਜ ਕੰਟੀਨਿਊ ਕਰਨਾ ਪੈਂਦਾ ਨਹੀਂ ਇਹੋ ਜੀ ਕੋਈ ਗੱਲ ਨਹੀਂ ਹੈ ਇੱਕ ਵਾਰ ਜੇ ਟੈਸਟ ਟਿਊਬ ਬੇਬੀ ਹੋ ਗਿਆ ਤਾਂ ਉਹਨੂੰ 24 ਘੰਟੇ ਮੰਜੇ ਤੇ ਪੈਣ ਦੀ ਲੋੜ ਨਹੀਂ ਹੈ ਠੀਕ ਹੈ ਹਾਂ ਕਿ ਉਹ ਪ੍ਰੈਸ਼ੀਅਸ ਪ੍ਰੈਗਨੈਂਸੀ ਹੈ ਦੇਖੋ ਔਖੀ ਤਰ੍ਹਾਂ ਲਿੱਤੀ ਹੋਈ ਹੈ ਪ੍ਰੈਗਨੈਂਸੀ ਬਹੁਤ ਸਾਲਾਂ ਬਾਅਦ ਹੋਈ ਹੈ ਤੇ ਥੋੜੀ ਬਹੁਤ ਕੇਅਰ ਕਰਨੀ ਹੀ ਪਏਗੀ ਕਿਉਂਕਿ ਇੱਕ ਨਾਰਮਲ ਲੇਡੀ ਨੂੰ ਪ੍ਰੈਗਨੈਂਸੀ ਸ਼ਾਦੀ ਦੇ 1 ਸਾਲ ਬਾਅਦ ਹੋ ਗਈ ਹੈ ਤੇ ਉਹ ਓਨੀ ਕਦਰ ਨਹੀਂ ਕਰੇਗੀ ਪ੍ਰੈਗਨੈਂਸੀ ਦੀ ਜਿੰਨੀ ਆ ਪੇਸ਼ੈਂਟ ਕਰੇਗਾ ਬਿਲਕੁਲ ਸਟ੍ਰਿਕਟ ਬੈੱਡ ਰਹੇ ਸਾਰਾ ਕੰਮ ਕਾਰ ਛੱਡਣ ਦੀ ਕੋਈ ਲੋੜ ਨਹੀਂ ਹੈ ਬੰਦਾ ਕੰਮ ਕਰ ਸਕਦਾ ਹਲਕਾ ਫੁਲਕਾ ਚੱਲ ਸਕਦਾ ਫਿਰ ਸਕਦਾ ਐ ਨਹੀਂ ਕਿ 24 ਘੰਟੇ ਤੁਸੀਂ ਮੰਜੇ ਤੇ ਪਏ ਰਹੋ ਤੇ ਉੱਠੋਗੇ ਤਾਂ ਬੱਚਾ ਥੱਲੇ ਗਿਰ ਜਾਏਗਾ ਇੰਝ ਨਹੀਂ ਹੁੰਦਾ ਆ ਸਾਰੀ ਗਲਤ ਧਾਰਨਾ ਹੈ ਜੀ ਜੀ ਬਿਲਕੁਲ ਤੇ ਜੇ ਫਸਟ ਟਾਈਮ ਉਹਨਾਂ ਨੇ ਟੈਸਟ ਟਿਊਬ ਬੇਬੀ ਦੇ ਜ਼ਰੀਏ ਬੇਬੀ ਕਨਸੀਵ ਕੀਤਾ ਤਾਂ ਕੀ ਸੈਕਿੰਡ ਟਾਈਮ ਵੀ ਜ਼ਰੂਰੀ ਹੈ ਕਿ ਇਹੀ ਟ੍ਰੀਟਮੈਂਟ ਦੇ ਜ਼ਰੀਏ ਹੀ ਉਹ ਪ੍ਰੈਗਨੈਂਟ ਹੋ ਸਕਣਗੇ ਜਾਂ ਨਾਰਮਲ ਵੀ ਹੋ ਸਕਦਾ ਹੈ ਦੇਖੋ ਇੰਜ ਕੀ ਪ੍ਰੋਬਲਮ ਕੀ ਸੀ ਜੇ ਤਾਂ ਟਿਊਬਾ ਬੰਦ ਹੈ ਜਾਂ ਨਹੀਂ ਖੁੱਲ ਸਕਦੀਆਂ ਤਾਂ ਫਿਰ ਓਬਵੀਅਸਲੀ ਸੈਕਿੰਡ ਬੇਬੀ ਵੀ ਉਹਨਾਂ ਨੂੰ ਟੈਸਟ ਟਿਊਬ ਬੇਬੀ ਦੇ ਲੈਣਾ ਪਏਗਾ ਜੇ ਕਈ ਵਾਰ ਅਨਨੋਨ ਕਾਜ਼ਸ ਹੁੰਦੇ ਆ ਇੱਕ ਵਾਰ ਪ੍ਰੈਗਨੈਂਸੀ ਹੋ ਗਈ ਤੇ ਦੂਜੀ ਵਾਰ ਆਪਣੇ ਆਪ ਪੇਸ਼ੈਂਟ ਸਪੌਂਟੇਨੀਅਸਲੀ ਵੀ ਆਪਣੇ ਆਪ ਪ੍ਰੈਗਨੈਂਟ ਹੋ ਸਕਦਾ ਹੈ ਜੀ ਬਿਲਕੁਲ ਤੇ ਇੱਥੇ ਨਾਲ ਹੀ ਜਾਣਾ ਚਾਹਾਂਗੀ ਕਿ ਕਈਆਂ ਦੇ ਮਨਾਂ ਵਿੱਚ ਇਹ ਵੀ ਵਹਿਮ ਰਹਿੰਦਾ ਹੈ ਕਿ ਸ਼ਾਇਦ ਅਗਰ ਅਸੀਂ ਟ੍ਰੀਟਮੈਂਟ ਲਵਾਂਗੇ ਤਾਂ ਪਤਾ ਨਹੀਂ ਬੋਏ ਦਾ ਪ੍ਰੋਸੈਸ ਬੜਾ ਪੇਨਫੁਲ ਹੈ ਪਤਾ ਨਹੀਂ ਬਹੁਤ ਜ਼ਿਆਦਾ ਸਟ੍ਰੈਸ ਰਹੇਗਾ ਬਾਡੀ ਦੇ ਉੱਪਰ ਇਸ ਦੇ ਬਾਰੇ ਵੀ ਦੱਸੋ
ਨਹੀਂ, ਇਹ ਟ੍ਰੀਟਮੈਂਟ ਬਿਲਕੁਲ ਪੇਨਫੁਲ ਨਹੀਂ ਹੁੰਦਾ ਪੇਸ਼ੈਂਟ ਨੂੰ। ਇਹ ਸਾਰੀ ਗਲਤ ਧਾਰਨਾ ਹੈ ਕਿ ਸਾਨੂੰ ਕੰਮ ਕਾਜ ਛੱਡ ਦੇਣਾ ਪਏਗਾ, ਆਪਾਂ ਨੂੰ ਬਾਰ ਬਾਰ ਆਉਣਾ ਪਏਗਾ ਡਾਕਟਰ ਕੋਲ, ਇੰਨੇ ਚੱਕਰ ਲੱਗਣਗੇ, ਇਹੋ ਜਿਹੀ ਕੋਈ ਗੱਲ ਨਹੀਂ ਹੁੰਦੀ ਜੀ। ਆਹ ਪੇਨਲੈਸ ਪ੍ਰੋਸੀਜਰ ਹੈ, ਸਿਰਫ ਜਦ ਪਲੇਡੀ ਦੇ ਐਗਸ ਕੱਢਦੇ ਆ, ਅੰਡੇ ਕੱਢਦੇ ਆ, ਉਹ ਬੇਹੋਸ਼ ਕਰਕੇ ਕੱਢੇ ਜਾਂਦੇ ਆ, ਠੀਕ ਹੈ, ਉਹਦੇ ਪੇਸ਼ੈਂਟ ਨੂੰ ਕੋਈ ਪੇਨ ਨਹੀਂ ਹੁੰਦੀ। ਬਾਕੀ ਸਾਰਾ ਜਿਹੜਾ ਪ੍ਰੋਸੀਜਰ ਹੈ ਬਿਲਕੁਲ ਪੇਨਲੈਸ ਪ੍ਰੋਸੀਜਰ ਹੈ, ਪੇਨਲੈਸ ਹੈ, ਕੋਈ ਦਰਦ ਦੀ ਲੋੜ ਨਹੀਂ, ਤੇ ਡਾਕਟਰ ਕੋਲ ਬਾਰ ਬਾਰ ਆਉਣ ਦੀ ਵੀ ਕੋਈ ਲੋੜ ਨਹੀਂ ਹੁੰਦੀ। ਤੁਸੀਂ ਆਪਣਾ ਕੰਮ ਕਾਜ, ਤੁਹਾਨੂੰ ਕੋਈ ਲੋੜ ਨਹੀਂ ਹੈ ਕਿ ਛੱਡੇ, ਅਗਰ ਲੇਡੀ ਵਰਕਿੰਗ ਹੈ ਤਾਂ ਆਪਣਾ ਕੰਮ ਕਰ ਸਕਦੀ ਹੈ ਜੀ, ਬਿਲਕੁਲ। ਤੇ ਇਸੇ ਤਰ੍ਹਾਂ ਮੈਂ ਤੁਹਾਨੂੰ ਵੀ ਕਹਿਣਾ ਚਾਹੁੰਦੀ ਹਾਂ ਸਾਰੇ ਦਰਸ਼ਕਾਂ ਨੂੰ, ਅਗਰ ਤੁਸੀਂ ਵੀ ਇਸ ਤਰ੍ਹਾਂ ਨਾਲ ਰਿਲੇਟਡ ਕਿਸੇ ਪ੍ਰੋਬਲਮ ਦਾ, ਕਿਸੇ ਸਮੱਸਿਆ ਦਾ ਕੋਈ ਜਵਾਬ ਚਾਹੁੰਦੇ ਹੋ, ਤਾਂ ਸਾਨੂੰ ਤੁਸੀਂ ਕਾਲ ਕਰ ਸਕਦੇ ਹੋ, ਸਾਡੇ ਨੰਬਰ ਨੇ 01755501949। ਤੇ ਇੱਕ ਹੋਰ ਕਾਲਰ ਸਾਡੇ ਲਾਈਨ ਤੇ ਆ ਚੁੱਕੇ ਨੇ। ਹੈਲੋ, ਹਾਂਜੀ, ਕੀ ਨਾਮ ਹੈ ਜੀ ਤੁਹਾਡਾ? ਮੈਂ ਜਗਮੀਤ ਸਿੰਘ ਹੈ ਜੀ। ਹਾਂਜੀ, ਕਿਹੜੀ ਜਗ੍ਹਾ ਤੋਂ ਬੋਲ ਰਹੇ ਹੋ? ਹਾਂਜੀ, ਕੀ ਸਮੱਸਿਆ ਤੁਹਾਡੀ? ਸਾਡੀ ਏਜ ਤਾਂ ਹੈ ਜੀ, ਰੀਮੈਰਿਜ ਆਈ ਹੈ ਜੀ, ਤੇ ਹੁਣ ਬੱਚਾ ਨੀ ਹੋਇਆ, ਡੇਢ ਦੋ ਸਾਲ ਹੋ ਗਏ ਹੋਈ ਨੂੰ। ਅੱਛਾ, ਤੁਹਾਡੇ ਪਹਿਲੀ ਮੈਰਿਜ ਤੋਂ ਬੱਚੇ ਸੀ? ਹਾਂਜੀ, ਮੇਰੇ ਵੀ ਬੇਟੀ ਜੀ, ਇਹਨਾਂ ਦੇ ਬੇਟਾ ਸੀ ਪਹਿਲਾਂ। ਅੱਛਾ, ਕਿੰਨੀ ਉਮਰ ਹੈ ਤੁਹਾਡੀ? ਮੇਰੀ ਹੈ ਜੀ 47 ਸਾਲ ਦੀ ਹੈ ਜੀ। ਹਾਂ, ਵਾਈਫ ਦੀ? ਇਹਨਾਂ ਦੀ 43 ਹੈ। ਹਾਂ, ਇਹਨਾਂ ਦੇ ਪੀਰੀਅਡ ਰੈਗੂਲਰ ਆਉਂਦੇ ਆ? ਹਾਂਜੀ ਹਾਂਜੀ। ਤੇ ਫਿਰ ਤੁਸੀਂ ਚੈੱਕ ਕਰਾਓ, ਵਾਈਫ ਨੂੰ ਚੈੱਕ ਕਰਾਓ ਕਿ ਕੋਈ ਹੋਰ ਪ੍ਰੋਬਲਮ ਨਹੀਂ, ਤੁਹਾਨੂੰ ਦੋਨਾਂ ਨੂੰ ਮਿਲਣਾ ਚਾਹੀਦਾ ਡਾਕਟਰ ਨੂੰ, ਉਹ ਸਾਰੀ ਜਾਂਚ ਕਰਕੇ ਦੱਸੇਗਾ ਕਿ ਕੋਈ ਸਮੱਸਿਆ ਹੈ ਕਿ ਨਹੀਂ ਹੈ, ਕਿਉਂਕਿ ਹੁਣ ਏਜ ਬਹੁਤ ਜ਼ਿਆਦਾ ਹੋ ਗਈ ਹੈ, ਹੁਣ ਤੁਸੀਂ ਵੇਟ ਨਹੀਂ ਕਰ ਸਕਦੇ ਨੈਚੁਰਲੀ, ਜੇ ਨਹੀਂ ਹੋ ਰਿਹਾ ਤਾਂ ਡਾਕਟਰੀ ਸਲਾਹ ਲੈਣੀ ਬਹੁਤ ਜ਼ਰੂਰੀ ਹੈ ਤੁਹਾਡੇ ਵਾਸਤੇ। ਬਿਲਕੁਲ, ਤੇ ਇਹ ਵਾਕਈ ਅੱਜ ਕੱਲ ਸਾਇੰਸ ਨੇ ਬਹੁਤ ਤਰੱਕੀ ਕਰ ਲਈ, ਕਹਾਂਗੇ ਕਿ ਇੱਕ ਟਾਈਮ ਸੀ ਜਦੋਂ ਜਿਸ ਨੂੰ ਬਾਂਝਪਨ ਦੀ ਸਮੱਸਿਆ ਹੀ ਸੋਚਿਆ ਜਾਂਦਾ ਸੀ ਕਿ ਕਦੀ ਵੀ ਇਹਨਾਂ ਨੂੰ ਸੰਤਾਨ ਦਾ ਸੁੱਖ ਨਹੀਂ ਮਿਲੇਗਾ, ਪਰ ਅੱਜ ਦੀ ਡੇਟ ਵਿੱਚ ਕੋਈ ਵੀ ਇਨਸਾਨ ਇਸ ਖੁਸ਼ੀ ਤੋਂ ਵਾਂਝਾ ਨਹੀਂ ਰਹਿ ਸਕਦਾ। ਅਗਰ ਤੁਸੀਂ ਚਾਹੁੰਦੇ ਹੋ ਇਸ ਸਮੱਸਿਆ ਤੋਂ ਨਿਜਾਤ ਪਾਉਣਾ ਚਾਹੁੰਦੇ ਹੋ, ਤਾਂ ਕਿਸੇ ਵੀ ਐਕਸਪਰਟ ਮਾਹਿਰ ਡਾਕਟਰ ਨੂੰ ਜ਼ਰੂਰ ਮਿਲੋ, ਤੇ ਤੁਹਾਨੂੰ ਕੋਈ ਨਾ ਕੋਈ ਇਲਾਜ ਜ਼ਰੂਰ ਮਿਲੇਗਾ, ਤੇ ਤੁਸੀਂ ਵੀ ਆਪਣੇ ਘਰ ਦੇ ਵਿੱਚ ਸੰਤਾਨ ਦੀ ਖੁਸ਼ੀ, ਬੱਚਿਆਂ ਦੀ ਖੁਸ਼ੀ ਜ਼ਰੂਰ ਲੈ ਸਕਦੇ ਹੋ। ਤੇ ਇਸ ਨਾਲ ਹੀ ਮੈਂ ਤੁਹਾਡੇ ਤੋਂ ਜਾਣਨਾ ਚਾਹਾਂਗੀ ਕਿ ਹੋਰ ਕਿਹੜੀਆਂ ਖਾਸ ਗੱਲਾਂ ਹੁੰਦੀਆਂ ਨੇ ਕਿ ਜੋ ਕਿ ਬਾਂਝਪਨ ਦੇ ਸ਼ਿਕਾਰ ਜੋ ਜੋੜੇ ਨੇ, ਜੋ ਕਪਲਸ ਨੇ, ਉਹਨਾਂ ਨੂੰ ਵੀ ਉਹਨਾਂ ਦਾ ਧਿਆਨ ਰੱਖਣਾ ਚਾਹੀਦਾ? ਦੇਖੋ, ਕੋਈ ਵੀ ਜਿਹੜਾ ਵਿਆਹ ਜੋੜਾ ਹੈ, ਉਹਨਾਂ ਨੂੰ ਸਭ ਤੋਂ ਪਹਿਲਾਂ ਇੱਕ ਹੈਲਦੀ ਲਾਈਫ ਸਟਾਈਲ ਮੇਨਟੇਨ ਕਰਨਾ ਬਹੁਤ ਜ਼ਰੂਰੀ ਹੈ ਜੀ, ਠੀਕ ਹੈ। ਹਰ ਤਰ੍ਹਾਂ ਦੇ ਨਸ਼ੇ ਤੋਂ ਦੂਰ ਰਹਿਣਾ ਚਾਹੀਦਾ, ਸਿਗਰਟ, ਸ਼ਰਾਬ, ਕੋਈ ਵੀ ਤਰ੍ਹਾਂ ਦਾ ਨਸ਼ਾ ਉਹ ਖਤਮ ਕਰਦਾ, ਕਿਸੇ ਵੀ ਤਰ੍ਹਾਂ ਦੀ ਐਡਿਕਸ਼ਨ ਮਾੜੀ ਹੁੰਦੀ ਹੈ। ਹੈਲਦੀ ਖਾਣਾ ਖਾਣ, ਹੈਲਦੀ ਲਾਈਫ ਸਟਾਈਲ ਬਿਤਾਉਣ, ਸਟ੍ਰੈਸ ਫਰੀ ਰਹਿਣ, ਤੇ ਐਕਸਰਸਾਈਜ਼ ਦਾ ਵੀ ਬਹੁਤ ਰੋਲ ਹੈ, ਮਤਲਬ ਕਿਸੇ ਨਾ ਕਿਸੇ ਤਰ੍ਹਾਂ ਦੀ ਐਕਸਰਸਾਈਜ਼ ਬਹੁਤ ਹੈਲਪ ਕਰਦੀ ਹੈ, ਸਪੈਸ਼ਲੀ ਲੇਡੀਜ਼ ਵਿੱਚ। ਮੋਟਾਪਾ ਜਿਵੇਂ ਜਿਵੇਂ ਆਉਂਦਾ, ਐਗ ਬਣਨ ਦੀ ਕਪੈਸਿਟੀ ਹੋਵੇ ਵੀ ਖਤਮ ਹੋ ਜਾਂਦੀ ਹੈ, ਤੇ ਜਿਹੜਾ ਪ੍ਰੈਗਨੈਂਸੀ ਦਾ ਲੈਵਲ ਹੈ ਉਹ ਵੀ ਘੱਟ ਜਾਂਦਾ। ਸੋ ਇੱਕ ਹੈਲਦੀ ਲਾਈਫ ਸਟਾਈਲ ਪ੍ਰੋਪਰ ਐਕਸਰਸਾਈਜ਼ ਦੇ ਨਾਲ ਬਹੁਤ ਮਦਦ ਕਰਦਾ। ਜੀ 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 ਬਿਲਕੁਲ, ਤੇ ਮੈਨੂੰ ਪੂਰੀ ਉਮੀਦ ਹੈ ਕਿ ਜੋ ਜੋ ਗੱਲਾਂ ਡਾਕਟਰ ਸੁਮਿਤਾ ਸੋਫਤ ਜੀ ਦੱਸ ਰਹੇ ਨੇ, ਉਹਨਾਂ ਗੱਲਾਂ ਦਾ ਸਾਰੇ ਹੀ ਜ਼ਰੂਰ ਧਿਆਨ ਰੱਖਣਗੇ, ਤੇ ਮੈਨੂੰ ਉਮੀਦ ਹੈ ਕਿ ਜੋ ਵੀ ਇਸ ਪਰੇਸ਼ਾਨੀ ਤੋਂ ਪਰੇਸ਼ਾਨ ਨੇ, ਉਹਨਾਂ ਨੂੰ ਵੀ ਕਾਫੀ ਇਸ ਗੱਲਾਂ ਤੋਂ ਕਾਫੀ ਕੁਝ ਅੱਛਾ ਮਿਲਿਆ ਹੋਣਾ, ਤੇ ਉਹਨਾਂ ਨੂੰ ਵੀ ਜ਼ਰੂਰ ਇੱਕ ਉਮੀਦ ਦੀ ਰੋਸ਼ਨੀ ਨਜ਼ਰ ਆਈ ਹੋਣੀ ਕਿ ਜੇ ਉਹ ਨਿਰਾਸ਼ ਹੋ ਚੁੱਕੇ ਸੀ ਤਾਂ ਉਹਨਾਂ ਨੂੰ ਵੀ ਜ਼ਰੂਰ ਇਹ ਲੱਗ ਰਿਹਾ ਹੋਣਾ ਕਿ ਹਾਂ ਹਲੇ ਵੀ ਸਮਾਂ ਹੈ, ਹਲੇ ਵੀ ਅਸੀਂ ਸਮਾਂ ਰਹਿੰਦੇ, ਸਹੀ ਰਾਹ ਤੇ ਚੱਲ ਕੇ ਸਹੀ ਇਲਾਜ ਕਰਵਾ ਕੇ ਆਪਣੀ ਇਸ ਪਰੇਸ਼ਾਨੀ ਤੋਂ ਦੂਰ ਹੋ ਸਕਦੇ ਆ। ਤੇ ਇੱਥੇ ਹੀ ਮੈਂ ਹੁਣ ਇਹ ਜਾਣਨਾ ਚਾਹਾਂਗੀ ਕਿ ਲਾਈਕ ਕਈਆਂ ਨੂੰ ਇਹ ਰਹਿੰਦਾ ਹੈ ਕਿ ਫਸਟ ਟਾਈਮ ਉਹਨਾਂ ਨੇ ਜੋ ਡਿਲੀਵਰੀ ਹੋਈ ਨਾਰਮਲ ਵੀ ਨਹੀਂ, ਸਜ਼ੇਰੀਅਨ ਹੁੰਦੀ ਹੈ, ਪਰ ਉਹਨਾਂ ਨੂੰ ਸੈਕਿੰਡ ਟਾਈਮ ਇਹ ਪ੍ਰੋਬਲਮ ਆ ਗਈ ਹੈ ਕਿ ਉਹ ਉਹਨਾਂ ਦੀ ਜਲਦੀ ਹੀ ਕੰਸੀਵ ਕਰਨਾ ਚਾਹੁੰਦੇ ਸੀ, ਟੈਸਟ ਟਿਊਬਸ ਉਹਨਾਂ ਦੀ ਟਿਊਬਸ ਬੰਦ ਹੋ ਚੁੱਕੀਆਂ ਨੇ, ਤਾਂ ਕੀ ਉਹਨਾਂ ਨੂੰ ਇਹ ਸੇਫ ਰਹਿੰਦਾ ਹੈ ਕਿ ਕਈ ਕਹਿੰਦੇ ਨੇ ਕਿ ਪਹਿਲਾਂ ਵੀ ਅਸੀਂ ਆਪਰੇਸ਼ਨ ਕਰਵਾ ਚੁੱਕੇ ਹਾਂ ਤੇ ਹੁਣ ਅਸੀਂ ਉਹ ਕਿੰਨੀ ਕੁ ਦੇਰ ਬਾਅਦ ਮਤਲਬ ਇਹ ਟ੍ਰੀਟਮੈਂਟ ਲੈ ਸਕਦੇ ਨੇ? ਦੇਖੋ, ਜਦ ਵੀ ਕਿਸੇ ਪੇਸ਼ੈਂਟ ਦਾ ਸਿਜ਼ੇਰੀਅਨ ਹੋਇਆ, ਸਭ ਤੋਂ ਪਹਿਲਾਂ ਤਾਂ ਇੱਕ ਗੱਲ ਧਾਰਨਾ ਕਿ ਸਿਜ਼ੇਰੀਅਨ ਨਾਲ ਟਿਊਬਾ ਬੰਦ ਹੋ ਜਾਂਦੀ ਹੈ, ਟਿਊਬਾ ਇੰਜ ਦੀ ਬੰਦ ਹੁੰਦੀ ਹੈ ਸਿਜ਼ੇਰੀਅਨ ਦੇ ਨਾਲ, ਠੀਕ ਹੈ। ਉਹ ਸਿਜ਼ੇਰੀਅਨ ਤੋਂ ਬਾਅਦ ਬੱਚਾ ਲੈ ਸਕਦੇ ਆ, ਕੋਈ ਪ੍ਰੋਬਲਮ ਨਹੀਂ ਹੈ, ਨਾਰਮਲ ਹੋ ਸਕਦਾ ਬੱਚਾ, ਪਰ ਜੇ ਸਿਜ਼ੇਰੀਅਨ ਤੋਂ ਬਾਅਦ ਬੱਚਾ ਨਹੀਂ ਹੋ ਰਿਹਾ, ਇਹਦਾ ਮਤਲਬ ਕੋਈ ਹੋਰ ਨੁਕਸ ਵੀ ਆਇਆ। ਜੀ 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 ਨਹੀਂ ਮਤਲਬ ਕਿੰਨਾ ਕੁ ਟਾਈਮ ਗੈਪ ਉਹਨਾਂ ਨੂੰ ਪਾਉਣਾ ਚਾਹੀਦਾ ਇਹਦੇ ਵਿੱਚ? ਦੇਖੋ, ਨਾਰਮਲੀ ਵੈਸੇ ਵੀ ਇੱਕ ਅਗਰ ਬੱਚਾ ਹੋ ਗਿਆ ਤਾਂ ਘੱਟੋ ਘੱਟ ਕਮ ਸੇ ਕਮ ਡੇਢ ਦੋ ਸਾਲ ਦਾ ਗੈਪ ਪੈਣਾ ਚਾਹੀਦਾ। ਜੀ 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 ਬਿਲਕੁਲ ਬਿਲਕੁਲ। ਤੇ ਇੱਥੇ ਮੈਂ ਜਾਣਾ ਚਾਹੂੰਗੀ ਕਿ ਜਿਨ੍ਹਾਂ ਦੇ ਵਿੱਚ ਅੰਡੇ ਨਹੀਂ ਬਣ ਰਹੇ ਨੇ, ਅੰਡੇਦਾਨੀ ਵਿੱਚ ਕੋਈ ਪ੍ਰੋਬਲਮ ਹੈ, ਉਸ ਬਾਰੇ ਦੱਸੋ ਤੁਸੀਂ ਕਿ ਕਿਵੇਂ ਕੀ ਕੀ ਪ੍ਰੋਬਲਮਸ ਰਹਿੰਦੀ ਅੰਡੇਦਾਨੀ ਨੂੰ ਲੈ ਕੇ, ਤੇ ਕਿਵੇਂ ਕੀ ਉਹਨਾਂ ਦੇ ਟ੍ਰੀਟਮੈਂਟ? ਦੇਖੋ, ਜਦ ਵੀ ਕਿਸੇ ਪੇਸ਼ੈਂਟ ਦੇ ਅੰਡੇ ਨਹੀਂ ਬਣ ਰਹੇ, ਉਹਦਾ ਵੇਟ ਵਧੇਗਾ, ਸਰੀਰ ਤੇ ਬਾਲ ਉੱਗ ਜਾਣਗੇ, ਠੀਕ ਹੈ, ਪੀਰੀਅਡ ਜੇ ਰੈਗੂਲਰ ਹੋ ਜਾਣਗੇ, ਠੀਕ ਹੈ, ਉਹਨੂੰ ਇਹਦਾ ਮਤਲਬ ਹੋ ਸਕਦਾ ਕਿ ਉਹਨੂੰ ਅੰਡਾ ਬਣਨ ਦੀ ਸਮੱਸਿਆ ਹੈ, ਮਤਲਬ ਸ਼ੁਰੂਆਤੀ ਸਿੰਪਟਮਸ ਹੈ ਕਿ ਉਹਨੂੰ ਹੁਣ ਅੰਡਾ ਬਣਨ ਦੀ ਪ੍ਰੋਬਲਮ ਆਏਗੀ, ਉਹ ਅੰਡਾ ਬਣਨ ਦੀ ਦਵਾਈ ਲੈ ਸਕਦਾ, ਮਤਲਬ ਦਵਾਈ ਦੇ ਨਾਲ ਵੀ ਨਹੀਂ ਬਣਦਾ, ਤੇ ਫਿਰ ਇੰਜੈਕਸ਼ਨ ਆਉਂਦੇ ਅੰਡੇ ਬਣਨ ਦੇ,
ਜਿਹੜਾ ਹੈ ਇੰਜੈਕਸ਼ਨ ਦੀ ਡੋਜ਼ ਸਾਰੀ ਐਕਸਪਰਟ ਡਾਕਟਰ ਡਿਸਾਈਡ ਕਰੇਗਾ ਕਿ ਕਿੰਨੀ ਦੇਣੀ ਹੈ ਜੀ ਉਹ ਸਾਰਾ ਮਤਲਬ ਹੋ ਸਕਦਾ ਫਿਰ ਅਗਰ ਅੰਡਰਦੈਨੀ ਵਿੱਚ ਰਸੌਲੀ ਹੈ ਬਹੁਤ ਵੱਡੀ ਰਸੌਲੀ ਹੈ ਤੇ ਉਹ ਰਸੌਲੀ ਹੋ ਸਕਦਾ ਕੱਢਣੀ ਪੈ ਜਾਏ ਨਾਰਮਲੀ 4 ਸੈਂਟੀਮੀਟਰ ਵਾਲੀ ਰਸੌਲੀ ਤੱਕ ਆਪਾਂ ਨਾਰਮਲ ਮੰਨਦੇ ਹਾਂ ਕਿਉਂਕਿ ਜੋ 4 ਸੈਂਟੀਮੀਟਰ ਤੋਂ ਜ਼ਿਆਦਾ ਵੱਧ ਰਹੀ ਹੈ ਜਾਂ ਹਰ ਸਾਈਕਲ ਵਿੱਚ ਹੈ ਮਤਲਬ ਕਿ ਪੀਰੀਅਡ ਦੇ 2 ਵਾਰ ਸਕੈਨ ਹੋ ਗਿਆ ਮਤਲਬ 2 ਮਹੀਨੇ ਵਿੱਚ ਸਕੈਨ ਹੋਇਆ ਤਾਂ ਉਹ ਰਸੌਲੀ ਵਧੀ ਜਾ ਰਹੀ ਹੈ ਤਾਂ ਫਿਰ ਉਹ ਰਸੌਲੀ ਕੱਢਣੀ ਪੈ ਸਕਦੀ ਹੈ ਜੀ ਤੇ ਕੀ ਐਵੇਂ ਵੀ ਹੁੰਦਾ ਕਿ ਰਸੌਲੀ ਇੱਕ ਵਾਰ ਕੱਢ ਲਈ ਤਾਂ ਫਿਰ ਦੁਬਾਰਾ ਹੋ ਸਕਦੀਆਂ ਨੇ ਦੇਖੋ ਇਹ ਡਿਪੈਂਡ ਕਰਦਾ ਰਸੌਲੀ ਕਿਉਂ ਬਣ ਰਹੀ ਹੈ ਜੇ ਆਪਾਂ ਹਾਰਮੋਨਲ ਇੰਬੈਲੈਂਸ ਦੇ ਕਾਰਨ ਰਸੌਲੀ ਬਣ ਰਹੀ ਹੈ ਤੇ ਅਗਰ ਹਾਰਮੋਨਸ ਨਾਰਮਲ ਹੋ ਜਾਣ ਲੇਡੀ ਦੇ ਤਾਂ ਫਿਰ ਰਸੌਲੀ ਨਹੀਂ ਬਣਦੀ ਮਤਲਬ ਇਨ ਦਾ ਮੀਨ ਵਾਈਲ ਉਹ ਪ੍ਰੈਗਨੈਂਸੀ ਵਾਸਤੇ ਟਰਾਈ ਕਰ ਲੈ ਪੇਸ਼ੈਂਟ ਜੀ 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 ਤੇ ਫਿਰ ਇੱਕ ਤੁਸੀਂ ਕਹਿ ਰਹੇ ਨਾ ਕਿ ਕਈ ਵਾਰੀ ਹੁੰਦਾ ਹੈ ਕਿ ਕੁਝ ਤਰ੍ਹਾਂ ਦੀ ਰਸੌਲੀ ਹੁੰਦੀ ਹੈ ਤਾਂ ਉਸ ਦੌਰਾਨ ਆਪਾਂ ਕਨਸੀਵ ਕਰ ਸਕਦੇ ਹਾਂ ਪਰ ਉਹ ਬਹੁਤ ਛੋਟੀ ਜਿਹਨੂੰ ਆਪਾਂ ਫਿਜ਼ੀਓਲੋਜੀਕਲ ਸਿਸ ਕਹਿੰਦੇ ਹਾਂ ਉਹਨਾਂ ਨੂੰ ਕਹਿੰਦੇ ਹਾਂ ਫਿਜ਼ੀਓਲੋਜੀਕਲ ਸਿਸ ਠੀਕ ਹੈ ਉਹ ਆਪਣੇ ਆਪ ਹੀ ਜਦ ਪੀਰੀਅਡ ਆਉਂਦੇ ਆ ਖੁੱਲ ਜਾਂਦੀ ਹੈ ਖੁਰ ਜਾਂਦੀ ਹੈ ਤੇ ਖਤਮ ਹੋ ਜਾਂਦੀ ਹੈ ਜੀ 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 ਤੇ ਹੋਰ ਕਿਸ ਤਰ੍ਹਾਂ ਦੇ ਕਾਰਨ ਰਹਿੰਦੇ ਨੇ ਲਾਈਕ ਜਿਵੇਂ ਕਿ ਤੁਸੀਂ ਪਹਿਲਾਂ ਥਾਇਰਾਇਡ ਦੀ ਆਪਾਂ ਗੱਲ ਕਰ ਰਹੇ ਸੀ ਤਾਂ ਉਸ ਦੇ ਵਿੱਚ ਜਿਵੇਂ ਕਿ ਤੁਸੀਂ ਗੱਲ ਕੀਤੀ ਕਿ ਆਮ ਲੋਕਾਂ ਦੀ ਧਾਰਨਾ ਹੁੰਦੀ ਹੈ ਕਿ ਥਾਇਰਾਇਡ ਹੈ ਤਾਂ ਵੀ ਨਹੀਂ ਕਨਸੀਵ ਨਹੀਂ ਕਰ ਸਕਦੇ ਤਾਂ ਉਸ ਦੇ ਵਿੱਚ ਵੀ ਪ੍ਰੈਗਨੈਂਸੀ ਦੇ ਦੌਰਾਨ ਜੋ ਦਵਾਈ ਹੈ ਥਾਇਰਾਇਡ ਦੀ ਉਹ ਕੰਟੀਨਿਊ ਰੱਖਣੀ ਪੈਂਦੀ ਹੈ ਬਿਲਕੁਲ ਥਾਇਰਾਇਡ ਦੀ ਦਵਾਈ ਕਦੇ ਨਹੀਂ ਛੱਡਣੀ ਚਾਹੀਦੀ ਜਦ ਪ੍ਰੈਗਨੈਂਟ ਹੈ ਹਰ ਡਾਕਟਰ ਜਿਹੜਾ ਕੋਈ ਚੈੱਕਅਪ ਕਰ ਰਿਹਾ 4 ਹਫ਼ਤੇ ਬਾਅਦ ਜਾਂ 6 ਹਫ਼ਤੇ ਬਾਅਦ ਥਾਇਰਾਇਡ ਦਾ ਟੈਸਟ ਕਰਾਏਗਾ ਕਿ ਪ੍ਰੈਗਨੈਂਸੀ ਵਿੱਚ ਵੀ ਕਈ ਵਾਰ ਡੋਜ਼ ਵੀ ਵਧਾਉਣੀ ਪੈ ਸਕਦੀ ਜੀ ਤੇ ਉਸਦੇ ਨਾਲ ਬੱਚੇ ਨੂੰ ਤਾਂ ਕੋਈ ਨੁਕਸਾਨ ਨਹੀਂ ਬਿਲਕੁਲ ਬੱਚੇ ਨੂੰ ਕੋਈ ਨੁਕਸਾਨ ਨਹੀਂ ਜੇ ਥਾਇਰਾਇਡ ਕੰਟਰੋਲ ਰਹੇਗਾ ਤਾਂ ਕਾਹਨੂੰ ਨੁਕਸਾਨ ਹੋਏਗਾ ਜੀ ਬਿਲਕੁਲ ਬਿਲਕੁਲ ਤੇ ਸਾਰੀਆਂ ਧਾਰਨਾਵਾਂ ਨੂੰ ਅਸੀਂ ਇਹੀ ਇਸ ਪ੍ਰੋਗਰਾਮ ਦੇ ਜ਼ਰੀਏ ਬਦਲਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਜੋ ਗਲਤ ਧਾਰਨਾਵਾਂ ਸਾਡੇ ਸਮਾਜ ਵਿੱਚ ਬਣ ਚੁੱਕੀਆਂ ਨੇ ਅਸੀਂ ਉਹਨਾਂ ਹੀ ਪ੍ਰਸ਼ਨਾਂ ਦੇ ਸਵਾਲ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਇਸ ਪ੍ਰੋਗਰਾਮ ਦੇ ਜ਼ਰੀਏ ਤੇ ਸਾਡੇ ਇੱਕ ਹੋਰ ਕਾਲਰ ਲਾਈਨ ਤੇ ਜੁੜ ਚੁੱਕੇ ਨੇ ਹੈਲੋ ਹੈਲੋ ਹਾਂਜੀ ਕੀ ਨਾਮ ਹੈ ਜੀ ਤੁਹਾਡਾ ਹਾਂਜੀ ਮੈਮ ਮੇਰਾ ਨਾਮ ਰੂਬੀ ਹੈ ਮੈਂ ਬੰਗਿਆ ਤੋਂ ਬੋਲ ਰਹੀ ਹਾਂ ਹਾਂਜੀ ਕੀ ਪ੍ਰੋਬਲਮ ਹੈ ਤੁਹਾਨੂੰ ਕੀ ਪਰੇਸ਼ਾਨੀ ਹੈ ਮੈਮ ਮੇਰੀ ਮੈਰਿਜ ਨੂੰ 2 ਸਾਲ ਹੋ ਗਏ ਆ ਜੀ ਅਜੇ ਤੱਕ ਵੀ ਬੇਬੀ ਕਨਸੀਵ ਨਹੀਂ ਹੋ ਰਿਹਾ ਜੀ ਹਾਂਜੀ ਤੁਸੀਂ ਕੋਈ ਟੈਸਟ ਕਰਾਇਆ ਜੀ ਹਾਂਜੀ ਮੈਮ ਟੈਸਟ ਕਰਵਾਇਆ ਕੀ ਨੁਕਸ ਦੱਸਿਆ ਡਾਕਟਰ ਨੇ ਮੈਮ ਮੇਰੇ ਦੇ ਵਿੱਚ ਉਹਨਾਂ ਨੇ ਨੁਕਸ ਦੱਸਿਆ ਸੀ ਕਿ ਅੰਡੇ ਬਹੁਤ ਜ਼ਿਆਦਾ ਬਣ ਰਹੇ ਆ ਹਸਬੈਂਡ ਵੀ ਟੈਸਟ ਹੋਇਆ ਸੀ ਉਹਨਾਂ ਦੇ ਸੀਮਨ ਬਹੁਤ ਅੱਛੇ ਆ ਰਹੇ ਆ ਓਕੇ ਤਾਂ ਮਤਲਬ ਤੁਹਾਡੇ ਪੀਰੀਅਡ ਰੈਗੂਲਰ ਹੈ ਕਿ ਠੀਕ ਨਹੀਂ ਹੈ ਮੈਮ ਮੇਰੇ ਪੀਰੀਅਡ ਰੈਗੂਲਰ ਵੀ ਹੋ ਜਾਂਦੇ ਆ ਔਰ ਵਿੱਚ ਮਿਸ ਵੀ ਹੋ ਜਾਂਦੇ 2 ਮਹੀਨੇ ਨਹੀਂ ਆਦੇ 3 ਮਹੀਨੇ ਤੁਸੀਂ ਆਪਣੇ ਹਾਰਮੋਨ ਟੈਸਟ ਕਰਾਏ ਸਾਰੇ ਕਿ ਨਹੀਂ ਕਰਾਏ ਮੈਮ ਨਹੀਂ ਹਾਰਮੋਨ ਦਾ ਟੈਸਟ ਨਹੀਂ ਹੋਇਆ ਮੇਰੀ ਜੀਟੀਟੀ ਹੋਈ ਸੀ ਹਾਂ ਤਾਂ ਤੁਹਾਨੂੰ ਸਭ ਤੋਂ ਪਹਿਲਾਂ ਇੱਕ ਪ੍ਰੋਪਰ ਹਾਰਮੋਨ ਐਨਾਲਿਸਿਸ ਕਰਾਉਣਾ ਚਾਹੀਦਾ ਉਸ ਤੋਂ ਬਾਅਦ ਜਿਹੜਾ ਡਾਕਟਰ ਹੈ ਤੁਹਾਨੂੰ ਅੰਡਾ ਬਰਨ ਦੀ ਦਵਾਈ ਦੇਗਾ ਤੇ ਮੈਨੂੰ ਉਮੀਦ ਹੈ ਉਸ ਦਵਾਈ ਦੇ ਨਾਲ ਤੁਸੀਂ ਰਿਸਪੌਂਡ ਕਰੋਗੇ ਕਿਉਂਕਿ ਆਪਣੀ ਏਜ ਵੀ ਛੋਟੀ ਹੈ ਤੇ ਸ਼ਾਦੀ ਨੂੰ ਵੀ ਘੱਟ ਟਾਈਮ ਹੋਇਆ ਹਾਂਜੀ ਜੀ ਜਿਵੇਂ ਕਿ ਇਹਨਾਂ ਨੇ ਗੱਲ ਕੀਤੀ ਕਿ ਅੰਡੇ ਘੱਟ ਬਣਦੇ ਨੇ ਤੇ ਉਸਦੇ ਪਿੱਛੇ ਕੀ ਰੀਜ਼ਨ ਰਹਿ ਸਕਦੇ ਆ ਤੇ ਉਹ ਦਵਾਈਆਂ ਨਾਲ ਸਾਰਾ ਹਾਰਮੋਨਲ ਇੰਬੈਲੈਂਸ ਹੈ ਕਿਉਂਕਿ ਦੇਖੋ ਅੰਡੇਦਾਨੀਆਂ ਤੇ ਬੱਚੇਦਾਨੀ ਦੀ ਤਹਿ ਨੂੰ ਸਾਰੇ ਹਾਰਮੋਨਸ ਨੇ ਰੈਗੂਲੇਟ ਕਰਨਾ ਜਿਹੜੇ ਹਾਰਮੋਨਸ ਦਿਮਾਗ ਤੋਂ ਸਿਕ੍ਰੀਟ ਹੁੰਦੇ ਆ ਠੀਕ ਹੈ ਜਦੋਂ ਹਾਰਮੋਨਸ ਦਾ ਇੰਬੈਲੈਂਸ ਹੁੰਦਾ ਆ ਇੰਬੈਲੈਂਸ ਕਦੇ ਵੀ ਹੋ ਸਕਦਾ ਕਿਸੇ ਵੀ ਕਾਰਨ ਹੋ ਸਕਦਾ ਜੀ ਠੀਕ ਹੈ ਕਿਸੇ ਸਟ੍ਰੈਸ ਦੇ ਨਾਲ ਹੋ ਸਕਦਾ ਕਿਸੇ ਵੀ ਕਾਰਨ ਹੋ ਸਕਦਾ ਜਾਂ ਕਿਸੇ ਬਿਮਾਰੀ ਦੇ ਕਾਰਨ ਹੋ ਸਕਦਾ ਤੇ ਜਦੋਂ ਹਾਰਮੋਨਲ ਇੰਬੈਲੈਂਸ ਹੋ ਜਾਂਦਾ ਤੇ ਇਸ ਦੇ ਕਾਰਨ ਪ੍ਰੈਗਨੈਂਸੀ ਨਹੀਂ ਹੁੰਦੀ ਤੇ ਇਸ ਦੇ ਦਵਾਈਆਂ ਦੇ ਨਾਲ ਇਲਾਜ ਹੈ ਦਵਾਈਆਂ ਦੇ ਨਾਲ ਵੀ ਹੋ ਸਕਦਾ ਟੀਕਿਆਂ ਨਾਲ ਵੀ ਹੋ ਸਕਦਾ ਹੋ ਸਕਦਾ ਫਿਰ IVF ਵੀ ਕਰਾਉਣਾ ਪਏ ਹੋ ਸਕਦਾ ਕੋਈ ਕਿੰਨਾ ਚਿਰ ਵੇਟ ਕਰਨੀ ਚਾਹੀਦੀ ਹੈ ਦਵਾਈਆਂ ਖਾਂਦੇ ਰਹੇ ਜਾਂ ਟੀਕੇ ਲਗਾਉਂਦੇ ਦੇਖੋ ਕੋਈ ਵੀ ਜਿਹੜਾ ਕਪਲ ਹੈ ਉਹ ਦਵਾਈ ਲੈ ਰਿਹਾ ਜੇ 3 ਮਹੀਨੇ ਵਿੱਚ ਉਹਨੂੰ ਨਹੀਂ ਰਿਸਪੌਂਸ ਆਇਆ ਜਾਂ ਉਹ IUI ਕਰਾ ਰਿਹਾ ਮਤਲਬ ਕਿ ਸੀਮਨ ਇੰਜੈਕਟ ਕਰਾ ਰਿਹਾ ਅਗਰ ਚੰਗੇ ਡਾਕਟਰ ਤੋਂ ਉਹਨੇ 3 ਜਾਂ 4 ਵਾਰ IUI ਕਰਾਇਆ ਮੈਂ ਤਾਂ ਕਹਾਂਗੀ ਚਲੋ 5 ਵਾਰ ਕਰਾ ਲਓ ਉਸ ਤੋਂ ਜ਼ਿਆਦਾ ਕਰਾਉਣ ਦਾ ਕੋਈ ਫਾਇਦਾ ਨਹੀਂ ਜੇ ਨਹੀਂ ਹੋਇਆ ਤਾਂ ਨਹੀਂ ਹੋਏਗਾ ਤੁਹਾਨੂੰ ਹੋਰ ਵੱਡਾ ਇਲਾਜ ਕਰਾਉਣਾ ਹੀ ਚਾਹੀਦਾ ਹੈ ਛੋਟੇ ਇਲਾਜ ਤੇ ਪੈਸੇ ਵੇਸਟ ਕਰਨ ਦਾ ਕੋਈ ਫਾਇਦਾ ਨਹੀਂ ਹੈ ਠੀਕ ਹੈ ਤੁਸੀਂ ਟਾਈਮ ਵੇਸਟ ਕਰੋਗੇ ਦਵਾਈਆਂ ਤੇ ਖਰਚਾ ਵੇਸਟ ਕਰੋਗੇ ਮੈਂਟਲ ਸੈਟਬੈਕ ਹੁੰਦਾ ਪੇਸ਼ੈਂਟ ਨੂੰ ਤੇ ਉਹਨੂੰ ਵੱਡਾ ਇਲਾਜ ਕਰਾ ਲੈਣਾ ਚਾਹੀਦਾ ਜੀ ਤੇ ਕੀ ਹਰੇਕ ਟ੍ਰੀਟਮੈਂਟ ਦੇ ਲਈ ਕੋਈ ਏਜ ਫੈਕਟਰ ਵੀ ਕਾਊਂਟ ਕਰਦੇ ਆ ਆਪਾਂ ਕਿ ਇਹ ਲੱਗਦਾ ਜਿਵੇਂ ਟੈਸਟ ਟਿਊਬ ਬੇਬੀ ਦੇ ਇਲਾਜ ਤੱਕ ਪਹੁੰਚਣ ਤੋਂ ਪਹਿਲਾਂ ਅਗਰ ਕੋਈ ਲੇਡੀ ਦੀ ਜਾਂ ਕਪਲ ਦੀ ਏਜ ਘੱਟ ਹੈ ਤਾਂ ਉਹ ਪਹਿਲਾਂ ਉਹਨਾਂ ਨੂੰ ਕੀ ਅਲੱਗ ਤਰੀਕੇ ਦੇਖੋ ਏਜ ਮੈਟਰ ਕਰਦੀ ਹੈ ਪਰ ਇੰਪੋਰਟੈਂਟ ਗੱਲ ਹੈ ਕਿ ਪ੍ਰੋਬਲਮ ਕਿੰਨੀ ਹੈ ਮੰਨ ਲਓ ਇੱਕ ਕਪਲ ਹੈ ਵਾਈਫ 23 ਸਾਲ ਦੀ ਹੈ ਹਸਬੈਂਡ 24 ਸਾਲ ਦਾ ਪਰ ਹਸਬੈਂਡ ਵਿੱਚ ਸ਼ੁਕਰਾਨੂ ਨਹੀਂ ਤੇ ਸਮੱਸਿਆ ਤਾਂ ਬਹੁਤ ਵੱਡੀ ਹੈ ਨਾ ਇਹਦਾ ਮਤਲਬ ਕਿ ਕੋਈ ਛੋਟਾ ਇਲਾਜ ਹੁਣ ਹੈਲਪ ਨਹੀਂ ਕਰੇਗਾ ਉਹਨਾਂ ਨੂੰ ਵੱਡਾ ਇਲਾਜ ਕਰਾਉਣਾ ਹੀ ਪਏਗਾ ਬਿਲਕੁਲ ਜਿੰਨੀ ਛੇਤੀ ਕਰਾਉਣਗੇ ਉਹਨਾਂ ਬੈਟਰ ਸਕਸੈਸ ਰੇਟ ਰਹੇਗਾ ਠੀਕ ਹੈ ਨਾ ਔਰ ਜਿਵੇਂ ਜਿਵੇਂ ਏਜ ਵੱਧਦੀ ਹੈ ਉਵੇਂ ਉਵੇਂ ਜਿਹੜਾ ਪ੍ਰੈਗਨੈਂਸੀ ਦਾ ਸਕਸੈਸ ਰੇਟ ਹੈ ਮਤਲਬ ਕਿਸੇ ਵੀ ਟ੍ਰੀਟਮੈਂਟ ਦਾ ਉਹ ਘੱਟ ਜਾਂਦਾ ਤੁਸੀਂ ਖੁਦ ਦੇਖੋ ਇੱਕ ਲੇਡੀ 22 ਸਾਲ ਦੀ ਹੈ ਉਹਨੂੰ ਪ੍ਰੈਗਨੈਂਸੀ ਛੇਤੀ ਹੋਏਗੀ
पर जरूर कहना चाहूंगी कि जिन्हा पेशेंट्स की माहवारी भी बंद हो गई है या एज ज्यादा हो गई है उन्होंने हताश होने की कोई लोड नहीं है। अजकल इन्नी तरक्की हो गई है साइंस विच कि वो अब बच्चा ले सकते हैं। बिल्कुल बिल्कुल सही कहा तुसी। ते एक होर कॉलर साडे लाइन ते जुड़ चुके ने। हेलो हेलो हां जी की नाम है जी तुहाडा? मेरा नाम रूपलाल है जी। हां जी केड़ी जगह तो बोल रहे हो? मैं हिमाचल के शिमला डिस्ट्रिक्ट से बोल रहा हूँ जी। जी की परेशानी है तुहानू? हमारे को जी शादी हुए 20 साल हो गई जी। कितने साल? 20 साल हो गए हैं आपको? हाँ जी हाँ जी। अच्छा क्या प्रॉब्लम बताई डॉक्टर्स ने आपको? तो हम गए भी थे जी हॉस्पिटल में, काफी पहले चेकअप करवाया था ना जी। अच्छा फिर उन्होंने कहा था कि जी ऐसे कोई मेजर प्रॉब्लम नहीं है। नहीं, देखो 20 साल हो गए और आपके आपस में मिल रहे हो और बच्चा नहीं हो रहा, इसका मतलब प्रॉब्लम तो है ही है। आपको एक्सपर्ट ओपिनियन लेना चाहिए कि क्यों नहीं। आपकी वाइफ की एज कितनी हो गई? उनकी 44 साल हो गई। हाँ तो इतनी देर हो गई, अब आप क्यों वेट कर रहे हो? अब तो उनका अंडा बनना भी मुश्किल हो जाएगा, तो आपको अच्छा इलाज इमीडिएटली करा लेना चाहिए अगर आपने बच्चा लेना है तो। तो कैसे होगा जी, उनको ऐसे डेट बंद हो गई जी उनकी? हाँ डेट बंद हो गई है तो इसका मतलब उनका अंडा भी नहीं बन रहा होगा मोस्ट प्रॉब्ली। तो आप अपना वाइफ का इलाज कराइए, देखिए वो जो भी डॉक्टर इलाज करेगा देखेगा उनका बच्चा हो सकता है नहीं हो सकता, बच्चेदानी की तय कैसी है, फिर वो अंडा बैंक से लेगा, आपके शुक्राणु लेके भ्रूण तैयार करके आपकी वाइफ के अंदर रख देगा बच्चा। अच्छा जी जी ने तो बहुत ज्यादा। हाँ देखो कितना टाइम वेस्ट उन्होंने, सक्सेस रेट भी हाँ 20 साल काट देते हैं। ये सोचते कि कोई प्रॉब्लम नहीं है, कोई प्रॉब्लम नहीं है, उन वाइफ दे पीरियड ही बंद हो गए। बिल्कुल बिल्कुल, तो इसीलिए असं तुम बार बार ये कह रहे हैं कि अगर तुम थोड़ा जा भी आइडिया लगता है कि अगर जिम्मे के डॉक्टर सुमिता सोफत जी ने भी किया कि अगर नॉर्मली मैरिज तो बाद 1 साल के अंदर अगर अगर तुम चाहते हो कि प्रेगनेंसी हो और 1 साल के अंदर प्रेगनेंसी नहीं हो रही है तो इतने तुम जरूर सोच लो कि कोई परेशानी है कोई समस्या है, तो जरूर एक्सपर्ट डॉक्टर नाल कंसल्ट करना चाहिए ताकि तुहानू अगे प्रॉब्लम होर ना वधे, शुरुआत विच ही प्रॉब्लम नू पकड़िया जा सके ते तुसी उस तों निजात पा सको। ते इस नाल ही मैं जानना चाहवांगी कि आपां पहलां गल कर रहे सी ना लेजर हैचिंग बारे, बहुत इस ट्रीटमेंट दा सुनण नू मिलदा, मतलब इस ट्रीटमेंट बारे डिटेल विच दसो कि इस विच की खास चीजा ने कि जिस नाल भी सक्सैस रेट बहुत ज्यादा वध जांदा है। देखो मैं पहला भी तुहानू दस्या सी कि सब तो पहला जब IVF शुरू होया लोकी प्लेन IVF करदे सी, ठीक है। IVF तो बाद भी हौली 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 होर मशीना आ गई, इक्सी विधि आ गई, निम्सी विधि आ गई, फिर होर मतलब विज्ञान ने होर तरक्की कर ली, तो फिर लेजर हैचिंग जी विधि आ गई। पहले लेजर हैचिंग सी से वो जेरी हैचिंग करते आर्टिफिशियल करते कैमिकल्स नाल ही करते, हुन लेजर आ गया है, ठीक है। सब तो एडवांस्ड टेक्निक्स है, ठीक है, जिदे नाल की जब भ्रूण तैयार हो जाता है तो आप चाहते हैं कि भ्रूण मतलब कई बार जेरी उदी लाइनिंग है वह थिक हुंदी है, इम्प्लांट नहीं हुंदा, या किसी सेल पेशेंट दे जेरे फ्रोजन ट्रांसफर हो रहे हैं, किसी पेशेंट दे जेरे भ्रूण आपने फ्रीज कर लेते उन्हां दी परत जेरी है वह थिक हो जाती है, तो आप लेजर दे नाल उन्हूं हैच कर सकते हैं, उदे विच होल्स हो जाते हैं लेजर दे नाल, उदी परत जेड़ी है वो पतली कर देंगे आप भ्रूण की, फिर ताकि जब आप एम्ब्रियो ट्रांसफर करते हैं जब भ्रूण बच्चेदानी विच पाने हैं तो वध जाए, मतलब कि सक्सेस रेट अल्टीमेटली एदे नाल वध जाता है। एहो जी टेक्निक्स आ गई है इन्हां दे नाल सक्सेस रेट जेड़ा प्लेन IVF नाल है वो कई ज्यादा हो गया जी, ते आ सारा लैबोरेटरी दा एक्सपर्टाइज है। बिल्कुल ठीक है, पेशेंट नू कोई प्रॉब्लम नहीं है, उन्हें सिर्फ अपने अंडे कढ़ाने हैं, अंडे कढ़ाने तो बाद सारा काम लैबोरेटरी विच है। प्लेन IVF भी हो सकता है, लेजर हैचिंग हुंदी है, इक्सी हुंदी है, इमसी विधि है, वो सारी लैबोरेटरी विच हुंदी है जी। जी नई मशीन आ गई है अजकल जिवें आपां उन्हूं कासा कहने आ, एक होर मशीन आ गई है उहदे नाल सारा कुछ ऑटोमेटिकली कंप्यूटर देखता है कि वो स्पर्म्स नॉर्मल है, बच्चा पैदा कर सकते हैं, किन्ने टाइम मैग्नीफाई हो जाता है। बिल्कुल ठीक है ना, बिल्कुल उहदे नाल पता लग जाता है कि इस आदमी दे स्पर्म्स जेड़े है वो ठीक है नहीं है, केड़ी कमी है, आप बेस्ट स्पर्म उहदे नाल चूज कर सकते हैं जी। ठीक है, बिल्कुल आ गया एम्ब्रियो मोनिटरिंग आ गया, आप देखते हैं जिवें लैबोरेटरी विच भ्रूण तैयार हो रहा है किस टाइम ते किन्नी स्टेज ते पहुंच रहा है, 12 घंटे बाद केड़ी स्टेज आई, 24 घंटे बाद किन्नी आई, 48 घंटे बाद किन्नी आई, कि केड़ा जेड़ा भ्रूण है वो सब तो ज्यादा
ਵਧੀਆ ਵੱਧ ਰਿਹਾ ਅਸੀਂ ਉਹੀ ਉਹ ਸਿਲੈਕਟ ਕਰਕੇ ਟ੍ਰਾਂਸਫਰ ਕਰਾਂਗੇ ਜੀ ਵਾਕਈ ਕਿਉਂਕਿ ਇਹੀ ਟੈਕਨੀਕ ਉਹੀ ਡਾਕਟਰ ਤੁਹਾਨੂੰ ਤੁਹਾਡੇ ਤੇ ਇਸ ਟੈਕਨੀਕ ਨਾਲ ਇਲਾਜ ਕਰ ਸਕੇਗਾ ਜੋ ਮਾਹਿਰ ਹੋਏਗਾ ਕਿਉਂਕਿ ਇਹ ਟੈਕਨੀਕ ਉਹੀ ਰੱਖ ਸਕੇਗਾ ਜਿਸ ਨੇ ਇਸ ਦੇ ਬਾਰੇ ਪੂਰੀ ਸਟੱਡੀ ਕੀਤੀ ਹੋਏਗੀ ਸੋ ਬਹੁਤ ਜ਼ਰੂਰੀ ਹੈ ਕਿ ਅਗਰ ਤੁਸੀਂ ਆਪਣਾ ਸਫਲ ਤਰੀਕੇ ਨਾਲ ਇਲਾਜ ਕਰਵਾਉਣਾ ਚਾਹੁੰਦੇ ਹੋ ਕਿ ਅਗਰ ਇਲਾਜ ਅਸੀਂ ਸ਼ੁਰੂ ਕੀਤਾ ਤਾਂ ਅਸੀਂ ਉਸਦੇ ਇੱਕ ਵਧੀਆ ਰਿਜ਼ਲਟ ਤੇ ਵੀ ਪਹੁੰਚੀਏ ਆਪਣੇ ਘਰ ਵਿੱਚ ਖੁਸ਼ੀਆਂ ਲੈ ਕੇ ਆਈਏ ਤਾਂ ਬਹੁਤ ਜ਼ਰੂਰੀ ਹੈ ਇੱਕ ਮਾਹਿਰ ਡਾਕਟਰ ਕੋਲ ਜਾਈਏ ਤੇ ਆਪਣਾ ਇੱਕ ਸਹੀ ਜੋ ਤੁਹਾਡੇ ਲਈ ਢੁਕਵਾਂ ਇਲਾਜ ਹੈ ਜ਼ਰੂਰੀ ਨਹੀਂ ਕਿ ਜੋ ਹਰੇਕ ਦਾ ਇਲਾਜ ਹੋ ਰਿਹਾ ਉਹੀ ਤੁਹਾਡੇ ਤੇ ਸਹੀ ਬੈਠੇਗਾ ਹਰੇਕ ਦੀ ਪ੍ਰੋਬਲਮ ਅਲੱਗ ਹੁੰਦੀ ਹੈ ਹਰੇਕ ਦਾ ਸਰੀਰ ਅਲੱਗ ਤਰੀਕੇ ਦਾ ਹੁੰਦਾ ਤੇ ਹਰੇਕ ਨੂੰ ਅਲੱਗ ਤਰੀਕੇ ਦਾ ਇਲਾਜ ਜੋ ਹੈ ਫੋਲੋ ਕਰਨਾ ਚਾਹੀਦਾ ਜੋ ਡਾਕਟਰ ਤੁਹਾਨੂੰ ਰਿਕਮੈਂਡ ਕਰਦਾ ਸੋ ਇਹ ਨਹੀਂ ਕਿ ਟੈਸਟ ਟਿਊਬ ਬੇਬੀ ਦਾ ਚਲਨ ਚੱਲ ਰਿਹਾ ਕਿ ਸਾਨੂੰ ਪ੍ਰੋਬਲਮ ਹੈ ਤੇ ਸਿੱਧਾ ਹੀ ਟੈਸਟ ਟਿਊਬ ਬੇਬੀ ਕਰਵਾ ਲਓ ਕਿ ਪਤਾ ਤੁਹਾਡੀ ਬਾਡੀ ਵਿੱਚ ਇੰਨੀ ਪਰੇਸ਼ਾਨੀ ਨਹੀਂ ਹੋਵੇ ਕਿ ਤੁਹਾਨੂੰ ਟੈਸਟ ਟਿਊਬ ਬੇਬੀ ਦੀ ਲੋੜ ਨਹੀਂ ਹੋਵੇ ਸੋ ਹਮੇਸ਼ਾ ਐਕਸਪਰਟ ਡਾਕਟਰ ਦੀ ਰਾਏ ਲੈਂਦੇ ਰਹੋ ਤੇ ਉਹ ਇਸ ਦੇ ਵਿੱਚ ਮੈਂ ਤੁਹਾਨੂੰ ਜਾਣਨਾ ਚਾਹਾਂਗੀ ਕਿ ਕਿਹੜਾ ਇਲਾਜ ਕੋਈ ਵੀ ਆਪਾਂ ਇਹਦੇ ਵਿੱਚ ਲੈਂਦੇ ਆ ਤਾਂ ਫਿਰ ਕਿੰਨਾ ਖਾਸ ਗੱਲਾਂ ਦਾ ਧਿਆਨ ਰੱਖਣ ਕਪਲਸ ਬਸ ਮੈਂ ਪਹਿਲਾਂ ਵੀ ਦੱਸਿਆ ਕਿ ਮਤਲਬ ਇੱਕ ਤਾਂ ਜਿਹੜੀ ਵੀ ਦਵਾਈ ਡਾਕਟਰ ਰਿਕਮੈਂਡ ਕਰਦਾ ਹੈ ਉਹ ਦਵਾਈ ਜ਼ਰੂਰ ਖਾਣੀ ਚਾਹੀਦੀ ਹੈ ਠੀਕ ਹੈ ਕੋਈ ਡਾਕਟਰ ਕੋਈ ਦਵਾਈ ਇੰਜ ਨਹੀਂ ਲਿਖੇਗਾ ਕਿ ਉਹਦਾ ਕੋਈ ਰੋਲ ਨਹੀਂ ਹੈ ਉਹ ਦਵਾਈ ਖਾਣੀ ਜ਼ਰੂਰੀ ਹੈ ਦਵਾਈ ਡਾਕਟਰ ਦੇ ਮੁਤਾਬਕ ਖਾਣ ਜਿਵੇਂ ਜਿਵੇਂ ਡਾਕਟਰ ਬੁਲਾ ਰਿਹਾ ਉਵੇਂ ਉਵੇਂ ਉਹ ਆਉਣ ਡਾਕਟਰ ਦੀ ਸਾਰੀ ਸਲਾਹ ਮੰਨਣ ਠੀਕ ਹੈ ਤੇ ਤਣਾਅ ਤੋਂ ਬਹੁਤ ਦੂਰ ਰਹਿਣ ਪਲੱਸ ਫੈਮਿਲੀ ਦੀ ਸਪੋਰਟ ਦੀ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਹੈ ਮਤਲਬ ਸਾਰੀ ਫੈਮਿਲੀ ਯੂਨਾਈਟ ਹੋ ਕੇ ਸਪੋਰਟ ਕਰੇ ਤੇ ਕਪਲ ਦਾ ਸਕਸੈਸ ਰੇਟ ਜ਼ਿਆਦਾ ਵੱਧ ਜਾਂਦਾ ਬਿਲਕੁਲ ਸਹੀ ਤੇ ਇੱਕ ਉਸ ਲੇਡੀ ਨੂੰ ਜੋ ਕਿ ਟ੍ਰੀਟਮੈਂਟ ਲੈ ਰਹੀ ਹੈ ਉਸਨੂੰ ਸਹੀ ਮਾਹੌਲ ਖੁਸ਼ੀਆਂ ਭਰਿਆ ਮਾਹੌਲ ਦੇਣਾ ਪਰਿਵਾਰ ਦੇ ਹੱਥ ਵਿੱਚ ਹੁੰਦਾ ਕਿਉਂਕਿ ਪਰਿਵਾਰ ਵਿੱਚ ਖੁਸ਼ੀਆਂ ਤਾਂ ਹੀ ਆਣਗੀਆਂ ਜੋ ਲੇਡੀ ਵੀ ਸਟ੍ਰੈਸ ਫ੍ਰੀ ਹੋ ਕੇ ਇਸ ਅਗਰ ਟ੍ਰੀਟਮੈਂਟ ਲੈ ਰਹੀ ਹੈ ਤਾਂ ਉਸਨੂੰ ਸਟ੍ਰੈਸ ਫ੍ਰੀ ਹੋ ਕੇ ਆਪਣਾ ਇੱਕ ਚੰਗਾ ਮਾਈਂਡਸੈਟ ਦੇ ਨਾਲ ਅੱਗੇ ਵਧੇਗੀ ਤਾਂ ਹੀ ਇਲਾਜ ਵੀ ਸਫਲ ਹੋ ਸਕੇਗਾ ਤੇ ਬਹੁਤ ਜ਼ਰੂਰੀ ਹੈ ਕਿ ਤੁਸੀਂ ਇਹਨਾਂ ਚੀਜ਼ਾਂ ਵੱਲ ਖਾਸ ਧਿਆਨ ਦਿਓ ਕਿਉਂਕਿ ਅਗਰ ਤੁਸੀਂ ਇਸ ਇਲਾਜ ਵੱਲ ਵੱਧ ਹੀ ਚੁੱਕੇ ਹੋ ਤਾਂ ਸਾਰੀ ਗੱਲਾਂ ਵੱਲ ਧਿਆਨ ਰੱਖਣਾ ਵੀ ਬਹੁਤ ਜ਼ਰੂਰੀ ਹੈ ਇੱਥੇ ਇਹੀ ਮੈਂ ਜਾਣਨਾ ਚਾਹਾਂਗੀ ਕਿ ਕੀ ਜਿਵੇਂ ਆਪਾਂ ਟਿਊਬਸ ਦੀ ਗੱਲ ਕਰ ਰਹੇ ਸੀਗੇ ਪਹਿਲਾਂ ਵੀ ਅਗਰ ਟਿਊਬਸ ਦੇ ਵਿੱਚ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਆ ਗਈ ਹੈ ਕਈ ਕਹਿੰਦੇ ਨੇ ਜੀ ਟਿਊਬਸ ਬੰਦ ਹੋ ਗਈਆਂ ਹੁਣ ਤਾਂ ਬੱਚਾ ਹੋ ਹੀ ਨਹੀਂ ਸਕਦਾ ਪਰ ਤੁਸੀਂ ਦੱਸਿਆ ਕਿ ਵੀ ਆਪਾਂ ਟੈਸਟ ਟਿਊਬ ਇੰਜੈਕਟ ਕਰ ਦਿੰਦੇ ਹਾਂ ਅੰਡੇ ਅੰਦਰ ਕਰ ਦਿੰਦੇ ਹਾਂ ਪਰ ਉਸਦੇ ਬਾਵਜੂਦ ਵੀ ਅਗਰ ਪ੍ਰੋਬਲਮ ਆ ਰਹੀ ਹੈ ਟਿਊਬਸ ਬੰਦ ਹੋਈਆਂ ਪਹਿਲਾਂ ਉਹਨਾਂ ਨੇ ਆਪਰੇਸ਼ਨ ਕਰਵਾਇਆ ਜੀ ਕਿ ਬੰਦ ਹੋ ਗਈ ਹੈ ਟਿਊਬਸ ਆਪਰੇਸ਼ਨ ਕਰਵਾ ਕੇ ਖੁਲਵਾ ਲਿਆ ਤਾਂ ਫਿਰ ਵੀ ਟ੍ਰੀਟਮੈਂਟ ਅੱਗੋਂ ਕਰਵਾਇਆ ਪਰ ਬਾਰ ਬਾਰ ਕੋਈ ਨਾ ਕੋਈ ਪ੍ਰੋਬਲਮ ਆ ਰਹੀ ਹੈ ਜਾਂ ਸਰੀਰ ਇੰਨਾ ਕੁ ਵੀਕ ਪੈ ਚੁੱਕਿਆ ਹੁੰਦਾ ਉਹਨਾਂ ਨੂੰ ਕਿਸ ਰਾਹ ਤੇ ਚੱਲਣਾ ਚਾਹੀਦਾ ਫਿਰ ਦੇਖੋ ਜਦ ਵੀ ਕਿਸੇ ਲੇਡੀ ਦੀ ਟਿਊਬਾਂ ਬੰਦ ਹੋ ਗਿਆ ਮੇਰੇ ਕੋਲ ਬੜੇ ਕਪਲਸ ਆਉਂਦੇ ਆ ਜਿਨ੍ਹਾਂ ਦੇ ਸਪੋਜ਼ਿੰਗ ਪਹਿਲੇ ਬੱਚੇ ਹੁੰਦੇ ਆ ਦੋ ਬੱਚੇ ਹੋ ਗਏ ਉਹਨਾਂ ਨੇ ਟਿਊਬਾਂ ਬੰਦ ਦਾ ਆਪਰੇਸ਼ਨ ਕਰਾ ਦਿੱਤਾ ਠੀਕ ਹੈ ਜੀ ਬਾਈ ਚਾਂਸ ਕੋਈ 19-21 ਹੋ ਗਈ ਬੱਚੇ ਨਹੀਂ ਠੀਕ ਰਹੇ ਫਿਰ ਉਹ ਟਿਊਬਾਂ ਖੁਲਾਉਣ ਦੇ ਚੱਕਰ ਵਿੱਚ ਪੈਂਦਾ ਹੈ ਪਹਿਲੇ ਟਿਊਬਾਂ ਖੁੱਲਦੀ ਹੈ ਠੀਕ ਹੈ ਹੋ ਸਕਦਾ ਟਿਊਬਾਂ ਨਾ ਖੁੱਲਣ ਪਰ ਇਹੋ ਜਿਹੇ ਪੇਸ਼ੈਂਟ ਵੀ ਆਪਣਾ ਬੱਚਾ ਲੈ ਸਕਦੇ ਠੀਕ ਹੈ ਦੂਜੀ ਗੱਲ ਕਈਆਂ ਨੂੰ ਬਾਰ ਬਾਰ ਬੱਚੇ ਜਿਹੜੇ ਆ ਟਿਊਬ ਵਿੱਚ ਠਹਿਰ ਜਾਂਦੇ ਆ ਜਿਹਨੂੰ ਆਪਾਂ ਇਕਟੋਪਿਕ ਪ੍ਰੈਗਨੈਂਸੀ ਕਹਿੰਦੇ ਹਾਂ ਠੀਕ ਹੈ ਜੇ ਇੱਕ ਟਿਊਬ ਵਿੱਚ ਠਹਿਰ ਗਿਆ ਤਾਂ ਟਿਊਬ ਆਲਮੋਸਟ ਡੈਮੇਜ ਹੋ ਹੀ ਜਾਂਦੀ ਹੈ 99% ਉਹ ਟਿਊਬ ਡੈਮੇਜ ਹੋ ਜਾਂਦੀ ਹੈ ਜੇ ਵਿੱਚ ਦੁਬਾਰਾ ਨਹੀਂ ਮਤਲਬ ਨਾਰਮਲ ਵੇ ਨਾਲ ਹੋਏਗੀ ਹੋ ਸਕਦਾ ਜਿਹੜੀ ਦੂਜੀ ਟਿਊਬ ਬੱਚੀ ਹੈ ਉਹ ਅਗਰ ਨਾਰਮਲ ਹੈ ਤੇ ਉਹਦੇ ਨਾਲ ਪ੍ਰੈਗਨੈਂਸੀ ਹੋ ਜਾਏਗੀ ਪਰ ਨਹੀਂ ਹੋ ਰਹੀ ਤਾਂ ਫਿਰ ਵੀ ਉਹ ਪ੍ਰੈਗਨੈਂਸੀ ਲੈ ਸਕਦੇ ਆ ਮਤਲਬ ਇਹ ਸਭ ਟੈਕਨੀਕਸ ਮਤਲਬ ਸਭ ਪ੍ਰੋਬਲਮਸ ਵਿੱਚ ਟੈਸਟ ਟਿਊਬ ਬੇਬੀ ਦਾ ਬਹੁਤ ਰੋਲ ਹੈ ਜੋ ਹੈਲਪ ਕਰੇਗਾ ਪ੍ਰੈਗਨੈਂਸੀ ਵਿੱਚ ਜੀ ਤੇ ਸਾਡੇ ਇੱਕ ਕਾਲਰ ਜੋ ਲਾਈਨ ਤੇ ਆ ਚੁੱਕੇ ਨੇ ਹੈਲੋ ਹਾਂਜੀ ਕੀ ਨਾਮ ਹੈ ਜੀ ਤੁਹਾਡਾ ਸੋਨੂ ਜੀ ਕਿਹੜੀ ਜਗ੍ਹਾ ਤੋਂ ਬੋਲ ਰਹੇ ਹੋ ਮੈਂ ਟਾਲੇ ਤੋਂ ਜੀ ਹਾਂਜੀ ਕੀ ਪ੍ਰੋਬਲਮ ਹੈ ਤੁਹਾਨੂੰ ਮੈਡਮ ਮੇਰੀ ਵਾਈਫ ਤੇ ਅਸਟਮ ਥੇ ਆਈ ਨੇ ਉਹਨਾਂ ਨਾਲ ਗੱਲ ਕਰਾਉਣੀ ਸੀ ਮੇਰੇ ਪੀਰੀਅਡ ਸੁਣਦਾ ਹੁੰਦਾ ਟਾਈਮ ਤੋਂ ਪਹਿਲਾਂ ਹੁੰਦਾ ਜੀ ਤਾਂ 30 ਦਿਨ ਬਾਅਦ ਹੋਣਾ ਚਾਹੀਦੇ ਉਹਨਾਂ ਦੇ ਤਕਰੀਬਨ ਕੋਈ 22-23 ਦਿਨ ਘੱਟ ਦੇ ਨਾ ਚਾਹੁੰਦੇ ਆ ਨਹੀਂ ਕਦ ਤੋਂ ਆ ਰਹੇ ਆ ਉਹਨਾਂ ਨੂੰ ਸਡਨ ਚੇਂਜ ਹੋਇਆ ਹੈ ਕਿ ਪਹਿਲਾਂ ਸ਼ੁਰੂਆਤ ਤੋਂ ਹੀ ਆਉਂਦੇ ਆ ਮੈਂ ਸ਼ੁਰੂਆਤ ਤੋਂ ਹੀ ਤਕਰੀਬਨ ਆਉਂਦੇ ਆ ਤੁਹਾਡੀ ਸ਼ਾਦੀ ਨੂੰ ਕਿੰਨੀ ਦੇਰ ਹੋ ਗਈ ਮੈਡਮ 15 ਸਾਲ ਹੋ ਗਿਆ ਜੀ ਆ ਤੇ ਤੁਹਾਨੂੰ ਬੱਚੇ ਦੀ ਵੀ ਹੁਣ ਲੋੜ ਹੈ ਨਹੀਂ ਬੱਚੇ ਦੇ ਮੈਡਮ ਠੀਕ ਹੈ ਜੀ ਪ੍ਰੋਬਲਮ ਨਹੀਂ ਹੈ ਇਹਦੇ ਵਿੱਚ ਬੱਚੇ ਹੈ ਤੁਹਾਨੂੰ ਤੇ ਵਾਈਫ ਦੇ ਅਗਰ ਸ਼ੁਰੂ ਤੋਂ ਹੀ ਪੀਰੀਅਡ ਜਾਂਦੇ ਆਉਂਦੇ ਆ ਤਾਂ ਕੋਈ ਫਿਰ ਪ੍ਰੋਬਲਮ ਨਹੀਂ ਮੈਡਮ ਪੇਨ ਹੁੰਦੀ ਆ ਨਾਲ ਵੀ ਇਹ ਹਲਕੀ ਜੀ ਤੇ ਉਹਦੇ ਵਾਸਤੇ ਕੋਈ ਵੀ ਪੇਨ ਕਿਲਰ ਲੈ ਸਕਦੇ ਆ ਬਾਕੀ ਚੈੱਕਅਪ ਕਰਾ ਲੈਣ ਕਿ ਕੋਈ ਰਸੌਲੀ ਵਗੈਰਾ ਤਾਂ ਨਹੀਂ ਆ ਕੋਈ ਹੋਰ ਹਾਰਮੋਨਲ ਇੰਬੈਲੈਂਸ ਨਹੀਂ ਹੈ ਜੀ ਤੇ ਜਿਵੇਂ ਕਿ ਆਪਾਂ ਮੈਂਸਿਸ ਦੀ ਗੱਲ ਕਰ ਰਹੇ ਕਿ ਸ਼ੁਰੂਆਤੀ ਦੌਰ ਵਿੱਚ ਜਿਵੇਂ ਕਿ ਕੁੜੀਆਂ ਨੂੰ ਮੈਂਸਿਸ ਦੀ ਪ੍ਰੋਬਲਮ ਰਹਿੰਦੀ ਹੈ ਕਿ ਕਈ ਵਾਰੀ ਰੈਗੂਲਰ ਨਹੀਂ ਆ ਰਹੇ ਆ ਰੁਕ ਰੁਕ ਕੇ ਆ ਰਹੇ ਕਿ ਇਸ ਨੂੰ ਵੀ ਆਪਾਂ ਇਸੀ ਸਮੱਸਿਆ ਦੀ ਸ਼ੁਰੂਆਤ ਮੰਨ ਸਕਦੇ ਹਾਂ ਕਿ ਇਸ ਨਾਲ ਅੱਗੋਂ ਵੀ ਮੈਂ ਇਹ ਪ੍ਰੋਬਲਮ ਹੋਏਗੀ ਬਿਲਕੁਲ ਜੇ ਪੀਰੀਅਡ ਰੈਗੂਲਰ ਹੈ ਜਾਂ ਨਹੀਂ ਆ ਰਹੇ ਮਤਲਬ ਜਦ ਸ਼ੁਰੂ ਹੁੰਦੇ ਆ ਲੇਟ ਗਰਲ ਦੇ ਪੀਰੀਅਡ ਲੜਕੀ ਦੇ ਪੀਰੀਅਡ ਹੁੰਦਾ ਕਈ ਵਾਰ ਪਹਿਲਾਂ 2-4-5-6 ਮਹੀਨੇ ਹੀ ਰੈਗੂਲਰ ਹੋ ਸਕਦੇ ਆ ਬਟ ਬਾਅਦ ਵਿੱਚ ਰੈਗੂਲਰ
ਨਵਾ ਵਿਆਹ ਹੋਇਆ ਕਪਲ ਹੈ ਹੁਣ ਉਹ ਇਕੱਠੇ ਮਿਲ ਵੀ ਨਹੀਂ ਪਾਉਂਦੇ ਕਈ ਵਾਰੀ ਕਿਸੇ ਰੀਜ਼ਨ ਕਰਕੇ ਜਿਵੇਂ ਆਪਾਂ ਗੱਲ ਕਰ ਰਹੇ ਹਾਂ ਕਿ ਹਸਬੈਂਡ ਬਾਹਰ ਰਹਿੰਦਾ ਪਰ ਉਹਨਾਂ ਨੂੰ ਇਸ ਪ੍ਰੋਬਲਮ ਦਾ ਪਤਾ ਹੀ ਨਹੀਂ ਚੱਲਦਾ ਕਿਉਂਕਿ ਜ਼ਿਆਦਾ ਮਿਲ ਨਹੀਂ ਪਾਉਂਦੇ ਤਾਂ ਉਹ ਸੋਚਦੇ ਨੇ ਕਿ ਸ਼ਾਇਦ ਵੈਸੇ ਹੀ ਨੋਰਮਲ ਜੀ ਗੱਲ ਹੈ ਕੋਈ ਐਸੀ ਨਹੀਂ ਹੈ ਤਾਂ ਉਹਨਾਂ ਨੂੰ ਕਿੰਨੇ ਕੁ ਚਿਰ ਬਾਅਦ ਮਤਲਬ ਆਪਾਂ ਇਹ ਸੋਚੀਏ ਕਿ ਆਪਾਂ ਨੋਰਮਲੀ ਗੱਲ ਕਰਦੇ ਹਾਂ ਕਿ ਇੱਕ ਸਾਲ ਦੇ ਅੰਦਰ ਨਹੀਂ ਹੋ ਰਿਹਾ ਤਾਂ ਫਿਰ ਉਹਨਾਂ ਨੂੰ ਇਲਾਜ ਕਰਵਾਉਣਾ ਦੇਖੋ ਅਗਰ ਉਹ ਟਰਾਈ ਕਰ ਰਹੇ ਆ ਬੱਚੇ ਵਾਸਤੇ ਠੀਕ ਹੈ ਨਾ ਹਸਬੈਂਡ ਅਗਰ ਤਾਂ ਇੱਕ ਸਾਲ ਵਿੱਚ ਆਇਆ ਹੀ ਨਹੀਂ ਠੀਕ ਹੈ ਫਿਰ ਤਾਂ ਓਬਵੀਅਸਲੀ ਕਿਵੇਂ ਪ੍ਰੈਗਨੈਂਸੀ ਹੋਏਗੀ ਪਰ ਜੇ ਹਸਬੈਂਡ ਬਾਰ ਬਾਰ ਆ ਰਿਹਾ ਉਹਨਾਂ ਨੂੰ ਫਰਟਾਈਲ ਪੀਰੀਅਡ ਦਾ ਪਤਾ ਉਹ ਟਰਾਈ ਕਰ ਰਹੇ ਆ ਉਸ ਪੀਰੀਅਡ ਵਿੱਚ ਨਹੀਂ ਹੋ ਰਿਹਾ ਪ੍ਰੈਗਨੈਂਸੀ ਤਾਂ ਡੈਫੀਨੇਟਲੀ ਉਹਨਾਂ ਨੂੰ ਡਾਕਟਰੀ ਸਲਾਹ ਲੈ ਲੈਣੀ ਚਾਹੀਦੀ ਹੈ ਜੀ ਤੇ ਜਿਵੇਂ ਲੇਡੀ ਦੀ ਕੋਈ ਵੀ ਪ੍ਰੋਬਲਮ ਨਹੀਂ ਹੈ ਬਾਡੀ ਦੇ ਵਿੱਚ ਪ੍ਰੋਬਲਮ ਆ ਰਹੀ ਹੈ ਹਸਬੈਂਡ ਦੇ ਵਿੱਚ ਤਾਂ ਫਿਰ ਕੀ ਸਿਰਫ ਹਸਬੈਂਡ ਦੇ ਇਲਾਜ ਦੇ ਨਾਲ ਚੱਲਦੇ ਚੱਲਦੇ ਲੇਡੀ ਨੂੰ ਸਪੋਰਟ ਮਿਲ ਜਾਏਗੀ ਇਸ ਤੋਂ ਹਾਂ ਬਿਲਕੁਲ ਜੇ ਹਸਬੈਂਡ ਦੇ ਅਗਰ ਸ਼ੁਕਰਾਨੂ ਮਾੜੇ ਮੋਟੇ ਵੀਕ ਹੈ ਤਾਂ ਅਗਰ ਉਹ ਦਵਾਈ ਦੇ ਨਾਲ ਠੀਕ ਹੋ ਗਿਆ ਤਾਂ ਪ੍ਰੈਗਨੈਂਸੀ ਹੋ ਜਾਏਗੀ ਕਈ ਵਾਰ ਕਿ ਉਹਦਾ ਦੋਵਾਂ ਵਿੱਚ ਕੋਈ ਪ੍ਰੋਬਲਮ ਨਹੀਂ ਹੁੰਦੀ ਫਿਰ ਵੀ ਬਾਰ ਬਾਰ ਜੋ ਹੈ ਮਿਸਕੈਰੇਜ ਹੁੰਦਾ ਹੈ ਇਸ ਦੇ ਪਿੱਛੇ ਕੀ ਰੀਜ਼ਨ ਰਹਿੰਦਾ ਹੈ ਮਿਸਕੈਰੇਜ ਦੇ ਨਾਲ ਨਾਲ ਹੋ ਸਕਦਾ ਕਈ ਵਾਰ ਮੇਰੇ ਕੋਲ ਕਈ ਕਪਲ ਜਾਂਦੇ ਆ ਜੇ ਕਹਿੰਦੇ ਜੀ ਆਪਾਂ ਸ਼ਾਦੀ ਨੂੰ 15 ਸਾਲ ਹੋ ਗਏ 20 ਸਾਲ ਹੋ ਗਏ ਸਾਰੀ ਰਿਪੋਰਟਾਂ ਨੋਰਮਲ ਆਉਂਦੀਆਂ ਠੀਕ ਹੈ ਨਾ ਕਈ ਵਾਰ ਤਾਂ ਟੈਸਟ ਹੀ ਪੂਰੇ ਨਹੀਂ ਹੋਏ ਹੁੰਦੇ ਠੀਕ ਹੈ ਨਾ ਪੇਸ਼ੈਂਟ ਦੇ ਕਈ ਵਾਰ ਟੈਸਟ ਪੂਰੇ ਨਹੀਂ ਹੁੰਦੇ ਉਹੀ ਇੱਕੋ ਹੀ ਟੈਸਟ ਉਹ ਬਾਰ ਬਾਰ 10-10, 20-20 ਵਾਰ ਕਰਾਈ ਜਾਂਦੇ ਆ ਜਿਵੇਂ ਅੰਡੇ ਆਣੇ ਦੀ ਸਕੈਨਿੰਗ ਹੀ ਕਰਾਈ ਜਾਂਦਾ ਹੈ ਕਿ ਅੰਡਾ ਬਣ ਰਿਹਾ ਨਹੀਂ ਬਣ ਰਿਹਾ ਉਹਦਾ ਕੋਈ ਫਾਇਦਾ ਨਹੀਂ ਹੁੰਦਾ ਸਭ ਤੋਂ ਪਹਿਲਾਂ ਦੇਖਣਾ ਪੈਂਦਾ ਕਿ ਸਾਰੇ ਟੈਸਟ ਹੋ ਗਏ ਆ ਕਿ ਨਹੀਂ ਹੋਏ ਜੇ ਨਹੀਂ ਹੋਏ ਤਾਂ ਉਹ ਟੈਸਟ ਕਰਨੇ ਪੈਂਦੇ ਆ ਹੋ ਸਕਦਾ ਕੋਈ ਨਾ ਕੋਈ ਨੁਕਸ ਨਿਕਲਾਏ ਹੋ ਸਕਦਾ ਲੇਡੀ ਦੀ ਜਿਹੜੀ ਬੱਚੇ ਦਾ ਨਹੀਂ ਹਸਬੈਂਡ ਦੇ ਸਪਰਮ ਨੂੰ ਨਾ ਅਸੈਪਟ ਕਰਦੀ ਹੋ ਜਾਂ ਅੰਡੇ ਫਰਟੀਲਾਈਜ਼ ਹੀ ਨਾ ਕਰ ਸਕਦੇ ਠੀਕ ਹੈ ਜਾਂ ਸਾਰੇ ਸਪਰਮ ਕਾਊਂਟ ਇੰਨਾ ਵਧੀਆ ਹੋਏ ਪਰ ਸਾਰੇ ਸਪਰਮ ਹੀ ਐਬਨੋਰਮਲ ਹੋ ਪਰ ਫਿਰ ਵੀ ਅਗਰ ਸਾਰਾ ਕੁਝ ਚੈੱਕਅਪ ਕਰ ਲਈਏ ਨੋਰਮਲ ਹੈ ਤਾਂ ਕਈ ਕਪਲਸ ਹੁੰਦੇ ਆ 10% ਇਹੋ ਜਿਹੇ ਜੋੜੇ ਆ ਜਿਹਦੇ ਵਿੱਚ ਕੋਈ ਸਮੱਸਿਆ ਨਹੀਂ ਹੋਏ ਤੇ ਉਹਨਾਂ ਨੂੰ ਨਹੀਂ ਹੋ ਰਹੀ ਪ੍ਰੈਗਨੈਂਸੀ ਤੇ ਉਹਨਾਂ ਨੂੰ ਫਿਰ ਉੱਪਰਲੀ ਟੈਕਨੀਕ ਸਿੱਖੀ ਇਮਸੀ ਵਰਗੀ ਟੈਕਨੀਕ ਜ਼ਰੂਰ ਕਰਾ ਲੈਣੀ ਚਾਹੀਦੀ ਹੈ ਹਾਂਜੀ ਜਿਵੇਂ ਕਿ ਤੁਸੀਂ ਕਿਹਾ ਕਿ ਕਿਸੇ ਲੇਡੀ ਦੀ ਬਾਡੀ ਹੈ ਜੋ ਆਪਣੇ ਹਸਬੈਂਡ ਦੇ ਸ਼ੁਕਰਾਨਾ ਨੂੰ ਲੈ ਹੀ ਨਹੀਂ ਰਹੀ ਹੈ ਤਾਂ ਉਸਦੇ ਲਈ ਵੀ ਯਾਨੀ ਇਮਸੀ ਔਰ ਇਕਸੀ ਵਿਧੀ ਸਹੀ ਰਹੇਗੀ ਬਿਲਕੁਲ ਬੈਟਰ ਰਹੇਗਾ ਕਿਉਂਕਿ ਸਭ ਤੋਂ ਵਧੀਆ ਟੈਕਨੀਕ ਉਹੀ ਹੈ ਤੇ ਉਹ ਬੈਸਟ ਟੈਕਨੀਕਸ ਕਰਾਉਣੀ ਚਾਹੀਦੀ ਹੈ ਜੀ ਤਾਂ ਫਿਰ ਅਗਰ ਤੁਸੀਂ ਇਮਸੀ ਔਰ ਇਕਸੀ ਵਿਧੀ ਦੀ ਗੱਲ ਕੀਤੀ ਹੈ ਤਾਂ ਮੈਂ ਚਾਹੂੰਗੀ ਇੱਕ ਵਾਰ ਫਿਰ ਤੁਸੀਂ ਸਾਡੇ ਦਰਸ਼ਕਾਂ ਨੂੰ ਕਿਉਂਕਿ ਜਿੰਨਾ ਅਸੀਂ ਚਾਹੁੰਦੇ ਜਿੰਨਾ ਸਾਡੇ ਦਰਸ਼ਕਾਂ ਨੂੰ ਇਹਨਾਂ ਟ੍ਰੀਟਮੈਂਟਸ ਬਾਰੇ ਪਤਾ ਚੱਲੇਗਾ ਉਨਾ ਹੀ ਅਵੇਅਰਨੈਸ ਸਾਡੇ ਸਮਾਜ ਵਿੱਚ ਵੀ ਆਏਗੀ ਤਾਂ ਜ਼ਰੂਰ ਇਸ ਟ੍ਰੀਟਮੈਂਟ ਬਾਰੇ ਵੀ ਇੱਕ ਵਾਰ ਫਿਰ ਸਾਡੇ ਦਰਸ਼ਕਾਂ ਨੂੰ ਦੱਸੋ ਤੁਸੀਂ ਦੇਖੋ ਜਿਹੜੀ ਇਹ ਟੈਕਨੀਕਸ ਹੈ ਮੈਂ ਪਹਿਲਾਂ ਵੀ ਦੱਸਿਆ ਸਾਰੀ ਜਿਹੜੀ ਹੈ IVF ਲੈਬੋਰਟਰੀ ਦੇ ਅੰਦਰ ਟੈਕਨੀਕਸ ਹੁੰਦੀ ਹੈ ਇਹਦੇ ਵਾਸਤੇ ਬਹੁਤ ਵਧੀਆ ਵਧੀਆ ਮਸ਼ੀਨਾਂ ਚਾਹੀਦੀਆਂ ਹੁੰਦੀਆਂ ਤੇ ਬਹੁਤ ਐਕਸਪਰਟ ਜਿਹੜਾ ਹੈ ਭਰੂਣ ਵਿਗਿਆਨਿਕ ਹੋਣੇ ਚਾਹੀਦੇ ਆ ਬਿਲਕੁਲ ਜਿਹਦੇ ਵਿੱਚ ਆਪਾਂ ਇੱਕ ਐਗ ਤੇ ਇੱਕ ਸਪਰਮ ਦਾ ਮਿਲਨ ਕਰਦੇ ਆ ਮਾਈਕਰੋਸਕੋਪ ਦੇ ਅੰਦਰ ਮਤਲਬ ਮੈਨੂਅਲੀ ਇੰਜੈਕਟ ਕੀਤਾ ਜਾਂਦਾ ਸਪੈਸ਼ਲ ਮਾਈਕਰੋਸਕੋਪ ਆਉਂਦਾ ਉਹ ਕਿੰਨੇ ਟਾਈਮ ਮੈਗਨੀਫਾਈ ਕਰ ਦਿੰਦਾ ਫਿਰ ਜਦ ਭਰੂਣ ਤਿਆਰ ਹੋ ਜਾਂਦਾ ਭਰੂਣ ਸਪੈਸ਼ਲ ਇਨਕਿਊਬੇਟਰ ਵਿੱਚ ਤਿਆਰ ਹੁੰਦਾ ਤਿਆਰ ਹੋਣ ਤੋਂ ਬਾਅਦ ਬੱਚੇਦਾਨੀ ਦੇ ਵਿੱਚ ਰੱਖਿਆ ਜਾਂਦਾ ਜੀ ਜੀ ਬਿਲਕੁਲ ਸੋ ਯਾਨੀ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਹੋਵੇ ਕੋਈ ਵੀ ਹੋਵੇ ਉਸਦਾ ਜੋ ਹੈ ਇੱਕ ਨਾ ਕੋਈ ਸਮਾਧਾਨ ਜ਼ਰੂਰ ਹੈ ਲੇਕਿਨ ਸਿਰਫ ਇਹ ਗੱਲ ਹੈ ਕਿ ਅੱਛੀ ਲੈਬੋਰਟਰੀ ਜਿੱਥੇ ਅੱਛੇ ਮਾਹਿਰ ਡਾਕਟਰ ਆਪਣੇ ਦਿਸ਼ਾ ਨਿਰਦੇਸ਼ ਵਿੱਚ ਲੈਬੋਰਟਰੀ ਨੂੰ ਚਲਾ ਰਹੇ ਨੇ ਪੂਰੀ ਦੇਖ ਰੇਖ ਰੱਖ ਕੇ ਹੀ ਸਹੀ ਟ੍ਰੀਟਮੈਂਟ ਸਾਨੂੰ ਦੇ ਰਹੇ ਨੇ ਉੱਥੇ ਜਾਣਾ ਬਹੁਤ ਜ਼ਰੂਰੀ ਹੈ ਤੇ ਤੁਹਾਡਾ ਵੀ ਸਮਾਧਾਨ ਪਰੇਸ਼ਾਨੀ ਦਾ ਜ਼ਰੂਰ ਨਿਕਲ ਜਾਏਗਾ ਇੱਥੇ ਹੋਰ ਦੱਸੋ ਕਿ ਤੁਹਾਡੇ ਕੋਲ ਕਪਲਸ ਆਉਂਦੇ ਨੇ ਕਈ ਤਰ੍ਹਾਂ ਦੇ ਕਪਲਸ ਆਉਂਦੇ ਹੋਣੇ ਜੋ ਇਸ ਪਰੇਸ਼ਾਨੀ ਤੋਂ ਪਰੇਸ਼ਾਨ ਨੇ ਜ਼ਿਆਦਾਤਰ ਪ੍ਰੋਬਲਮ ਕਿਹੜੀ ਨਜ਼ਰ ਆਉਂਦੀ ਹੈ ਦੇਖੋ ਅੱਜ ਕੱਲ ਇੱਕ ਤਾਂ ਮੈਂ ਪਹਿਲਾਂ ਗੱਲ ਤੁਸੀਂ ਕਹਿ ਰਹੇ ਸੀ ਕਿ ਅੱਛੀ ਲੈਬੋਰਟਰੀ ਹੋਣੀ ਚਾਹੀਦੀ ਮੈਂ ਬੜੇ ਦੇਖੇ ਮਤਲਬ ਕਿ ਨਾ ਤੁਸੀਂ ਜਦ ਵੀ ਕਪਲ ਹੈ ਉਹਨੂੰ ਪ੍ਰੋਪਰਲੀ ਸਿਲੈਕਟ ਕਰਨਾ ਚਾਹੀਦਾ ਕਿ ਉਹਦੇ ਵਿੱਚ ਜਿਹੜਾ ਕਿ ਡਾਕਟਰਸ ਹੈ ਉਹ ਕਿੰਨੇ ਕੁਆਲੀਫਾਈਡ ਹੈ ਬਿਲਕੁਲ ਬਾਹਰ ਤੋਂ ਤਾਂ ਨਹੀਂ ਆ ਕੇ ਬਾਹਰੋਂ ਤਾਂ ਨਹੀਂ ਆ ਕੇ ਕੰਮ ਕਰਕੇ ਚਲੇ ਜਾਂਦੇ ਮਤਲਬ ਕਿ ਪੇਸ਼ੈਂਟ ਨੂੰ ਹਮੇਸ਼ਾ ਇੱਕ ਡਾਕਟਰ ਦੀ ਲੋੜ ਰਹਿੰਦੀ ਹੋ ਰਹਿੰਦੀ ਹੈ ਜੋ ਪੇਸ਼ੈਂਟ ਨੂੰ ਗਾਈਡ ਕਰ ਸਕੇ ਬਿਲਕੁਲ ਕਿਉਂਕਿ ਟੈਸਟ ਟਿਊਬ ਬੇਬੀ ਕਰਾਉਣ ਤੋਂ ਬਾਅਦ ਵੀ ਪੇਸ਼ੈਂਟ ਦੇ ਮਨ ਵਿੱਚ 100 ਕੁਐਸਚਨਸ ਹੋਣਗੇ 100 ਪ੍ਰੋਬਲਮਸ ਕੋਈ ਵੀ ਪਰੇਸ਼ਾਨੀ ਕਦੇ ਵੀ ਆ ਸਕਦੀ ਹੈ ਕੋਈ ਵੀ ਪਰੇਸ਼ਾਨੀ ਕਦੇ ਵੀ ਆ ਸਕਦੀ ਹੈ ਤਾਂ ਉਹਨੂੰ ਦੇਖਣਾ ਚਾਹੀਦਾ ਕਿ ਕੋਈ ਅਵੇਲੇਬਲ ਡਾਕਟਰ ਹੈ ਜੋ ਉਹਨੂੰ ਸੈਟੀਸਫਾਈ ਕਰ ਸਕਦਾ ਕਿ ਨਹੀਂ ਕਰ ਸਕਦਾ ਬਿਲਕੁਲ ਬਿਲਕੁਲ ਔਰ ਅੱਜ ਕੱਲ ਤਾਂ ਤੁਸੀਂ ਦੇਖੋ ਕਿ ਮਤਲਬ ਹੁਣ ਤੁਹਾਡਾ ਦੂਸਰਾ ਕੁਐਸਚਨ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਪ੍ਰੋਬਲਮ ਸਭ ਤੋਂ ਜ਼ਿਆਦਾ ਕਾਮਨ ਹੈ ਸਭ ਤੋਂ ਜ਼ਿਆਦਾ ਸਪਰਮਸ ਦੀ ਪ੍ਰੋਬਲਮ ਆ ਗਈ ਹੈ ਮਤਲਬ ਕਿ ਅੱਛੇ ਸੀਮਨ ਸੈਂਪਲਸ ਹੋਣੇ ਬਹੁਤ ਔਖੇ ਹੋ ਗਏ ਕਿਉਂਕਿ ਇੰਨਾ ਸਟ੍ਰੈਸ ਹੋ ਗਿਆ ਲਾਈਫ ਵਿੱਚ ਇੰਨਾ ਕੁਛ ਆ ਗਿਆ ਲਾਈਫ ਵਿੱਚ ਕਿ ਅਲਟੀਮੇਟਲੀ ਜਿਹੜਾ ਕਿ ਸਪਰਮ ਡੈਮੇਜ ਹੋਣਾ ਸ਼ੁਰੂ ਹੋ ਗਿਆ ਤੇ ਕਈ ਵਾਰ ਦੇਖੋ ਪੇਸ਼ੈਂਟ ਨੂੰ ਆਪਾਂ ਸਿਰਫ ਐਂਟੀ ਆਕਸੀਡੈਂਟਸ ਹੀ ਦਿੰਦੇ ਹਾਂ ਮਤਲਬ ਕਿ ਜਿਹੜੀ ਕਮੀ ਹੈ ਖਾਣ ਪੀਣ ਵਿੱਚ ਉਹਦੇ ਨਾਲ ਵੀ ਕਈ ਵਾਰ ਪੇਸ਼ੈਂਟ ਇੰਨਾ ਅੱਛਾ ਰਿਸਪੋਂਡ ਕਰ ਜਾਂਦਾ ਮਤਲਬ ਕਿ ਸਪਰਮ ਕੁਆਲਿਟੀ ਬਹੁਤ ਵਧੀਆ ਹੋ ਜਾਂਦੀ ਹੈ ਦੂਸਰਾ ਜਿਹੜੀ ਲੇਡੀਜ਼ ਹੈ ਅੱਜ ਕੱਲ੍ਹ
ਠੀਕ ਹੈ ਲੇਡੀਜ਼ ਦਾ ਵੇਟ ਵਧੀ ਜਾ ਰਿਹਾ ਉਹਦੇ ਨਾਲ ਹਾਰਮੋਨਸ ਦੀ ਪ੍ਰੋਬਲਮ ਆ ਗਈ ਹੈ ਇਨਫਰਟੀਲਿਟੀ ਦੀ ਪ੍ਰੋਬਲਮ ਆ ਗਈ ਹੈ ਆਹ ਸਾਰੇ ਕਾਫੀ ਕਾਮਨ ਰੀਜ਼ਨਸ ਹੈ ਜੀ ਬਿਲਕੁਲ ਅੱਜ ਕੱਲ ਜਿਵੇਂ ਕਿ ਕਪਲ ਜ਼ਿਆਦਾ ਆਪਣੇ ਕਰੀਅਰ ਵੱਲ ਜ਼ਿਆਦਾ ਧਿਆਨ ਦਿੰਦੇ ਨੇ ਉਹ ਸੋਚਦੇ ਨੇ ਕਿ ਹਾਲੇ ਅਸੀਂ ਹਾਂ ਉਹਨਾਂ ਨੂੰ ਕਿਸੇ ਵੀ ਲੇਡੀ ਨੂੰ ਆਪਣਾ ਮਤਲਬ ਕਿ ਫਰਟਾਈਲ ਪੀਰੀਅਡ ਧਿਆਨ ਰੱਖਣਾ ਚਾਹੀਦਾ ਉਹਨੂੰ ਸਹੀ ਟਾਈਮ ਤੇ ਪ੍ਰੈਗਨੈਂਸੀ ਲੈ ਲੈਣੀ ਚਾਹੀਦੀ ਹੈ ਤੇ ਸਹੀ ਟਾਈਮ ਤੇ ਮੈਰਿਜ ਹੋਣੀ ਵੀ ਬਹੁਤ ਜ਼ਰੂਰੀ ਹੈ ਜੇ ਕਿਸੇ ਵੀ ਕਾਰਨ ਲੇਟ ਹੋ ਗਈ ਹੈ ਤੇ ਉਹਨਾਂ ਨੂੰ ਹੋਰ ਵੇਟ ਨਹੀਂ ਕਰਨਾ ਚਾਹੀਦਾ ਜੀ 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 ਔਰ ਜੇ ਕੋਈ ਕਪਲ ਨੇ ਜੋ ਚਾਹੁੰਦੇ ਨੇ ਕਿ ਅਸੀਂ ਥੋੜਾ ਟਾਈਮ ਗੈਪ ਪਾਈਏ ਤੇ ਉਹਨਾਂ ਨੂੰ ਵੀ ਚਾਹੀਦਾ ਕਿ ਰੈਗੂਲਰ ਆਪਣਾ ਚੈੱਕਅਪ ਵੀ ਕਰਵਾਉਂਦੇ ਰਹਿਣ ਹਾਂ ਨਹੀਂ ਉਹਨਾਂ ਨੇ ਜਿਵੇਂ ਇੱਕ ਲੇਡੀ ਹੈ ਉਹਨੇ ਟਾਈਮ ਗੈਪ ਪਾਉਣਾ ਉਹਨੇ ਹਾਲੇ ਸ਼ੀ ਵਾਂਟਸ ਟੂ ਵੇਟ ਫੋਰ 10 ਇਅਰਸ ਜਿਵੇਂ 10 ਸਾਲ ਹੋਰ ਵੇਟ ਕਰਨਾ ਚਾਹੀਦੀ ਹੈ ਤੇ ਉਹਨੂੰ ਆਪਣੇ ਅੱਛੇ ਟਾਈਮ ਦੇ ਅੰਡੇ ਜਿਹੜੇ ਆ ਮਤਲਬ ਅੰਡੇ ਬਣਵਾ ਕੇ ਫ੍ਰੀਜ਼ ਕਰਾ ਲੈਣੇ ਚਾਹੀਦੇ ਆ ਜੀ 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 ਤਾਂ ਕਿ ਜਦ ਵੀ ਉਹਨੂੰ ਬੱਚੇ ਦੀ ਲੋੜ ਹੈ ਤੇ ਸਪਰਮਸ ਨਾਲ ਮਿਲਾ ਕੇ ਆਪਾਂ ਭਰੂਣ ਤਿਆਰ ਕਰ ਲਈਏ ਜੀ ਬਹੁਤ ਹੀ ਤੁਸੀਂ ਇੱਕ ਅੱਛੀ ਇੱਕ ਚੰਗੀ ਗੱਲ ਦੱਸੀ ਹੈ ਉਹਨਾਂ ਕਪਲਸ ਦੇ ਲਈ ਜੋ ਆਪਣੇ ਕਰੀਅਰ ਨੂੰ ਲੈ ਕੇ ਬਹੁਤ ਹੀ ਜ਼ਿਆਦਾ ਓਰੀਐਂਟਡ ਹੁੰਦੇ ਨੇ ਉਹ ਸੋਚਦੇ ਨੇ ਕਿ ਹਾਲੇ ਅਸੀਂ ਬੱਚੇ ਨਹੀਂ ਚਾਹੁੰਦੇ ਆ ਸੋ ਉਹ ਵੀ ਆਪਣੇ ਜੋ ਬੈਸਟ ਟਾਈਮ ਪੀਰੀਅਡ ਦੇ ਅੰਡੇ ਨੇ ਉਹਨਾਂ ਨੂੰ ਫ੍ਰੀਜ਼ ਕਰਵਾ ਸਕਦੇ ਨੇ ਤੇ ਜਦੋਂ ਵੀ ਪ੍ਰੈਗਨੈਂਸੀ ਚਾਹੁੰਦੇ ਨੇ ਜਦੋਂ ਵੀ ਚਾਹੁੰਦੇ ਨੇ ਕਿ ਅਸੀਂ ਕਨਸੀਵ ਕਰਨਾ ਚਾਹੁੰਦੇ ਆ ਤਾਂ ਉਹਨਾਂ ਅੰਡਿਆਂ ਨੂੰ ਯੂਜ਼ ਕਰ ਸਕਦੇ ਨੇ ਸੋ ਮੈਨੂੰ ਪੂਰੀ ਉਮੀਦ ਹੈ ਕਿ ਇਸ ਪ੍ਰੋਗਰਾਮ ਦੇ ਵਿੱਚ ਡਾਕਟਰ ਸੁਮਿਤਾ ਸੋਫਤ ਜੀ ਨੇ ਜੋ ਵੀ ਜਾਣਕਾਰੀ ਦਿੱਤੀ ਹੈ ਤੁਹਾਡੇ ਲਈ ਕਾਫੀ ਫਾਇਦੇਮੰਦ ਰਹੀ ਹੋਏਗੀ ਤੁਹਾਨੂੰ ਜ਼ਰੂਰ ਕਈ ਵਹਿਮਾਂ ਭਰਮਾਂ ਤੋਂ ਨਿਜਾਤ ਮਿਲ ਗਿਆ ਹੋਵੇਗਾ ਕਈ ਨਵੀਂ ਚੀਜ਼ਾਂ ਦਾ ਤੁਹਾਨੂੰ ਪਤਾ ਚੱਲ ਗਿਆ ਹੋਵੇਗਾ ਤੇ ਉਮੀਦ ਕਰਦੇ ਹਾਂ ਸਾਡੇ ਇਸ ਪ੍ਰੋਗਰਾਮ ਦੇ ਜ਼ਰੀਏ ਸਾਡੇ ਇਸ ਸ਼ੋਅ ਦੇ ਜ਼ਰੀਏ ਅਗਰ ਕਈ ਕਪਲਸ ਦੀ ਇਹ ਪਰੇਸ਼ਾਨੀ ਤੋਂ ਨਿਜਾਤ ਮਿਲਦੀ ਹੈ ਤੇ ਉਹਨਾਂ ਦੇ ਘਰ ਵਿੱਚ ਵੀ ਖੁਸ਼ੀਆਂ ਆਉਂਦੀਆਂ ਨੇ ਤਾਂ ਸਾਨੂੰ ਵਾਕਈ ਬਹੁਤ ਚੰਗਾ ਲੱਗੇਗਾ ਤੇ ਸਾਨੂੰ ਬਹੁਤ ਚੰਗਾ ਲੱਗਿਆ ਡਾਕਟਰ ਸੁਮਿਤਾ ਸੋਫਤ ਤੁਸੀਂ ਸਾਡੇ ਸ਼ੋਅ ਵਿੱਚ ਆਏ ਇੰਨੀ ਵਧੀਆ ਜਾਣਕਾਰੀ ਦਿੱਤੀ ਥੈਂਕ ਯੂ ਸੋ ਮਚ ਤੁਹਾਡਾ Health is wealth.